ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅਮਰਜੋਤ ਸਿੰਘ ਬੋਲਿਆ ਐਡਮਿੰਟਨ ਤੋਂ। ਅਤੇ ਸਾਰੀ ਜਿਸ ਤਰ੍ਹਾਂ ਲੋਕਾਂ ਨੂੰ ਪਤਾ ਹੈ ਕਿ ਮੈਂ ਸਪਾਊਸ ਵੀਜ਼ਾ ਜ਼ਿਆਦਾ ਪਸੰਦ ਕਰਨਾ ਸਪਾਊਸ ਵੀਜ਼ਾ ਐਂਡ ਮੈਰਿਜ ਰਿਲੇਟਡ ਕੇਸਿਸ। ਅਤੇ ਪਿਛਲੇ ਇੱਕ ਸਾਲ ਦੋ ਸਾਲ ਤੋਂ ਕਾਫੀ ਇੱਕ ਹੜ ਆਇਆ ਹੋਇਆ ਹੈ ਸਪਾਊਸ ਵੀਜ਼ਾ ਦਾ ਪੰਜਾਬ ਤੋਂ, ਸਪੈਸ਼ਲੀ ਸਟੂਡੈਂਟਾਂ ਨੇ ਸਪਾਊਸ ਨੂੰ ਸਪੋਂਸਰ ਕਰਨਾ ਹੈ ਇੱਥੇ ਆ ਕੇ। ਅਤੇ ਫਿਰ ਕਿਉਂਕਿ ਪ੍ਰੋਪਰ ਨੌਲੇਜ ਨਹੀਂ ਹੈ, ਪ੍ਰੋਪਰ ਪ੍ਰੋਸੀਜਰ ਨਹੀਂ ਹੈ, ਲੋਕਾਂ ਨੂੰ ਡਾਊਟ ਵੀ ਬਹੁਤ ਹੈ ਕਿ ਵੀ ਕਿਹੜੇ ਡਾਕੂਮੈਂਟ ਲੱਗਣੇ ਹੈ, ਕਦੋਂ ਅਪਲਾਈ ਕਰਨਾ, ਕਿੰਨੇ ਬੈਂਕ ਬੈਲੈਂਸ ਵਗੈਰਾ ਵਗੈਰਾ, ਕਾਫੀ ਕੁਛ। ਕਈ ਵਾਰ ਲੋਕ ਮੈਨੂੰ ਪੁੱਛਦੇ ਆ ਕਿ ਵੀ ਕਿੰਨੇ ਕੁ ਸਮੈਸਟਰ ਬਾਅਦ ਆਪਾਂ ਕਰੀਏ ਜਾਂ ਕਿੰਨਾ ਇੱਕ ਬੈਂਕ ਬੈਲੈਂਸ ਹੋਏਗਾ ਤਾਂ ਵੀਜ਼ਾ ਮਿਲੇਗਾ। ਇਸ ਤਰੀਕੇ ਨਾਲ ਕਾਫੀ ਸਾਊਸ ਲੋਕਾਂ ਨੂੰ ਮੰਨਦੇ ਆ ਕਿ ਅਜੇ ਦੀ ਗੱਲ ਇਹ ਹੈ ਕਿ ਬਾਕੀ ਜਿਹੜੇ ਟਰੈਵਲ ਏਜੰਟ ਹੈ ਜਿਹੜੇ ਈਵਨ ਇਨ ਕੈਨੇਡਾ, ਫੋਰਗੇਟ ਅਬਾਊਟ ਇਨ ਪੰਜਾਬ, ਕਲੈਰਿਟੀ ਦੀ ਅਤੇ ਉਸ ਟੋਪਿਕ ਨੂੰ ਲੈ ਕੇ ਮੈਨੂੰ ਪਤਾ ਲੱਗਿਆ ਕਿ ਆਪਾਂ ਇੱਕ ਸਪੈਸ਼ਲਾਈਜ਼ ਇੱਕ ਕਰੀਏ ਸੈਸ਼ਨ। ਅਤੇ ਮੇਰੇ ਨਾਲ ਜੁੜੇ ਹੋਏ ਆ ਸੁਖਮਨਜੀਤ ਸੰਧੂ, ਜਿਹੜੇ ਵੈਨਕੂਵਰ ਤੋਂ ਜੁੜੇ ਹੋਏ ਆ। ਇਹ ਆਪ ਇਹਨਾਂ ਦੀ ਤਾਰੀਫ ਮੈਂ ਦੋ ਸੈਕਿੰਡ ਲੈ ਕੇ ਮੈਂ ਕਰ ਦਿਆਂ ਕਿ ਆਪ ਇਸ ਸਪਾਊਸ ਵੀਜ਼ਾ ਲਾ ਕੇ ਆਏ ਹੋਏ ਆ। ਇਹਨਾਂ ਨੇ ਆਪਣੀ ਐਪਲੀਕੇਸ਼ਨ ਆਪ ਲਾਈ ਹੋਈ ਹੈ ਅਤੇ ਨਾਲ ਦੂਜਿਆਂ ਦੀ ਵੀ ਐਪਲੀਕੇਸ਼ਨ ਕਰ ਰਹੇ ਹੈ, ਅਤੇ ਇਹਨਾਂ ਦੇ ਜਿਹਨਾਂ ਦੇ ਵੀ ਕੇਸ ਇਹਨਾਂ ਨੇ ਹੈਂਡਲ ਕੀਤੀਆਂ ਸਾਰਿਆਂ ਨੂੰ ਕਰ ਚੁੱਕੇ ਆ। ਮੈਨੂੰ ਲੱਗਦਾ ਕਿ ਇਸ ਤੋਂ ਬੈਟਰ ਕੋਈ ਹੋਰ ਸੋਰਸ ਨਹੀਂ ਹੋ ਸਕਦਾ। ਅਤੇ ਤੀਸਰੀ ਚੀਜ਼ ਇੱਕ ਹੋਰ ਹੈ, ਇਹ ਬੈਠੀ ਆ ਸਾਰੀ ਬੀ ਸੀ ਅਤੇ ਇੱਥੇ ਕਾਫੀ ਟੈਂਪਰੇਰੀ ਫੋਰਨ ਵਰਕਰ ਦੁਬਾਰਾ ਬੈਠੇ ਹੋਏ ਆ ਅਤੇ ਲੋਕਾਂ ਦੇ ਵੀਜ਼ੇ ਜਿਹੜੇ ਕਾਫੀ ਇਨਕੁਆਇਰੀ ਆ ਰਹੀ ਹੈ। ਮੈਨੂੰ ਲੱਗਦਾ ਕਿ ਹੀ ਇਜ਼ ਦਾ ਬੈਸਟ ਪਰਸਨ ਟੂ ਟਾਕ ਅਬਾਊਟ ਸਪਾਊਸ ਵੀਜ਼ਾ ਦੀ ਸਥਿਤੀ, ਜੋ ਵੀ ਨਾਲ ਐਕਸਪੀਰੀਅੰਸ ਉਹਨਾਂ ਬਾਰੇ ਗੱਲ ਕਰਦੇ ਹਾਂ। ਸੁਖਮਨਜੀਤ ਸਿੰਘ ਜੀ ਆਇਆਂ ਨੂੰ ਵੈਲਕਮ ਟੂ ਦ ਸ਼ੋਅ। ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ ਅਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿਹੜੇ ਆਪਣੀ ਇਸ ਵੀਡੀਓ ਨੂੰ ਦੇਖ ਰਹੇ ਆ। ਥੈਂਕ ਯੂ ਵੈਰੀ ਮਚ। ਮੈਨੂੰ ਇਹ ਪਤਾ ਹੈ ਕਿ ਜਿੰਨੇ ਵੀ ਕੇਸ ਹੈ ਤੁਸੀਂ ਤਿੰਨ ਚਾਰ ਕੇਸ ਲਾਏ ਆ ਪਿਛਲੇ, ਮੇਰੇ ਖਿਆਲ ਇਨ ਦ ਪਾਸਟ 3 ਮੰਥਸ ਸਾਰੇ ਦੇ ਵੀਜ਼ੇ ਲੱਗ ਗਏ ਆ, ਇਜ਼ ਇਟ ਰਾਈਟ? ਹਾਂਜੀ ਸਰ, ਸਾਰਿਆਂ ਦੇ ਵੀਜ਼ੇ ਲੱਗ ਗਏ ਆ, ਬਟ ਕੁਝ ਕੇਸ ਆ ਜਿਹੜੇ ਅੰਬੈਸੀ ਦੇ ਵਿੱਚ ਆ ਇਸ ਟਾਈਮ। ਬਟ ਇਹ ਆ ਕਿ ਆਪਣੇ ਕੋਲ ਇਸ ਟਾਈਮ ਕੋਈ ਪੈਂਡਿੰਗ ਨਹੀਂ ਆ ਕਿ ਜਿਹਦੀ ਆਪਣੇ ਕੋਲ ਰਿਫਿਊਜ਼ਲ ਆਈ ਹੋਵੇ ਤੇ ਉਹ ਪੈਂਡਿੰਗ ਪਿਆ ਹੋਵੇ, ਉਹਨਾਂ ਦੇ ਵੀਜ਼ੇ ਜਿਹੜੇ ਉਹ ਲੱਗ ਚੁੱਕੇ। ਦੂਸਰਾ, ਤੁਹਾਡੀ ਖਾਸੀਅਤ ਇੱਕ ਹੋਰ ਵੀ ਹੈ ਕਿ ਤੁਸੀਂ ਆਪ ਵੀਜ਼ਾ ਇੰਟਰਵਿਊ ਦੇ ਦਰਸ਼ਨ ਕਰ ਚੁੱਕੇ ਹੋ। ਤੁਸੀਂ ਵੀਜ਼ਾ ਇੰਟਰਵਿਊ ਕਿੱਦਾਂ ਕਰਦੇ ਹੋ, ਸਪਾਊਸ ਵੀਜ਼ਾ ਬਾਰੇ ਕਿਹੜੇ ਕਿਹੜੇ ਸਵਾਲ ਪੁੱਛੇ ਜਾਂਦੇ? ਇੱਕ ਅਨੀਤਾ ਪੁਰੀ ਵਾਲਾ, ਜਿਹੜੇ ਕਈ ਲੋਕ ਇੱਦਾਂ ਕੁਛ ਉਹਨਾਂ ਦਾ ਵਿਚਾਰ ਹੈ ਕਿ ਅਨੀਤਾ ਪੁਰੀ ਕਿਸੇ ਨੂੰ ਵੀਜ਼ਾ ਨਹੀਂ ਦਿੰਦੀ, ਅਨੀਤਾ ਪੁਰੀ ਦੇ ਬਾਰੇ ਤੁਹਾਡਾ ਕੀ ਖਿਆਲ ਹੈ, ਉਹਦੇ ਬਾਰੇ ਬਾਅਦ 'ਚ ਪੁੱਛਾਂਗੇ। ਲੇਕਿਨ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ, ਤੁਹਾਡੇ ਆਪਣਾ ਐਕਸਪੀਰੀਅੰਸ, ਪਰਸਨਲ ਐਕਸਪੀਰੀਅੰਸ ਹੈ ਕਿ ਜਦ ਤੁਸੀਂ ਆਪ ਆਪਣੇ ਸਪਾਊਸ ਵੀਜ਼ਾ ਲਈ ਗਏ, ਤੁਸੀਂ ਉਹਦੇ ਬਾਰੇ ਤੁਸੀਂ ਤੁਹਾਡੇ ਮਤਲਬ ਤੁਸੀਂ ਕੀ ਸਿੱਖਿਆ ਜਾ ਕੇ ਜਿਹੜਾ ਤੁਹਾਨੂੰ ਪਹਿਲਾਂ ਨਹੀਂ ਪਤਾ ਸੀ, ਉਹਦੇ ਬਾਰੇ ਦੋ ਲਾਈਨਾਂ 'ਚ ਦੱਸੋ ਕਿ ਵੀ ਕੁਝ ਖਾਸ ਚੀਜ਼ ਹੈ ਜਿਹੜੀ ਤੁਹਾਨੂੰ ਅੰਦਰ ਜਾ ਕੇ ਪਤਾ ਲੱਗੀ ਜਿਹੜੀ ਪਹਿਲਾਂ ਲੋਕਾਂ ਨੂੰ ਪਤਾ ਨਹੀਂ ਹੁੰਦੀ? ਨਹੀਂ ਸਰ, ਉਹਦੇ ਵਿੱਚ ਖਾਸ ਚੀਜ਼ ਤੇ ਮੈਂ ਤੁਹਾਨੂੰ ਇਸ ਤਰ੍ਹਾਂ ਨਹੀਂ ਕੁਛ ਦੱਸ ਸਕਦਾ, ਕਿਉਂਕਿ ਜੇ ਆਪਾਂ ਸਾਰੀ ਇੰਟਰਵਿਊ ਦੀ ਗੱਲ ਕਰਾਂਗੇ ਤੇ ਸ਼ਾਇਦ ਆਪਾਂ ਨੂੰ 1 ਘੰਟਾ ਚਾਹੀਦਾ ਹੋਏਗਾ। ਤੇ ਉਹਦੇ ਲਈ ਮੈਂ ਇੰਨਾ ਦੱਸ ਦਿੰਦਾ, ਜਿਸ ਤੋਂ ਲੋਕੀ ਜ਼ਿਆਦਾ ਕਨਫਿਊਜ਼ ਹੁੰਦੇ ਆ, ਜਦੋਂ ਅੰਬੈਸੀ ਵੱਲੋਂ ਇੰਟਰਵਿਊ ਕਾਲ ਆਉਂਦੀ ਆ, ਜਦੋਂ ਇੱਕ ਮੇਲ ਆਉਂਦੀ ਆ, ਉਹਦੇ ਉੱਪਰ ਉਹਨਾਂ ਨੇ ਸਿਰਫ ਇੱਕ ਕਾਪੀ ਪੇਸਟ ਕੀਤਾ ਹੁੰਦਾ, ਉਹਨੂੰ ਥੋੜ੍ਹਾ ਜਿਹਾ ਮੈਂਸ਼ਨ ਕੀਤਾ ਹੁੰਦਾ ਜੀ ਸਾਨੂੰ ਜਿਹੜੀ ਤੁਹਾਡੀ ਵਾਈਫ ਦੀ ਸਟੱਡੀ ਔਨਗੋਇੰਗ ਆ ਉਹਦੇ ਰਿਲੇਟਡ ਪ੍ਰੂਫ ਚਾਹੀਦੇ ਆ, ਤੇ ਤੁਹਾਡੀ ਮੈਰਿਜ ਦੇ ਜਿਹੜੀਆਂ ਵਾ ਪੋਸਟ ਆਫਟਰ ਮੈਰਿਜ ਜਿਹੜੀਆਂ ਫੋਟੋਗ੍ਰਾਫਸ ਆ ਉਹ ਚਾਹੀਦੀਆਂ, ਸਿਰਫ ਇੰਨਾ ਹੀ ਉਹਨਾਂ ਨੇ ਪੋਸਟ ਮੈਰਿਜ ਇੰਨਾ ਹੀ ਉਹਨਾਂ ਨੇ ਮੈਂਸ਼ਨ ਕੀਤਾ ਹੁੰਦਾ। ਤੇ ਜਿਹੜੇ ਜ਼ਿਆਦਾ ਤੋਂ ਜ਼ਿਆਦਾ ਲੋਕ ਆ ਉਹ ਇੱਥੋਂ ਮਿਸਗਾਈਡ ਕਹਿ ਲਓ ਜਾਂ ਕਨਫਿਊਜ਼ ਹੋ ਜਾਂਦੇ ਆ ਕਿ ਉਹਨਾਂ ਨੂੰ ਲੱਗਦਾ ਆ ਕਿ ਜਿਹੜੇ ਆਪਾਂ ਨੂੰ ਜਿਹੜੇ ਪ੍ਰੂਫਸ ਉਹੀ ਡਾਕੂਮੈਂਟ ਲੈ ਕੇ ਜਾਣ ਦੀ ਲੋੜ ਆ ਜਿਹੜੇ ਉਹਨਾਂ ਨੇ ਉੱਪਰ ਮੈਂਸ਼ਨ ਕੀਤੇ ਆ ਕਿ ਆਹ ਸਾਨੂੰ ਚਾਹੀਦੇ, ਪਰ ਇਸ ਤਰ੍ਹਾਂ ਕੁਛ ਨਹੀਂ ਹੁੰਦਾ। ਉਹ ਜਸਟ ਇੱਕ ਕਾਪੀ ਪੇਸਟ ਵਾਲਾ ਸਿਸਟਮ ਹੈ ਕਿ ਉਹਨਾਂ ਨੇ ਇੰਟਰਵਿਊ ਕੱਢਣੀ ਹੈ ਕਿਸੇ ਕਲਾਇੰਟ ਦੀ, ਕਿਸੇ ਐਪਲੀਕੈਂਟ ਦੀ ਇੰਟਰਵਿਊ ਕੱਢਣੀ ਹੈ, ਐਪਲੀਕੈਂਟ ਨੂੰ ਉਹਨਾਂ ਨੇ ਉਹ ਮੇਲ ਭੇਜਤੀ ਕਾਪੀ ਪੇਸਟ ਕਰਕੇ, ਜਦਕਿ ਜਦੋਂ ਤੁਸੀਂ ਉੱਥੇ ਜਾਂਦੇ ਜੀ ਉੱਥੇ ਤੁਹਾਨੂੰ ਉਹ ਕਿਸੇ ਵੀ ਸਾਈਡ ਤੋਂ ਕਿਸੇ ਵੀ ਆਸਪੈਕਟ ਤੋਂ ਕੋਈ ਵੀ ਕੁਐਸਚਨ ਕਰ ਸਕਦੇ ਆ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਾਡੀ ਜਿਹੜੀ ਸਾਨੂੰ ਮੇਲ ਆਈ ਸੀ ਉਹਦੇ ਵਿੱਚ ਇਸ ਤਰ੍ਹਾਂ ਕਿਹਾ ਗਿਆ ਸੀ, ਪਰ ਉਹਦੇ ਵਿੱਚ ਇਸ ਆਹ ਇਨਫੋਰਮੇਸ਼ਨ ਜਿਹੜੀ ਤੁਸੀਂ ਪੁੱਛ ਰਹੇ ਤੇ ਤੁਸੀਂ ਮੰਗੀ ਨਹੀਂ, ਕਿਉਂਕਿ ਉਹ ਕੋਈ ਵੀ ਕੁਐਸਚਨ ਤੁਹਾਨੂੰ ਉੱਥੇ ਕਰ ਸਕਦੇ ਆ, ਬਟ ਉਹ ਕੁਐਸਚਨ ਤੁਹਾਡੀ ਮੈਰਿਜ ਦੇ, ਤੁਹਾਡੇ ਰਿਲੇਸ਼ਨ ਦੇ, ਤੁਹਾਡੇ ਫਾਈਨੈਂਸ਼ੀਅਲ ਸਟੇਟਸ ਦੇ, ਤੁਸੀਂ ਜੋ ਜੋਬ ਕਰਦੇ, ਜੇ ਤੁਹਾਡੇ ਵਾਈਫ ਜੋਬ ਕਰਦੇ ਆ ਜਾਂ ਉਹ ਸਟੱਡੀ ਕਰਦੇ ਆ, ਉਹਦੇ ਰਿਗਾਰਡਿੰਗ ਹੀ ਹੋਣਗੇ, ਕੋਈ ਇਸ ਤਰ੍ਹਾਂ ਦਾ ਆਊਟ ਆਫ ਕੋਈ ਟੋਪਿਕ ਕੁਐਸਚਨ ਨਹੀਂ ਹੋਏਗਾ ਤੁਹਾਨੂੰ। ਕਈ ਵਾਰ ਲੋਕ ਨਰਵਸ ਹੋ ਜਾਂਦੇ ਆ ਕਿ ਵੀ ਸਾਡਾ ਇੰਟਰਵਿਊ ਆ ਗਿਆ, ਤੇ ਇੰਟਰਵਿਊ ਆਉਣ ਦਾ ਮਕਸਦ ਦੋਸਤੋ ਇਸ ਤਰ੍ਹਾਂ ਸਿਰਫ ਇੰਨਾ ਹੀ ਹੈ ਕਿ ਵੀ ਵੀਜ਼ਾ ਅਫਸਰ ਨੂੰ ਕੁਝ ਕਲੈਰੀਫਿਕੇਸ਼ਨ ਨਹੀਂ ਹੈ, ਤੁਹਾਡੇ ਫੈਕਟਸ ਜਾਂ ਸਰਕਮਸਟਾਂਸਿਸ ਜਾਂ ਜੋ ਤੁਸੀਂ ਆਪਣੇ ਡਾਕੂਮੈਂਟ ਲਾਏ ਆ ਉਹਦੇ ਬਾਰੇ ਨਹੀਂ ਹੈ, ਤਾਂ ਕਰਕੇ ਉਹ ਫਿਰ ਉਹ ਵੀਜ਼ਾ ਇੰਟਰਵਿਊ ਲਈ ਤੁਹਾਨੂੰ ਇਨਵਾਈਟ ਕਰਦੇ ਆ, ਅਦਰਵਾਈਜ਼ ਉਹਨਾਂ ਕੋਲ ਕੰਮ ਬਹੁਤ ਹੈ। ਸੋ ਤੁਸੀਂ ਘਬਰਾਉਣ ਦੀ ਲੋੜ ਨਹੀਂ ਹੈ ਕਿ ਇੰਟਰਵਿਊ ਆ ਗਿਆ ਤਾਂ ਕੀ ਹੋਏਗਾ। ਕਈ ਲੋਕ ਨਰਵਸ ਵੀ ਬਹੁਤ ਇਸ ਤਰ੍ਹਾਂ ਦੇ ਕੋਈ ਕਰਦੇ ਕਿ ਵੀ ਪਤਾ ਨਹੀਂ ਮੇਰਾ ਇੰਟਰਵਿਊ ਕਿਉਂ ਆ ਗਿਆ, ਮੇਰਾ ਤੁਹਾਨੂੰ ਰਿਜੈਕਸ਼ਨ ਹੈ। ਤੁਸੀਂ ਤੁਹਾਡਾ ਕੀ ਖਿਆਲ ਹੈ ਕਿ ਜਿੰਨੇ ਲੋਕਾਂ ਦਾ ਇੰਟਰਵਿਊ ਆਇਆ ਹੈ, ਵਟ ਇਜ਼ ਦ ਪਰਸੈਂਟੇਜ ਕਿ ਉਹਨਾਂ ਦੇ ਵੀਜ਼ਾ ਇੰਟਰਵਿਊ ਦੇ ਮਗਰੋਂ ਲੱਗੇ ਹੈ ਕਿ ਰਿਜੈਕਟ ਹੋ ਗਏ, ਕਿਸ ਤਰ੍ਹਾਂ ਹੋਇਆ ਫਿਰ?
ਸਰ ਜਿੰਨੇ ਐਪਲੀਕੈਂਟ ਆਪਣੇ ਥਰੂ ਗਏ ਸੀ, ਮਤਲਬ ਮੈਂ ਇਹਦੇ ਵਿੱਚ ਕੋਈ ਇਸ ਤਰ੍ਹਾਂ ਆਪਣੀ ਐਡਵਰਟਾਈਜ਼ਮੈਂਟ ਨਹੀਂ ਕਰ ਰਿਹਾ ਜਾਂ ਇਹ ਨਹੀਂ ਕਹਿ ਰਿਹਾ ਕਿ ਅਸੀਂ ਬੈਸਟ ਹਾਂ, ਬਟ ਉਹਨਾਂ ਦੇ ਵੀਜ਼ਾਸ ਲੱਗ ਗਏ ਸੀ, ਹੋ ਸਕਦਾ ਇਹਨਾਂ ਦੇ ਕੇਸ ਜਿਹੜੇ ਆ ਦੂਸਰੇ ਨਾਲੋਂ ਥੋੜ੍ਹੇ ਡਿਫਰੈਂਟ ਹੋਣ, ਉਹਨਾਂ ਦੇ ਆਫਟਰ ਇੰਟਰਵਿਊ ਵੀਜ਼ਾਸ ਲੱਗ ਗਏ ਸੀ, ਬਟ ਹੁਣ ਜਦੋਂ ਆਪਣੇ ਕੋਲ ਜਿੰਨੇ ਵੀ ਕੇਸ ਆਉਂਦੇ ਆ ਉਹਨਾਂ 'ਚੋਂ 90% ਦੀ ਜਿਹੜੀ ਇੰਟਰਵਿਊ ਹੋਈ ਹੁੰਦੀ ਆ ਅਤੇ ਉਹ ਇੰਟਰਵਿਊ ਤੋਂ ਹੀ ਰਿਫਿਊਜ਼ ਹੋ ਕੇ ਆਉਂਦੇ ਆ। ਜਿਵੇਂ ਤੁਸੀਂ ਨੀਤਾਪੁਰੀ ਦੀ ਗੱਲ ਕੀਤੀ, ਉਹ ਇੱਕ ਵੀਜ਼ਾ ਅਫਸਰ ਜਾਂ ਲੇਡੀ ਆ ਸ਼ਾਇਦ, ਉਹ ਮਤਲਬ ਆਪਣੇ, ਮੈਨੂੰ ਲੱਗਦਾ ਨਹੀਂ ਕਿ ਉਹਨੇ ਕਦੀ ਅੱਜ ਤੱਕ ਕਿਸੇ ਨੂੰ ਕੋਈ ਵੀਜ਼ਾ ਗ੍ਰਾਂਟ ਕੀਤਾ ਹੋਣਾ। ਐਂਡ ਉਹ ਜਿੰਨੀਆਂ ਗਲਤੀਆਂ ਮਤਲਬ ਕਿਸੇ ਇੱਕ ਐਪਲੀਕੈਂਟ ਦੇ ਵਿੱਚੋਂ ਕੱਢਦੀ ਆ, ਮੈਨੂੰ ਲੱਗਦਾ ਕਿ ਜੇ ਉਹ ਉਹੀ ਫਾਰਮੂਲਾ ਆਪਣੇ 'ਤੇ ਵੀ ਲਾਗੂ ਕਰੇ ਤਾਂ ਉਨੀਆਂ ਕਮੀਆਂ ਤਾਂ ਉਹਦੇ ਖੁਦ 'ਚ ਵੀ ਹੋਣੀਆਂ, ਅਤੇ ਉਹ ਵੀ ਫਿਰ ਇਸ ਤਰੀਕੇ ਨਾਲ ਕੈਨੇਡਾ ਨਹੀਂ ਆ ਸਕਦੀ। ਪਰ ਪਤਾ ਨਹੀਂ ਉਹ ਕਿਉਂ ਛੋਟੀ ਤੋਂ ਛੋਟੀ ਗੱਲ, ਇੱਕ ਉਹਦਾ ਜਿਹੜਾ, ਮੈਨੂੰ ਲੱਗਦਾ ਕਿ ਜਦੋਂ ਜਿਸ ਤਰ੍ਹਾਂ ਆਪਾਂ ਨੂੰ ਐਪਲੀਕੈਂਟ ਦੱਸਦੇ ਆ, ਜਿਹੜੇ ਆਪਣੇ ਕਲਾਇੰਟਸ ਦੱਸਦੇ ਆ ਕਿ ਜਿਸ ਤਰ੍ਹਾਂ ਇੱਕ ਤਰੀਕੇ ਨਾਲ ਉਹ ਐਪਲੀਕੈਂਟ ਦੇ ਨਾਲ ਮਿਸਬਿਹੇਵ ਵੀ ਕਰਦੀ ਆ, ਇਸ ਤਰ੍ਹਾਂ ਦੇ ਲਫ਼ਜ਼ ਯੂਜ਼ ਕਰਦੀ ਆ ਉਸ ਟਾਈਮ ਜਿਹੜੇ ਕਰਨੇ ਨਹੀਂ ਚਾਹੀਦੇ, ਹਾਲਾਂਕਿ ਲੋਕਾਂ ਨੂੰ ਕੰਪਲੇਨ ਵੀ ਕਰਨੀ ਚਾਹੀਦੀ ਇਕੱਠੇ ਹੋ ਕੇ, ਪਰ ਕੋਈ ਕਰਦਾ ਨਹੀਂ ਆ। ਉਹਨਾਂ ਨੂੰ ਡਰ ਹੁੰਦਾ ਕਿ ਜੇ ਅਸੀਂ ਕੰਪਲੇਨ ਕਰਦੇ ਹਾਂ ਤਾਂ ਸ਼ਾਇਦ ਅੰਬੈਸੀ ਸਾਨੂੰ ਇਸ ਚੀਜ਼ ਤੋਂ ਮਤਲਬ ਉਹ ਇੱਕ ਤਰ੍ਹਾਂ ਰਿਵੇਂਜ ਲਏਗੀ ਬਾਅਦ 'ਚ, ਅਤੇ ਸਾਨੂੰ ਉਹ ਵੀਜ਼ਾ ਨਹੀਂ ਦੇਵੇਗੀ। ਬਟ ਉਹਨਾਂ ਦਾ ਜਿਹੜਾ ਬਿਹੇਵ ਆ ਉਹ ਇਸ ਟਾਈਮ, ਜਿਹੜਾ ਨੀਤਾਪੁਰੀ ਦਾ ਸਪੈਸ਼ਲੀ, ਮੈਨੂੰ ਲੱਗਦਾ ਜਿਵੇਂ ਕਲਾਇੰਟ ਦੱਸਦੇ, ਕਿਉਂਕਿ ਅਸੀਂ ਤਾਂ ਉਹਨੂੰ ਫੇਸ ਨਹੀਂ ਕੀਤਾ, ਕਿ ਉਹ ਸਹੀ ਨਹੀਂ ਹੈ ਇਸ ਟਾਈਮ। ਇੱਕ ਐਕਚੁਅਲੀ ਮੈਂ ਇੱਕ ਇਮੀਗ੍ਰੇਸ਼ਨ ਲਾਇਰ, ਮੈਂ ਕਿਸੇ ਦਾ ਨਾਮ ਇੱਥੇ ਨਹੀਂ ਲਿਆਂਗਾ, ਇਮੀਗ੍ਰੇਸ਼ਨ ਲਾਇਰ ਦਾ ਮੈਂ ਪੜ੍ਹ ਰਿਹਾ ਸੀ ਵੈਬਸਾਈਟ 'ਤੇ ਉਹਨਾਂ ਦਾ ਪੋਸਟ। ਉਹਨਾਂ ਨੇ ਕੁਛ ਇਸ ਤਰ੍ਹਾਂ ਦੇ ਕੇਸਿਸ ਲਏ ਹੈ ਨਿਊ ਦਿੱਲੀ ਹਾਈ ਕਮਿਸ਼ਨ ਤੋਂ, ਜਿਹੜੇ ਲੋਕ, ਕਿਉਂਕਿ ਅਨੀਤਾਪੁਰੀ ਦਾ ਨਾਮ ਨਹੀਂ ਯੂਜ਼ ਕੀਤਾ ਉਹਨਾਂ ਨੇ, ਜਿਹੜਾ ਦੱਸ ਤੁਸੀਂ ਕੈਬਸ ਨੋਸ ਕਢਵਾਓਗੇ ਨਾ, ਉਹਦੇ ਵਿੱਚ ਏ ਪੀ ਲਿਖਿਆ ਹੁੰਦਾ, ਜਦ ਵੀ ਕਿਤੇ ਏ ਪੀ ਹੈ ਤਾਂ ਏ ਪੀ ਮੀਨਸ ਅਨੀਤਾਪੁਰੀ ਹੈ ਮੋਸਟ ਲਾਈਕਲੀ। ਸੋ ਉਸ ਕੇਸ ਵਿੱਚ ਜੋ ਰਿਜੈਕਸ਼ਨ ਰਿਫਿਊਜ਼ਲ ਲਿਖਿਆ ਹੋਇਆ ਕਿ ਫਰਜ਼ ਕਰੋ ਕਿ ਵੀ ਤੁਹਾਡੀ ਜੀ ਮੈਰਿਜ ਸੈਰੇਮਨੀ ਨਹੀਂ ਹੋਈ, ਜਾਂ ਮੈਰਿਜ ਸੈਰੇਮਨੀ ਹੋ ਗਈ ਅਤੇ ਤੁਹਾਡੇ ਜੀ ਇਕੱਠ ਸ਼ੋਅ ਨਹੀਂ ਹੋਇਆ ਜੀ, ਜਾਂ ਤੁਸੀਂ ਪ੍ਰੋਪਰ ਜਿਹੜੇ ਤੁਹਾਡੇ ਕੱਪੜੇ ਤੁਹਾਡੇ ਟ੍ਰੈਡੀਸ਼ਨ ਨਹੀਂ ਸ਼ੋਅ ਕਰ ਰਹੇ, ਇਸ ਤਰ੍ਹਾਂ ਉਹਨਾਂ ਨੇ ਸਟੀਰੋਟਿਪੀਕਲ ਇੱਕ ਆਪਣੇ ਬਿਆਨ ਦਿੱਤੇ ਹੈ ਪੰਜਾਬੀ ਵੈਡਿੰਗ ਦੇ ਬਾਰੇ ਕਿ ਵੀ ਪੰਜਾਬੀ ਵੈਡਿੰਗ ਇਸ ਤਰ੍ਹਾਂ ਦੇ ਹੋਣੀ ਚਾਹੀਦੀ ਹੈ, ਤੁਹਾਡੀ ਇਸ ਤਰ੍ਹਾਂ ਨਹੀਂ ਹੋਈ, ਇਸ ਕਰਕੇ ਮੈਂ ਤੁਹਾਡਾ ਕੇਸ ਰਿਫਿਊਜ਼ ਕਰ ਰਹੀ ਹੈ। ਇਸ ਤਰੀਕੇ ਦੇ ਰਿਫਿਊਜ਼ਲ ਦੇ ਖਿਲਾਫ ਉਸ ਲੋਇਰ ਨੇ ਫੈਡਰਲ ਕੋਰਟ ਵਿੱਚ ਜੁਡੀਸ਼ੀਅਲ ਰਿਵਿਊ ਪਾਇਆ ਸੀ ਅਤੇ ਉਹ ਉਹਨਾਂ ਨੂੰ ਸਕਸੈਸ ਮਿਲ ਗਈ, ਅਤੇ ਉਸ ਉਹਨਾਂ ਨੇ ਲਿਖਿਆ ਹੈ ਕਿ ਵੀ ਇਹ ਫਲਾਣੇ ਫਲਾਣੇ ਆਫਿਸਰ ਹੈ, ਇੱਕ ਅਨੀਤਾਪੁਰੀ ਦਾ ਨਾਮ ਵੀ ਲਿਖਿਆ ਉਹਨਾਂ ਨੇ, ਅਤੇ ਦੋ ਤਿੰਨ ਹੋਰ ਵੀ ਨਾਮ ਲਿਖੇ ਜਿਹੜੇ ਇਨੀਸ਼ੀਅਲ ਕਰਕੇ ਪਤਾ ਲੱਗਦੇ ਕਿ ਕੋਈ ਹੋਰ ਹੈ। ਸੋ ਇਹਦੇ ਬਾਰੇ ਉਹਨਾਂ ਨੇ ਕਾਫ਼ੀ ਇੱਕ ਸਟਰੋਂਗ ਆਪਣੀ ਜਜਮੈਂਟ ਦਿੱਤੀ ਹੈ ਕਿ ਵੀ ਤੁਸੀਂ ਆਪਣੇ ਇੱਕ ਮੈਰਿਜ ਨੂੰ ਸਟੀਰੋਟਾਈਪ ਨਾ ਕਰੋ, ਮੈਰਿਜ ਦੇ ਬਹੁਤ ਸਾਰੇ ਹੋ ਸਕਦੇ, ਜਿਸ ਤਰ੍ਹਾਂ ਲਵ ਮੈਰਿਜ ਹੈ ਜਿੱਥੇ ਕੋਈ ਆਇਆ ਨਹੀਂ ਜੀ, ਕੋਈ ਮਤਲਬ ਕੋਈ ਕੋਈ ਸੈਰੇਮਨੀ ਨਹੀਂ ਹੋਈ, ਤਾਂ ਵੀ ਉਹ ਜੈਨੂਇਨ ਮੰਨੀ ਜਾਏਗੀ। ਸਰ ਇਹਦੇ 'ਚ ਮੈਂ ਇੱਕ ਗੱਲ ਮੈਂ ਪੜ੍ਹਿਆ ਸੀ, ਮੈਂ ਤੁਹਾਨੂੰ ਦੱਸਣਾ ਚਾਹੂੰਗਾ, ਬੜੀ ਇਨਫੋਰਮੇਸ਼ਨ ਵਾਲੀ ਗੱਲ। ਉਹਦੇ 'ਚ ਸਰ ਇਹ ਕਿ ਇਹ ਸੀ ਕਿ ਮਤਲਬ ਜਿਹੜੇ ਵੀਜ਼ਾ ਆਫਿਸਰ ਹੁੰਦੇ ਆ ਨਾ, ਉਹ ਫੈਡਰਲ ਕੋਰਟ ਦੀਆਂ ਜਿਹੜੀਆਂ ਜਿਹੜੇ ਡਿਸੀਜਨਸ ਹੁੰਦੇ ਆ ਨਾ, ਉਹਨਾਂ ਨੂੰ ਫੋਲੋ ਕਰਦੇ ਆ। ਉਹਦੇ ਵਿੱਚ ਇੱਕ ਵੀਜ਼ਾ, ਇੱਕ ਫੈਡਰਲ ਕੋਰਟ ਦੇ ਇੱਕ ਜੱਜ ਨੇ ਕਿਹਾ ਸੀ ਕਿ ਜਿਸ ਕੰਟਰੀ ਦੇ ਵਿੱਚੋਂ ਐਪਲੀਕੈਂਟ ਜਿਹੜਾ ਵਾ ਉਹ ਅਪਲਾਈ ਕਰ ਰਿਹਾ ਆ, ਉੱਥੋਂ ਦਾ ਕਲਚਰ ਕਿਵੇਂ ਦਾ ਆ, ਉੱਥੇ ਮੈਰਿਜਸ ਕਿਵੇਂ ਹੁੰਦੀਆਂ ਆ, ਜੇ ਉੱਥੋਂ ਦੇ ਕਲਚਰ ਦੇ ਅਕੋਰਡਿੰਗ ਹੀ ਉਹਦੀ ਮੈਰਿਜ ਹੋਏਗੀ ਤਾਂ ਫਿਰ ਹੀ ਅਸੀਂ ਉਹਨੂੰ ਜੈਨੂਇਨ ਮੰਨ ਸਕਦੇ ਹਾਂ। ਇਹ ਨਹੀਂ ਆਪਾਂ ਕਹਿ ਸਕਦੇ ਕਿ ਜੀ ਸਾਡੇ ਕੈਨੇਡਾ ਦੇ ਵਿੱਚ ਤਾਂ ਕੋਰਟ ਮੈਰਿਜ ਹੋ ਜਾਂਦੀ ਆ, ਜਾਂ ਇੱਥੇ ਚਰਚ ਦੇ ਵਿੱਚ ਮੈਰਿਜ ਹੋ ਜਾਂਦੀ, ਸਿੰਪਲ ਮੈਰਿਜ ਹੋ ਜਾਂਦੀ, ਅਤੇ ਜੇ ਇੰਡੀਆ ਦੇ ਵਿੱਚ ਸਿੰਪਲ ਮੈਰਿਜ ਹੋਈ ਤਾਂ ਉਸ ਤੋਂ ਪ੍ਰੋਬਲਮ ਕਿਉਂ? ਉਹ ਕਹਿੰਦੇ ਜਿਸ ਕੰਟਰੀ 'ਚੋਂ ਤੁਸੀਂ ਅਪਲਾਈ ਕਰ ਰਹੇ ਹੋ, ਜਿੱਥੋਂ ਦੇ ਤੁਸੀਂ ਰਹਿਣ ਵਾਲੇ ਹੋ, ਜਿੱਥੋਂ ਦੇ ਤੁਸੀਂ ਰੈਜੀਡੈਂਸ ਜੀ, ਜੇ ਉੱਥੋਂ ਦੇ ਕਲਚਰ ਦੇ ਅਕੋਰਡਿੰਗ ਤੁਹਾਡੀ ਮੈਰਿਜ ਹੋਈ ਆ, ਅਤੇ ਤੁਸੀਂ ਉਹ ਅਸੀਂ ਉਸ ਚੀਜ਼ ਨੂੰ ਸਹੀ ਮੰਨਦੇ ਹਾਂ ਕਿ ਹਾਂ ਠੀਕ ਹੈ, ਬਟ ਜੇ ਉਹ ਉੱਥੋਂ ਦੀ ਮੈਰਿਜ ਉਹਦੇ ਅਕੋਰਡਿੰਗ ਨਹੀਂ ਹੋਈ, ਸਿੰਪਲ ਹੋਈ ਆ ਜਾਂ ਕੋਰਟ ਮੈਰਿਜ ਹੋਈ ਆ, ਫਿਰ ਅਸੀਂ ਉਸ ਚੀਜ਼ ਨੂੰ ਜਿਹੜਾ ਵਾ ਡਾਊਟਫੁਲੀ ਦੇਖਦੇ, ਉਹਦੇ 'ਤੇ ਆਪਾਂ ਡਾਊਟ ਕਰਦੇ ਹਾਂ। ਪਰ ਉਹਦੇ 'ਚ ਉਹਨਾਂ ਨੂੰ ਠੀਕ ਹੈ, ਜੱਜ ਆਪਾਂ ਉਹਨਾਂ ਦੀ ਟਿੱਪਣੀ ਨੂੰ ਗਲਤ ਨਹੀਂ ਕਹਿ ਸਕਦੇ, ਪਰ ਇਹਦੇ 'ਚ ਇਹ ਵੀ ਵੇਖਣਾ ਚਾਹੀਦਾ ਨਾ ਕਿ ਅੱਜ ਦੁਨੀਆ ਚੇਂਜ ਹੋ ਰਹੀ ਆ, ਲੋਕੀ ਜੇ ਇੱਕ ਬੰਨੇ ਆਪਾਂ ਇੰਡੀਆ ਦੇ ਵਰਗੇ ਦੇਸ਼ਾਂ ਦੇ ਵਿੱਚ ਜਿਹੜੇ ਡਿਵੈਲਪਿੰਗ ਕੰਟਰੀਜ਼, ਉਹਨਾਂ 'ਚ ਕਹਿ ਰਹੇ ਹਾਂ ਕਿ ਫਾਲਤੂ ਖਰਚੇ ਨਾ ਕਰੋ, ਤੁਸੀਂ ਮੈਰਿਜਸ 'ਤੇ ਇੰਨੇ ਪੈਸੇ ਨਾ ਲਾਓ, ਜੇ ਲੋਕ ਅੱਜ ਸਿੰਪਲ ਮੈਰਿਜ ਵੱਲ ਤੁਰ ਰਹੇ ਹਾਂ ਆਪਾਂ, ਅਤੇ ਉਸ ਚੀਜ਼ ਨੂੰ ਅਸੈਪਟ ਕਰਨਾ ਚਾਹੀਦਾ, ਅੰਬੈਸੀ ਨੂੰ ਵੀ, ਆਲ ਓਵਰ ਦੀ ਵਰਲਡ, ਸਾਰੀ ਦੁਨੀਆ ਨੂੰ ਕਰਨਾ ਚਾਹੀਦਾ। ਬਟ ਇਹ ਕਹਿ ਦੇਣਾ ਕਿ ਤੁਸੀਂ ਪਹਿਲਾਂ 10-15 ਲੱਖ 20 ਲੱਖ ਮੈਰਿਜ 'ਤੇ ਖਰਚਾ ਲਾਓਗੇ ਅਤੇ ਫਿਰ ਹੀ ਅਸੀਂ ਤੁਹਾਡੀ ਮੈਰਿਜ ਨੂੰ ਜੈਨੂਇਨ ਮੰਨਾਂਗੇ, ਉਹ ਜਸਟੀਫਾਈ ਨਹੀਂ ਕਰਦੀ ਗੱਲ। ਅਸਲੀ ਐਕਚੁਅਲੀ ਰੀਜ਼ਨ ਸਿਰਫ ਮੈਰਿਜ ਸੈਰੇਮਨੀ ਨਹੀਂ ਹੈ, ਅਸਲੀ ਰੀਜ਼ਨ ਹੈ ਕਿ ਬਿਫੋਰ ਮੈਰਿਜ ਐਂਡ ਆਫਟਰ ਮੈਰਿਜ ਹਸਬੈਂਡ ਵਾਈਫ ਦੀ ਜਿਹੜੀ ਐਕਟੀਵਿਟੀ ਸ਼ੋਅ ਨਹੀਂ ਹੋ ਰਹੀ, ਜਿਸ ਤਰ੍ਹਾਂ ਉਹਨਾਂ ਦੇ ਕੋਈ ਸਾਂਝਾ, ਉਹਨਾਂ ਨੇ ਕੋਈ ਅਕਾਊਂਟ ਨਹੀਂ ਬਣਾਇਆ, ਜਾਂ ਕੋਈ ਹੋਰ ਕੋਈ ਅਪਡੇਟ ਨਹੀਂ ਕੀਤੇ, ਗਵਰਨਮੈਂਟ ਡਾਕੂਮੈਂਟਸ ਅਪਡੇਟ ਨਹੀਂ ਹੋਇਆ, ਜਾਂ ਇੱਕ ਦੂਸਰੇ ਨੂੰ ਇੱਕ ਜਿਹੜਾ ਮਨੀ ਟ੍ਰਾਂਸਫਰ ਦਾ ਮਨੀ ਬੈਕਅਪ ਹੈ ਉਹ ਨਹੀਂ ਸ਼ੋਅ ਹੋ ਰਿਹਾ, ਅਤੇ ਦੂਸਰਾ ਆਪਣਾ ਕਿ ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਰਿਲੇਸ਼ਨਸ਼ਿਪ ਡਿਵੈਲਪ ਹੋਈ ਹੈ, ਦੋਸਤੀ ਤੋਂ ਲੈ ਕੇ ਫਿਰ ਰੋਮਾਂਸ ਤੋਂ ਲੈ ਕੇ ਫਿਰ ਇੰਗੇਜਮੈਂਟ ਵਾਲਾ, ਇਸ ਤਰ੍ਹਾਂ ਉਹ ਸ਼ੋਅ ਨਹੀਂ ਹੋ ਰਹੀ।
ਤਾਂ ਕਰਕੇ ਉਹਨਾਂ ਨੂੰ ਇੱਕ ਬਹਾਨਾ ਮਿਲ ਜਾਂਦਾ ਕਿ ਵੀ ਸਾਡੇ ਕੋਲ ਕੁਛ ਸਬੂਤ ਹੀ ਨਹੀਂ ਹੈ ਤੇ ਤਾਂ ਕਰਕੇ ਕਰਨਾ ਪਰ ਐਨੀਵੇ ਉਹ ਇਹ ਸਾਰੇ ਮੈਟਰ 205C2 ਤੇ ਤਹਿਤ ਮਤਲਬ ਉਹ ਉਸ ਚੀਜ਼ ਨੂੰ ਕਰਦੇ ਰਿਫਿਊਜ਼ਲ ਕਈ ਵਾਰ ਤੁਸੀਂ ਦੇਖਿਆ ਹੋਣਾ ਕਿ ਵੀ ਸਪਾਊਸ ਵੀਜ਼ਾ ਜੇ ਜੇ ਰਿਫਿਊਜ਼ਲ ਰਿਫਿਊਜ਼ਲ ਜਿਹੜਾ ਸੈਕਸ਼ਨ ਹੈ ਉਹ ਸੈਕਸ਼ਨ 205C2 ਤੇ ਉਹਨਾਂ ਨੇ ਲਾਇਆ ਹੋਇਆ ਕਿ ਵੀ ਤੁਸੀਂ ਮੀਟ ਨਹੀਂ ਕਰਦੇ ਸਪਾਊਸ ਦੀ ਡੈਫੀਨੇਸ਼ਨ ਤੁਹਾਡੇ ਅਕੋਰਡਿੰਗ 205C2 ਦਾ ਮਤਲਬ ਕੀ ਹੈ ਉਹਦਾ ਕੀ ਹੈ ਉਹਦੇ ਬਾਰੇ ਥੋੜ੍ਹਾ ਥੋੜ੍ਹਾ ਜਿਹਾ ਦੱਸੋ ਲੋਕਾਂ ਨੂੰ ਸਰ 205C2 ਨੂੰ ਜਿਹੜਾ ਅੱਜ ਦਾ ਮੈਂ ਤੁਹਾਨੂੰ ਦੱਸ ਦੇਣਾ ਅੱਜ ਦੇ ਟਾਈਮ ਉਸਨੂੰ ਕੀ ਜਿਸ ਕਿਸੇ ਦੀ ਜੇ ਕਿਸੇ ਦੀ ਰਿਫਿਊਜ਼ਲ ਤੇ ਲੱਗ ਕੇ ਆਉਂਦਾ ਕਿ 205C2 ਲੱਗ ਗਿਆ ਉਹਦਾ ਲੋਇਰ ਉਹਦਾ ਕੰਸਲਟੈਂਟ ਉਹਦਾ ਏਜੰਟ ਜਾਂ ਉਹ ਖੁਦ ਐਪਲੀਕੈਂਟ ਉਹ ਇਹੀ ਸਮਝਦਾ ਆ ਕਿ ਮੇਰੀ ਜਿਹੜਾ ਉਹਨਾਂ ਨੇ ਮੇਰੀ ਰਿਲੇਸ਼ਨ ਦੇ ਉੱਪਰ ਮੇਰੇ ਡਾਊਟ ਕੀਤਾ ਆ ਕਿ ਤੁਹਾਡਾ ਜਿਹੜੀ ਮੈਰਿਜ ਆ ਉਹ ਬੋਨਾਫਾਈਡ ਨਹੀਂ ਆ ਰਿਲੇਸ਼ਨ ਬੋਨਾਫਾਈਡ ਨਹੀਂ ਹੈ ਬਟ ਇਸ ਤਰ੍ਹਾਂ ਨਹੀਂ ਹੁੰਦਾ 205C2 ਦਾ ਮਤਲਬ ਹੈ ਕਿ ਜਿਹੜੀਆਂ ਰਿਕੁਆਇਰਮੈਂਟਸ ਜਿਹੜੀਆਂ ਟਰਮਸ ਐਂਡ ਕੰਡੀਸ਼ਨ ਅਸੀਂ ਰੱਖੀਆਂ ਆ ਉਹਨਾਂ ਨੂੰ ਤੁਸੀਂ ਮੀਟ ਨਹੀਂ ਕਰਦੇ ਇਸ ਕਰਕੇ ਅਸੀਂ ਤੁਹਾਡਾ ਜਿਹੜਾ ਵੀਜ਼ਾ ਆ ਰਿਫਿਊਜ਼ ਕਰ ਰਹੇ ਹਾਂ ਉਹਦੇ ਵਿੱਚ ਇਸ ਤਰ੍ਹਾਂ ਹੁੰਦਾ ਹੁਣ ਰੀਸੈਂਟਲੀ ਸਾਡੇ ਕੋਲ ਇੱਕ ਕੇਸ ਸੀ ਉਹਦੇ ਵਿੱਚ 205 ਲੱਗਾ ਸੀ ਉਹ ਕਹਿੰਦੇ ਸੀ ਜੀ ਸਾਡੀ ਮੈਰਿਜ ਦਾ ਉਹਨਾਂ ਨੇ ਡਾਊਟ ਕੀਤਾ ਤੁਸੀਂ ਲਾ ਦਿਓ ਫਾਈਲ ਲਾ ਦਿਓ ਅਸੀਂ ਕਿਹਾ ਵੀ ਜੀ ਅਸੀਂ ਫਾਈਲ ਨਹੀਂ ਲਾਉਣੀ ਸਾਡੇ ਪਹਿਲੋ ਕੈਪਸ ਨੋਟ ਹੋਣਗੇ ਫਿਰ ਅਸੀਂ ਫਾਈਲ ਲਾਉ ਜਦੋਂ ਕੈਪਸ ਨੋਟ ਨਿਕਲ ਕੇ ਆਏ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਕਿ ਅਸੀਂ ਵੀਜ਼ਾ ਇਸ ਕਰਕੇ ਰਿਫਿਊਜ਼ ਕੀਤਾ ਆ ਕਿਉਂਕਿ ਜਿਹੜਾ ਐਪਲੀਕੈਂਟ ਆ ਉਹਦੀ ਜਿਹੜੀ ਵਾਈਫ ਆ ਉਹ ਜਿਹੜੀ ਕਾਲਜ 'ਚ ਪੜ੍ਹ ਰਹੀ ਆ ਉਹ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਐਲੀਜੀਬਲ ਨਹੀਂ ਆ ਜਿਹੜਾ ਕੋਰਸ ਉਹ ਕਰ ਰਹੀ ਹੈ ਇਸ ਕਰਕੇ ਅਸੀਂ ਉਹਦਾ ਵੀਜ਼ਾ ਰਿਫਿਊਜ਼ ਕੀਤਾ ਮੀਨਸ ਗੱਲ ਉੱਥੇ ਆ ਗਈ ਕਿ ਉਹ ਜਿਹੜੀਆਂ ਰਿਕੁਆਇਰਮੈਂਟਸ ਜਿਹੜੀਆਂ ਉਹਨਾਂ ਨੇ ਰੱਖੀਆਂ ਕਿ ਤੁਹਾਡੇ ਜਿਹੜਾ ਸਪਾਊਸ ਆ ਫੁੱਲ ਟਾਈਮ ਸਟੂਡੈਂਟ ਹੋਣਾ ਚਾਹੀਦਾ ਆ ਉਹ ਉਸ ਕਾਲਜ 'ਚ ਪੜ੍ਹਦਾ ਹੋਣਾ ਚਾਹੀਦਾ ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਸਤੇ ਜਿਹੜਾ ਵਾ ਐਲੀਜੀਬਲ ਹੋਵੇ ਇਸ ਤੋਂ ਇਲਾਵਾ ਕੁਛ ਹੋਰ ਜਿਵੇਂ ਤੁਹਾਡੀ ਮੈਰਿਜ ਰਿਲੇਸ਼ਨ ਜਿਹੜਾ ਵਾ ਉਹ ਜੈਨੂਇਨ ਹੋਵੇ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਆ ਤੇ ਫਿਰ ਹੀ ਆਪਾਂ ਉਸਨੂੰ ਵੀਜ਼ਾ ਦੇ ਸਕਦੇ ਹਾਂ ਤੇ ਉਹ ਸਾਰੇ ਸਮਝ ਲੈਂਦੇ ਆ ਕਿ ਨਹੀਂ ਜੀ 205 ਆ ਜੇ ਉਹ ਲੱਗ ਗਿਆ ਤੇ ਇਟ ਮੀਨਸ ਕਿ ਉਹ ਮੈਰਿਜ ਦੇ ਉੱਪਰ ਹੀ ਬੇਸਡ ਆ ਕਿ ਮੈਰਿਜ ਦਾ ਜਿਹੜਾ ਤੁਹਾਡਾ ਰਿਲੇਸ਼ਨ ਆ ਉਹ ਜੈਨੂਇਨ ਨਹੀਂ ਆ ਤੇ ਤਾਂ ਕਰਕੇ ਇਸ ਤਰ੍ਹਾਂ ਨਹੀਂ ਹੁੰਦਾ ਇਹਦੇ ਵਿੱਚ ਤੁਹਾਡੀਆਂ ਜਿਹੜੀਆਂ ਸਾਰੀਆਂ ਟਰਮਸ ਐਂਡ ਕੰਡੀਸ਼ਨ ਆ ਜਾਂਦੀਆਂ ਹਾਂ 2001B ਉਦੋਂ ਲਾਉਂਦੇ ਆ ਜਦੋਂ ਉਹ ਕਹਿੰਦੇ ਆ ਕਿ ਉਹਨਾਂ ਨੂੰ ਲੱਗਦਾ ਹੈ ਕਿ ਠੀਕ ਹੈ ਉਹ ਜਿਹੜੀਆਂ ਟਰਮਸ ਐਂਡ ਕੰਡੀਸ਼ਨ ਆ ਉਹਨਾਂ ਨੂੰ ਰਿਕੁਆਇਰਮੈਂਟ ਆ ਉਹ ਮੀਟ ਕਰਦਾ ਹੈ ਬਟ ਉਹਦੇ 'ਚ ਉਹ ਕਹਿ ਦਿੰਦੇ ਵੀ ਸਾਨੂੰ ਉਹਨਾਂ ਨੂੰ ਫਿਰ ਵੀ ਸ਼ਾਇਦ ਕੇਸ ਸੋਲਿਡ ਨਹੀਂ ਲੱਗਦਾ ਤੇ ਉਹ ਕਹਿ ਦਿੰਦੇ ਕਿ ਜੀ ਇਹਨੇ ਵਾਪਸ ਨਹੀਂ ਆਉਣਾ ਇਟ ਮੀਨਸ ਤੁਸੀਂ ਸਾਰੀਆਂ ਦੂਸਰੀਆਂ ਸ਼ਰਤਾਂ ਪੂਰੀਆਂ ਕਰਦੇ ਜੇ ਪਰ ਉਹਨਾਂ ਨੂੰ ਫਿਰ ਵੀ ਤੁਹਾਡਾ ਕੇਸ ਸਟਰੋਂਗ ਨਹੀਂ ਲੱਗਾ ਉਹਨਾਂ ਨੇ ਕਹਿਤਾ ਜੀ ਤੁਸੀਂ ਵਾਪਸ ਨਹੀਂ ਆਉਣਾ ਵਾਪਸ ਆਉਣ ਦਾ ਕਾਰਨ ਉਹ ਦੇ ਦਿੰਦੇ ਜੀ ਤੁਹਾਡੀ ਜਿਹੜਾ ਇਕਨੋਮਿਕ ਜਿਹੜੀ ਕੰਡੀਸ਼ਨ ਆ ਜਿਹੜਾ ਫਾਈਨੈਂਸ਼ੀਅਲ ਸਟੇਟਸ ਆ ਉਹ ਇੰਨਾ ਵਧੀਆ ਨਹੀਂ ਆ ਜਿਹਦੇ ਕਰਕੇ ਤੁਸੀਂ ਇੱਥੇ ਆਓਗੇ ਜਾਂ ਤੁਹਾਡੇ ਫੈਮਿਲੀ ਟਾਈਸ ਨਹੀਂ ਹੈਗੇ ਇਸ ਤਰ੍ਹਾਂ ਕਰਕੇ ਹੋ ਜਾਂਦਾ ਸੋ 205 ਦੋਸਤੋ 205 ਜਿਹੜਾ C2 ਨਾ ਇਹਦੇ ਬਾਰੇ ਇੱਕ ਜਨਰਲ ਗਾਈਡੈਂਸ ਮੈਂ ਦੱਸਦਿਆਂ ਲੋਕਾਂ ਨੂੰ ਕੀ ਹੈ ਕਿ ਇਮੀਗ੍ਰੇਸ਼ਨ ਕਾਨੂੰਨ ਦੇ ਦੋ ਸਾਡੇ ਇੱਕ ਚੈਪਟਰਸ ਨੇ ਇੱਕ ਤਾਂ ਹੈ ਐਕਟ ਦੂਸਰਾ ਹੈ ਰੈਗੂਲੇਸ਼ਨ ਅਗਰ ਕਿਸੇ ਨੇ ਇੱਕ ਰਿਸਰਚ ਕਰਨੀ ਹੈ ਤਾਂ ਉਹ ਗੂਗਲ 'ਤੇ ਟਾਈਪ ਕਰੋ ਇਮੀਗ੍ਰੇਸ਼ਨ ਰੈਫਿਊਜੀ ਐਂਡ ਪ੍ਰੋਟੈਕਸ਼ਨ ਐਕਟ ਕੈਨੇਡਾ IRPA ਕੈਨੇਡਾ ਟਾਈਪ ਕਰੋ ਅਤੇ ਇੱਕ ਤੁਹਾਨੂੰ ਇੱਕ ਡਾਕੂਮੈਂਟ ਆ ਜਾਏਗਾ ਮੇਰੇ ਖਿਆਲ ਔਨ ਦਾ ਜਸਟਿਸ ਵੈਬਸਾਈਟ 'ਤੇ ਤੁਸੀਂ ਉਹ ਸਾਰਾ ਐਕਟ ਪੜ੍ਹ ਸਕਦੇ ਹੋ ਐਕਟ 'ਤੇ ਨਾ ਜਾਓ ਗੋ ਟੂ ਰੈਗੂਲੇਸ਼ਨ ਦੋ ਪਾਰਟ ਨੇ ਇੱਕ ਤਾਂ ਐਕਟ ਹੈ ਦੂਸਰਾ ਰੈਗੂਲੇਸ਼ਨ ਹੈ ਰੈਗੂਲੇਸ਼ਨ ਦਾ ਮਤਲਬ ਹੈ ਕਿ ਆਰ ਜਿਹੜਾ ਜਿਹੜਾ ਆਰ 205 ਸੋ ਆਰ 205 ਜਿਹੜਾ ਜਿਹੜਾ ਪੇਜ ਖੁੱਲੇਗਾ ਨਾ ਸੋ ਡੈਟ ਇਜ਼ ਕਾਲ R205 ਇਹਦੇ ਵਿੱਚ ਵੀ ਬਣਿਆ ਹੋਇਆ A, B, C, 2 ਇਸ ਤਰ੍ਹਾਂ ਡੀ ਤੱਕ ਕਾਫੀ ਕੁਝ ਬਣਿਆ ਹੋਇਆ ਅਤੇ ਤੁਸੀਂ R205C 'ਤੇ ਜਾ ਕੇ ਉਹ ਤੁਸੀਂ ਆਪਣੇ ਆਪ ਪੜ੍ਹ ਸਕਦੇ ਹੋ ਮੈਂ ਲੋਕਾਂ ਨੂੰ ਸਪੈਸ਼ਲੀ ਜਿਹੜੇ ਸਪਾਊਸ ਵੀਜ਼ਾ ਜਿਹੜੇ ਸੋਚ ਰਹੇ ਹੈ ਪਲੀਜ਼ ਅਗਰ ਜੇ ਤੁਹਾਡਾ ਇੰਟਰਸਟ ਹੈ ਇਸ ਬਾਰੇ ਜੇ ਤੁਹਾਡੀ ਕੋਈ ਗਲਤੀ ਨਾ ਹੋ ਜਾਏ ਤੁਸੀਂ ਪਹਿਲਾਂ ਅਪਲਾਈ ਕਰਨ ਤੋਂ ਪਹਿਲਾਂ R205C2 ਪੜ੍ਹ ਲਓ ਗੂਗਲ 'ਤੇ ਅਵੇਲੇਬਲ ਹੈ ਅਤੇ ਤੁਹਾਨੂੰ ਕਲੀਅਰ ਹੋ ਜਾਏਗਾ 205C2 ਦਾ ਮਤਲਬ ਸਿਰਫ ਇੱਕ ਪ੍ਰੋਵੀਜ਼ਨ ਤੁਹਾਨੂੰ ਦਿੱਤਾ ਹੈ ਕਿ ਜਿਹੜਾ ਹਸਬੈਂਡ ਹੈ ਵਾਈਫ ਦਾ ਜਿਹੜੀ ਆਲਰੇਡੀ ਪੜ੍ਹ ਰਹੀ ਹੈ ਹਸਬੈਂਡ ਨੂੰ ਅਸੀਂ 205C2 ਦੇ ਤਹਿਤ ਇਹਦਾ ਕੋਡ ਬਣਦਾ ਹੈ C41 and C42 ਉਹਦੇ ਤਹਿਤ ਅਸੀਂ ਤੁਹਾਨੂੰ ਇੱਕ ਓਪਨ ਵਰਕ ਪਰਮਿਟ ਦਿਆਂਗੇ ਅਤੇ ਉਹਦੀ ਰਿਕੁਆਇਰਮੈਂਟ ਜਿਹੜਾ ਸਕੂਨ ਨੇ ਦੱਸੀ ਹੈ ਰਿਕੁਆਇਰਮੈਂਟ ਸਿੰਪਲ ਹੀ ਹੈ ਜਿਸ ਤਰ੍ਹਾਂ ਸਪਾਊਸ ਸ਼ੁੱਡ ਬੀ ਇਨ ਫੁੱਲ ਟਾਈਮ ਅਟੈਂਡੈਂਸ ਅਗਰ ਜੇ ਪਾਰਟ ਟਾਈਮ ਹੋ ਗਿਆ ਫਿਰ ਨਹੀਂ ਦੇਣਾ ਜੇਕਰ ਉਹਦੀ ਅਟੈਂਡੈਂਸ ਪੂਰੀ ਨਹੀਂ ਆ ਰਹੀ ਫਿਰ ਨਹੀਂ ਦੇਣਾ ਉਹਨਾਂ ਨੇ ਜੇਕਰ ਮੈਰਿਜ ਰਿਲੇਸ਼ਨਸ਼ਿਪ ਜਿਹੜੀ ਐਜ਼ ਫਾਰ ਐਜ਼ ਜਿਹੜੀ ਇਮੀਗ੍ਰੇਸ਼ਨ ਦਾ ਜਿਹੜਾ ਹੁੰਦਾ ਹੈ ਕਿ ਡੈਫੀਨੇਸ਼ਨ ਆਫ ਸਪਾਊਸ ਉਹ ਸ਼ੋਅ ਹੋ ਰਹੀ ਹੈ ਫਿਰ ਉਹਨਾਂ ਦੇ ਨਾਲ ਅਦਰਵਾਈਜ਼ ਅਗਰ ਜੇ ਸਪਾਊਸ ਮੇਰੇ ਕੋਲ ਕਈ ਕੇਸ ਇਸ ਤਰ੍ਹਾਂ ਵੀ ਆਏ ਸੁਖਮੰਦ ਕਿ ਜਿਹਨਾਂ ਨੇ ਗਾਜ਼ੀਆਬਾਦ ਜਾ ਕੇ ਮੈਰਿਜ ਕਰਾਈ ਹੈ ਮਤਲਬ ਕਿ ਮੈਰਿਜ ਪੰਜਾਬ ਤੋਂ ਚੜ ਕੇ ਉਹਨਾਂ ਨੇ ਲਵ ਮੈਰਿਜ ਦਾ ਚੱਕਰ ਚੱਲਿਆ ਉਹਨਾਂ ਨੇ ਕਿਹਾ ਕਿ ਪੰਜਾਬ ਆਪਾਂ ਵਿਆਹ ਨਹੀਂ ਕਰ ਸਕਦੇ ਅਤੇ ਉਹ ਗਾਜ਼ੀਆਬਾਦ ਚਲੇ ਗਏ ਐਡਵੋਕੇਟ ਨੂੰ ਪੈਸੇ ਦੇ ਕੇ ਉਹਨਾਂ ਨੇ ਮੈਰਿਜ ਕਰਾ ਲਈ ਮੈਰਿਜ ਸਰਟੀਫਿਕੇਟ ਵੀ ਮਿਲ ਗਿਆ ਲੇਕਿਨ ਅਕੋਰਡਿੰਗ ਟੂ ਕੈਨੇਡੀਅਨ ਜਿਹੜਾ ਇਮੀਗ੍ਰੇਸ਼ਨ ਰੈਫਿਊਜੀ ਪ੍ਰੋਟੈਕਸ਼ਨ ਐਕਟ ਦੇ ਥਰੂ ਸਪਾਊਸ ਦੀ ਡੈਫੀਨੇਸ਼ਨ ਨੂੰ ਮੀਟ ਨਹੀਂ ਕਰ ਰਿਹਾ ਕਿਉਂਕਿ ਉਹਨਾਂ ਦੀ ਪ੍ਰੋਪਰ ਉਹਦਾ ਜਿਹੜੀ ਯੂਪੀ ਦੀ ਸੋ ਇਹ ਸਾਰਾ 205C2 ਦੇ ਤਹਿਤ ਚੱਲ ਰਿਹਾ ਸਾਰਾ ਕੰਮ ਸੋ ਉਹ ਇੱਕ ਪਤਾ ਕਰ ਲਓ ਇੱਕ ਚੀਜ਼ ਹੋਰ ਹੈ ਸ਼ਾਇਦ ਲੋਕਾਂ ਨੂੰ ਪਤਾ ਨਹੀਂ ਕਿ ਜਿੱਥੇ ਤੁਸੀਂ ਰੈਗੂਲੇਸ਼ਨ ਪੜ੍ਹਦੇ ਹੋ
ਰੈਗੂਲੇਸ਼ਨ 4 ਦੇਖ ਲਓ R4 ਇੱਕ ਤਾਂ ਮੈਂ 205C2 ਦੀ ਗੱਲ ਕੀਤੀ ਇੱਕ ਤੁਸੀਂ R4 ਵੀ ਪਤਾ ਕਰੋ R4 ਤੇ ਤੁਸੀਂ ਖੋਲੋਗੇ ਪਤਾ ਲੱਗੇਗਾ ਉਹਦੇ ਵਿੱਚ ਲਿਖਿਆ ਬੋਨਾਫਾਈਡਸ ਆਫ ਦੀ ਮੈਰਿਜ ਦੈਟ ਮੀਨਸ ਕਿ ਮੈਰਿਜ ਤੇ ਹੋ ਗਈ ਹੈ ਮੈਰਿਜ ਸਰਟੀਫਿਕੇਟ ਅਸਲੀ ਹੈ ਲੇਕਿਨ ਤੁਹਾਡੀ ਇੰਟੈਂਸ਼ਨ ਉਸ ਵਕਤ ਮੈਰਿਜ ਦੀ ਕੀ ਸੀ ਕਿ ਬਾਕੀ ਤੁਸੀਂ ਆਪਣੇ ਆਪ ਇੱਕ ਗ੍ਰਸਤੀ ਬਣਾ ਕੇ ਇੱਕ ਹਸਬੈਂਡ ਵਾਈਫ ਦਾ ਇੱਕ ਲਾਈਫ ਸਪੈਂਡ ਕਰਨੀ ਸੀ ਜਾਂ ਆਪਣੇ ਵਾਈਫ ਦੇ ਸਾਰੇ ਤੁਸੀਂ ਵੀਜ਼ਾ ਲੈ ਕੇ ਜਾਣਾ ਸੀ ਸੋ ਦੇ ਆਰ ਲੋਕੇਟਡ R4 R4 ਦੇ ਬਾਰੇ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸਿਆ ਕਿ ਇੱਕ ਰੀਸੈਂਟਲੀ ਕੇਸ ਮੇਰੇ ਕੋਲ ਆਇਆ ਜਿਹਦੇ ਵਿੱਚ ਐਂਡ ਆਈ ਵਾਸ ਸ਼ੌਕਡ ਐਕਚੁਅਲੀ ਕਿ ਇਹ ਕਿਉਂ ਉਹਨਾਂ ਨੇ ਕੀਤਾ ਹੈ ਕਿ ਅਗਰ ਤੁਹਾਡੀ ਮੈਰਿਜ ਤੁਹਾਡਾ ਇੰਟਰਵਿਊ ਲੈ ਰਹੇ ਹਾਂ ਹਸਬੈਂਡ ਦਾ ਤੇ ਉਹ ਹਸਬੈਂਡ ਨੂੰ ਪੁੱਛਦੇ ਆ ਕਿ ਵੀ ਤੁਸੀਂ ਕਿਸ ਤਰ੍ਹਾਂ ਮਿਲੇ ਬਰਾ ਯੂਟਿਊਬ ਪੁੱਛਿਆ ਫੋਟੋਜ਼ ਬਰਾ ਹੈ ਕਿ ਨਹੀਂ ਹੈ ਉਹ ਸੈਟਿਸਫਾਈਡ ਨਹੀਂ ਹੋ ਸਕੇ ਤੇ ਮੇਰੇ ਖਿਆਲ ਸ਼ਰਨਜੀਤ ਕਪੂਰੀ ਹੈ ਪਤਾ ਨਹੀਂ ਕੌਣ ਹੈ ਉਹਨਾਂ ਨੇ ਕਿਹਾ ਕਿ ਵੀ ਆਈ ਐਮ ਨਾਟ ਸੈਟਿਸਫਾਈ ਕਿ ਤੁਸੀਂ ਹਸਬੈਂਡ ਹੋ ਅਕੋਰਡਿੰਗ ਟੂ ਵਟ ਆਈ ਸੀ ਯੂ ਆਰ ਨਾਟ ਦਾ ਹਸਬੈਂਡ ਈਵਨ ਦੋ ਯੂ ਹੈਵ ਅ ਮੈਰਿਜ ਸਰਟੀਫਿਕੇਟ ਤੇ ਤੁਸੀਂ ਸਾਨੂੰ ਮਿਸਰੀਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਮੈਂ ਹਸਬੈਂਡ ਹੈ ਅਗਰ ਜੇ ਤੁਹਾਨੂੰ ਵੀਜ਼ਾ ਮਿਲਦਾ ਤੇ ਇਹ ਗਲਤੀ ਸਾਡੇ ਤੋਂ ਹੋ ਜਾਣੀ ਸੀ ਤੇ ਇਸ ਕਰਕੇ ਮੈਂ ਤੁਹਾਨੂੰ ਮਿਸਰੀਪ੍ਰੈਜ਼ੈਂਟੇਸ਼ਨ ਲਈ ਮੈਂ 5 ਈਅਰਸ ਬੈਨ ਕਰ ਰਹੀ ਹਾਂ ਜਸਟ ਬਿਕੋਜ਼ ਤੁਸੀਂ ਆਪਣੀ ਮੈਰਿਜ ਰਿਲੇਸ਼ਨਸ਼ਿਪ ਪ੍ਰੂਵ ਨਹੀਂ ਕਰ ਸਕੇ ਆਰ 4 ਪ੍ਰੂਵ ਨਹੀਂ ਕਰ ਸਕੇ ਤੁਹਾਨੂੰ ਅਸੀਂ ਫਿਰ ਐਕਟ 40 ਦੇ ਹੇਠਾਂ ਅਸੀਂ ਤੁਹਾਨੂੰ ਮਿਸਰੀਪ੍ਰੈਜ਼ੈਂਟ ਕਰ ਰਹੇ ਹਾਂ ਤੇ ਉਹ ਵੀ ਚੈਲੰਜ ਉਹਨਾਂ ਨੇ ਸ਼ਾਇਦ ਲੋਅਰ ਨੇ ਕੀਤਾ ਤੇ ਆਈ ਹੋਪ ਦੇ ਹੈਵ ਵਨ ਸ਼ਾਇਦ ਉਹਨਾਂ ਨੇ ਸੋ R205C2 ਦੇ ਬਾਰੇ ਗੱਲ ਕਰ ਚੁੱਕੇ ਆਪਾਂ R4 ਵੀ ਆਪਾਂ ਟੱਚ ਕਰ ਚੁੱਕੇ ਹਾਂ R200 ਦੇ ਬਾਰੇ ਇੱਕ ਵਾਰ ਦੁਬਾਰਾ ਦੱਸੋ ਕਿ ਤੁਹਾਡਾ ਕੀ ਅੰਡਰਸਟੈਂਡਿੰਗ ਹੈ R200 ਦੇ ਬਾਰੇ ਸਰ R200 ਜਿਹੜਾ ਵਾ ਉਹ ਜ਼ਿਆਦਾ ਮਤਲਬ ਇਸ ਟਾਈਮ ਆਪਾਂ ਮਤਲਬ ਕਹਿ ਸਕਦੇ ਉਹ ਰਿਫਿਊਜ਼ਲ ਲੈਟਰ ਦੇ ਵਿੱਚ ਉਹ ਮੈਂਸ਼ਨ ਨਹੀਂ ਕਰਦੇ ਉਸ ਚੀਜ਼ ਦੇ ਜ਼ਿਆਦਾ ਆਪਾਂ ਨੂੰ ਜੇ ਆਪਾਂ ਜਾਵਾਂਗੇ ਤਾਂ ਥੋੜ੍ਹਾ ਲੰਬਾ ਹੋ ਜਾਏਗਾ ਸਾਰਾ ਆਪਣੀ ਜਿਹੜੀ ਗੱਲਬਾਤ ਆ ਸੋ ਮੇਨਲੀ ਫੋਕਸ ਜਿਹੜਾ ਹੋਏਗਾ 2001B ਤੇ ਪਲੱਸ 205C2 ਦੇ ਉੱਪਰ ਹੀ ਆ ਰਿਹਾ ਆ ਸਾਰਾ ਘੁੰਮ ਘੁਮਾ ਕੇ ਇਸ ਤੋਂ ਇਲਾਵਾ ਮੈਂ ਸਰ ਇੱਥੇ ਇਹਨਾਂ ਨੂੰ ਮਤਲਬ ਇੱਕ ਹੋਰ ਗੱਲ ਦੱਸਣੀ ਚਾਹੂੰਗਾ ਕਿ ਜਿਵੇਂ ਜੋ ਫਿਰ ਮੈਂ ਲਾਸਟ ਵੀਡੀਓ 'ਚ ਵੀ ਗੱਲ ਕੀਤੀ ਸੀ ਫਿਰ ਕਿ ਜਿਵੇਂ ਪੰਜਾਬ ਦੇ ਲੋਕ ਕਰ ਰਹੇ ਆ ਕਿ ਮੈਰਿਜ 4 ਮਹੀਨੇ ਪਹਿਲਾਂ ਹੋ ਚੁੱਕੀ ਆ ਤੇ ਉਹਨਾਂ ਨੂੰ ਉਹਨਾਂ ਦੇ ਏਜੰਟ ਨੇ ਕਿਹਾ ਕਿ ਮਤਲਬ ਤੁਸੀਂ ਮੈਰਿਜ ਅਜੇ ਉਹਨੂੰ ਸ਼ੋਅ ਨਾ ਕਰੋ ਉਹਨੂੰ ਰਜਿਸਟਰ ਨਾ ਕਰਵਾਓ ਤੇ ਉਹਨੂੰ ਰਜਿਸਟਰ ਉਦੋਂ ਕਰਵਾਓ ਜਦੋਂ ਉਹਨਾਂ ਦੀ ਵੀਜ਼ਾ ਆ ਜਾਂਦਾ ਆ ਤੇ ਸਰ ਇਹ ਸਭ ਤੋਂ ਵੱਡੀ ਪ੍ਰੋਬਲਮ ਆ ਇਹ ਇਸ ਚੀਜ਼ ਨੂੰ ਤੁਸੀਂ ਕਿਵੇਂ ਮਤਲਬ ਆਪਾਂ ਕੀ ਕੁਛ ਨਹੀਂ ਕਰ ਸਕਦੇ ਫਿਰ ਇੱਕ ਤਰੀਕੇ ਦੇ ਨਾਲ ਇੱਕ ਝੂਠ ਵੀ ਮਿਕਸ ਹੋ ਗਿਆ ਇੱਕ ਆਪਾਂ ਆਪਣਾ ਕੇਸ ਵੀ ਆਪਣਾ ਵੀਕ ਕਰ ਲਿਆ ਸੋ ਇਸ ਤਰ੍ਹਾਂ ਨਾ ਕਰੋ ਜਦੋਂ ਤੁਹਾਡੀ ਮੈਰਿਜ ਹੋਈ ਆ ਤੁਸੀਂ ਉਸ ਟਾਈਮ ਹੀ ਸ਼ੋਅ ਕਰੋ ਸਗੋਂ ਤੁਹਾਨੂੰ ਉਹਦਾ ਪਲੱਸ ਪੁਆਇੰਟ ਇਹ ਆ ਕਿ ਜੇ ਤੁਹਾਡਾ 4 ਮਹੀਨੇ ਬਾਅਦ ਵੀਜ਼ਾ ਆਉਂਦਾ ਆ ਤੇ ਤੁਸੀਂ ਉਸ 4 ਮਹੀਨੇ ਨੂੰ ਇਹ ਸ਼ੋਅ ਕਰ ਸਕਦੇ ਕਿ ਅਸੀਂ 4 ਮਹੀਨੇ ਇਕੱਠੇ ਰਹੇ ਹਾਂ ਰਿਲੇਸ਼ਨਸ਼ਿਪ ਦੇ ਵਿੱਚ ਆਫਟਰ ਮੈਰਿਜ ਤੇ ਸਾਡੇ ਕੋਲ ਆ ਪ੍ਰੂਫਸ ਨੇ ਕਿਉਂਕਿ ਜੇ ਤੁਸੀਂ ਉਹਨੂੰ ਸ਼ੋਅ ਨਹੀਂ ਕਰਦੇ ਫਿਰ ਤੁਸੀਂ ਜਿਹੜੀਆਂ ਫੋਟੋਗ੍ਰਾਫਸ ਆ ਜਿਹੜੇ ਪ੍ਰੂਫਸ ਆ ਉਹਨੂੰ ਵੀ ਆਪਣੀ ਫਾਈਲ ਦੇ ਵਿੱਚ ਅਟੈਚ ਨਹੀਂ ਕਰ ਸਕਦੇ ਉਹਨਾਂ ਨੇ ਕਹਿਣਾ ਮੈਰਿਜ ਤੇ ਤੁਹਾਡੀ ਹੁਣ ਹੋਈ ਤੇ ਇਹ ਉਸ ਟਾਈਮ ਦੀਆਂ ਜਿਹੜੀਆਂ ਫੋਟੋਗ੍ਰਾਫਸ ਆ ਕਿਵੇਂ ਆ ਮੰਨ ਲਓ ਕਿਸੇ ਨੇ ਮੈਰਿਜ ਕਰਵਾਈ ਜਨਵਰੀ ਦੇ ਵਿੱਚ ਠੀਕ ਹੈ ਜਨਵਰੀ 'ਚ ਉਹਦੀ ਮੈਰਿਜ ਹੋਈ ਉਹ ਸ਼ੋਅ ਕਰ ਰਿਹਾ ਅਪ੍ਰੈਲ ਜਾਂ ਮਈ ਦੇ ਵਿੱਚ ਮੌਸਮ ਚੇਂਜ ਹੋ ਜਾਂਦਾ ਉਸ ਟਾਈਮ ਇੰਡੀਆ ਦਾ ਠੀਕ ਹੈ ਉਹਨਾਂ ਦੀ ਵੇਅਰਿੰਗਸ ਤੋਂ ਪਤਾ ਲਾ ਲੈਂਦੇ ਉਹਨਾਂ ਦੇ ਕਲੋਥਸ ਤੋਂ ਲਾ ਲੈਂਦੇ ਆ ਕਿ ਆਹ ਮੈਰਿਜ ਇਸ ਟਾਈਮ ਹੋਈ ਲੱਗਦੀ ਆ ਤੇ ਇਹ ਦੱਸ ਰਹੇ ਅਪ੍ਰੈਲ ਦੇ ਵਿੱਚ ਉਦੋਂ ਤਾਂ ਪੰਜਾਬ ਦੇ ਵਿੱਚ ਗਰਮੀ ਹੁੰਦੀ ਆ ਉਹ ਮਤਲਬ ਉਹਨਾਂ ਨੂੰ ਵੀ ਟ੍ਰੇਨਿੰਗ ਮਿਲੀ ਹੁੰਦੀ ਆ ਉਹ ਕੋਈ ਬੱਚੇ ਨਹੀਂ ਹੁੰਦੇ ਸੋ ਇਸ ਤਰ੍ਹਾਂ ਦੇ ਤਰੀਕੇ ਨਾ ਕਰੋ ਤੁਸੀਂ 5 ਸਾਲ ਵਾਲੇ ਬੈਨ ਦੇ ਵਿੱਚ ਫਸਦੇ ਜਾਓਗੇ ਨਹੀਂ ਤੇ ਮੇਰੇ ਖਿਆਲ ਤੁਸੀਂ ਇੱਕ ਉਸ ਕੇਸ ਦੇ ਬਾਰੇ ਕੁਝ ਰੈਫਰੈਂਸ ਦੇ ਰਹੇ ਹੋ ਸ਼ਾਇਦ ਕਿ ਮੈਰਿਜ ਹੋਣ ਦੇ ਬਾਵਜੂਦ ਜਿਹੜੇ ਲੋਕਲ ਟ੍ਰੈਵਲ ਏਜੰਟ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਮੈਰਿਜ ਨਾ ਸ਼ੋਅ ਕਰੋ ਆਪਣੇ ਆਪ ਨੂੰ ਸਿੰਗਲ ਸ਼ੋਅ ਕਰ ਦਿਓ ਹਾਂਜੀ ਹਾਂਜੀ ਕਿ ਇੱਕ ਤੁਹਾਨੂੰ ਵੀਜ਼ਾ ਸੌਖਾ ਮਿਲ ਜਾਏਗਾ ਸ਼ਾਇਦ ਕਿ ਮੈਰਿਜ ਕਰੋਗੇ ਸ਼ਾਇਦ ਵੀਜ਼ਾ ਨਹੀਂ ਮਿਲੇਗਾ ਇਸ ਤਰ੍ਹਾਂ ਸ਼ਾਇਦ ਉਹਨਾਂ ਨੇ ਕਿਹਾ ਮੁੜ ਕੇ ਫਿਰ ਜਦੋਂ ਬਾਅਦ 'ਚ ਫਿਰ ਹਸਬੈਂਡ ਦਾ ਵੀਜ਼ਾ ਲਾਉਣ ਲੱਗੇ ਤੇ ਫਿਰ ਉਹ ਪ੍ਰੋਬਲਮ ਹੋ ਗਈ ਕਿ ਬਈ ਮੈਰਿਜ ਮੇਰੀ ਕਦੋਂ ਹੋਈ ਹੈ ਮੈਰਿਜ ਅਗਰ ਜੇ ਤੁਸੀਂ ਉਸ ਵਕਤ ਸਿੰਗਲ ਸ਼ੋਅ ਕਰ ਰਹੇ ਡੈਟ ਮੀਨਸ ਕਿ ਮੈਰਿਜ ਬਾਅਦ ਵਿੱਚ ਹੋਈ ਹੈ ਤੇ ਮੈਰਿਜ ਸਰਟੀਫਿਕੇਟ ਕੁਝ ਹੋਰ ਕਹਿ ਰਹੇ ਹਾਂਜੀ ਹਾਂਜੀ ਇਸ ਕਰਕੇ ਯਾ ਆਈ ਅੰਡਰਸਟੈਂਡ ਕਿ ਦਿਸ ਇਜ਼ ਅ ਬਿਗ ਪ੍ਰੋਬਲਮ ਦੋਸਤੋ ਮੇਰਾ ਮੇਰਾ ਸਿਰਫ ਕਿਉਂਕਿ ਮੈਂ ਕਈ ਸਾਲਾਂ ਤੋਂ ਇਹ ਕੰਮ ਦੇਖ ਰਿਹਾ ਮੈਨੂੰ ਪਤਾ ਹੈ ਕਿ ਬਈ ਲਾਲਚ ਕਰਕੇ ਇਗਨੋਰੈਂਸ ਕਰਕੇ ਕਈ ਵਾਰ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਕਿੱਦਾਂ ਰਿਪ੍ਰੈਜ਼ੈਂਟ ਕਰਨਾ ਇੱਕ ਮੈਂ ਮੋਟੀ ਮੋਟੀ ਪਾਲਿਸੀ ਇੱਕ ਮੋਟਾ ਜਿਹੜਾ ਇੱਕ ਮੇਰਾ ਫਲਸਫਾ ਹੈ ਉਹਦੇ ਬਾਰੇ ਮੈਂ ਦੱਸਦੇ ਹਾਂ ਕਿ ਬਈ ਜੇਕਰ ਆਪਾਂ ਸੱਚ ਬੋਲਾਂਗੇ ਤੇ ਵੀਜ਼ਾ ਮਿਲਣ ਦੇ ਚਾਂਸਿਸ ਬਹੁਤ ਜ਼ਿਆਦਾ ਵੱਧ ਜਾਂਦੇ ਆ ਜੇਕਰ ਝੂਠ ਬੋਲਾਂਗੇ ਤੇ ਅਸਲੀ ਜਿਹੜਾ ਕੇਸ ਹੈ ਜਿਹੜਾ ਜੈਨੂਇਨ ਕੇਸ ਹੈ ਉਹ ਵੀ ਖਰਾਬ ਹੋ ਜਾਏਗਾ ਸੋ ਪਲੀਜ਼ ਮੇਰੀ ਇੱਕ ਦਰਖਾਸਤ ਸਿਰਫ ਲੋਕਾਂ ਨੂੰ ਇਹੀ ਹੈ ਕਿ ਬਈ ਜੋ ਸੱਚਾਈ ਹੈ ਸੱਚਾਈ ਨੂੰ ਪੇਸ਼ ਕਰੋ ਜਸਟੀਫਾਈ ਕਰੋ ਜੋ ਵੀ ਕੀਤਾ ਜਸਟੀਫਾਈ ਕਰੋ ਉਹਨੂੰ ਇਹ ਨਾ ਸੋਚੋ ਤੁਸੀਂ ਕਿ ਬਈ ਆਪਾਂ ਕਿ ਜਿਹੜੇ ਲੋਕ ਕਹਿ ਰਹੇ ਕਿ ਇੱਦਾਂ ਕਰ ਦਿਓ ਸਿੰਗਲ ਨੂੰ ਮੈਰਿਡ ਨੂੰ ਸਿੰਗਲ ਕਰਕੇ ਇਸ ਤਰ੍ਹਾਂ ਦਿਸ ਵਿਲ ਬੈਕ ਫਾਇਰ ਅਗਰ ਜੇ ਬਾਈ ਚਾਂਸ ਵੀਜ਼ਾ ਮਿਲ ਵੀ ਗਿਆ ਗਲਤੀ ਨਾਲ ਅਗਰ ਜੇ ਚਲੋ ਸਲਿਪ ਵੀ ਕਰ ਗਿਆ ਤੇ ਫਿਰ ਕੈਨੇਡਾ ਜਾ ਕੇ ਪ੍ਰੋਬਲਮ ਹੋ ਸਕਦੀ ਹੈ ਬਹੁਤ ਤੁਹਾਨੂੰ ਏਅਰਪੋਰਟ 'ਤੇ ਪ੍ਰੋਬਲਮ ਹੋ ਸਕਦੀ ਹੈ ਇਨ ਫਿਊਚਰ PR ਅਪਲਾਈ ਕਰੋਗੇ ਫਿਰ ਉਹ ਮੈਰਿਜ ਡੇਟ ਤੁਹਾਨੂੰ ਪੁੱਛਣਗੇ ਫਿਰ ਮੈਰਿਜ ਡੇਟ ਜੇ ਕਲੈਸ਼ ਹੋ ਗਿਆ ਫਿਰ ਪ੍ਰੋਬਲਮ ਹੋ ਸਕਦੀ ਹੈ ਇਹ ਮਿਸਰੈਪ੍ਰੈਜੈਂਟੇਸ਼ਨ ਜਿਹੜੀ ਚੀਜ਼ ਹੈ ਨਾ ਅਗਲੇ ਤੁਸੀਂ ਸਮਝੋ ਕਿ ਸਿਟੀਜ਼ਨ ਦੇ ਬਾਅਦ ਵੀ ਤੱਕ ਪ੍ਰੋਬਲਮ ਦੇ ਸਕਦੇ
ਤੋ ਆਪਣਾ ਨੂੰ ਸੱਚ ਬੋਲਣਾ ਚਾਹੀਦਾ ਓਨੈਸਟਲੀ ਓਨੈਸਟਲੀ ਆਪਣਾ ਨੂੰ ਫੇਸ ਕਰਨਾ ਤੇ ਚਲੋ 200 ਦੇ ਬਾਰੇ ਵੀ ਆਪਾਂ ਗੱਲ ਕਰ ਚੁੱਕੇ 205 ਦੇ ਬਾਰੇ ਗੱਲ ਕਰ ਚੁੱਕੇ ਹਾਂ ਮੋਟਾ ਮੋਟਾ ਜਿਹੜਾ ਇੱਕ ਇੱਕ ਲੋਕਾਂ ਦੇ ਦਿਮਾਗ 'ਚ ਹੈ ਕਿ ਕਈ ਵਾਰ ਹੁਣ ਮੈਨੂੰ ਕੋਈ ਸਵਾਲ ਪੁੱਛ ਰਹੇ ਸੀ ਕਿ ਕਿੰਨਾ ਇੱਕ ਬੈਂਕ ਬੈਲੈਂਸ ਚਾਹੀਦਾ ਸਾਨੂੰ ਅਪਲਾਈ ਕਰਨ ਲਈ ਫੰਡਸ ਕਿੰਨੇ ਸ਼ੋ ਕਰਨੇ ਚਾਹੀਦੇ ਉਹਦਾ ਬਾਰੇ ਕੀ ਖਿਆਲ ਹੈ ਸਰ ਫੰਡਸ ਤੇ ਆਪਣੇ ਕੋਲ ਉਨੇ ਹੀ ਹੋਣੇ ਚਾਹੀਦੇ ਆ ਜਿਵੇਂ ਜਿਵੇਂ ਕੈਨੇਡਾ ਦੀ ਗਵਰਨਮੈਂਟ ਇਹ ਕਹਿੰਦੀ ਕਿ ਤੁਸੀਂ ਸਾਡੀ ਕੰਟਰੀ ਆ ਰਹੇ ਹੋ ਠੀਕ ਹੈ ਜ਼ਰੂਰੀ ਨਹੀਂ ਤੁਹਾਨੂੰ ਆਉਂਦਿਆਂ ਕੰਮ ਮਿਲ ਜਾਣਾ ਸਭ ਕੁਛ ਹੋ ਜਾਣਾ ਤੁਸੀਂ ਆਪਣੀ ਵਾਈਫ ਦੇ ਕੋਲ ਆ ਰਹੇ ਹੋ ਤੁਸੀਂ ਤੁਹਾਡੇ ਕੋਲ ਆਪਣਾ ਓਨਾ ਬਜਟ ਜਾਂ ਤੁਹਾਡੇ ਕੋਲ ਓਨਾ ਬੈਲੈਂਸ ਹੈਗਾ ਆ ਜਾਂ ਫੰਡਸ ਹੈਗੇ ਆ ਕਿ ਜੇ ਤੁਹਾਨੂੰ ਕੰਮ ਨਹੀਂ ਮਿਲਦਾ ਤੁਸੀਂ ਆ ਕੇ ਸਰਵਾਈਵ ਕਰ ਸਕੋ ਇੱਥੇ ਸੋ ਉਹ ਚੀਜ਼ ਲਈ ਮੇਕ ਸ਼ੋਰ ਕਰਨ ਲਈ ਸਾਨੂੰ ਉਹ ਜਿਹੜੇ ਆਪਣੇ ਅਕਾਊਂਟ ਦੇ ਵਿੱਚ ਉਹਨਾਂ ਨੂੰ ਪੈਸੇ ਦਿਖਾਉਣੇ ਜਦੋਂ ਵਿਜ਼ਟਰ ਵੀਜ਼ਾ ਵਾਲੇ ਆਉਂਦੇ ਆ ਅੱਛਾ ਉਹਦੇ ਵਿੱਚ ਵੀ ਆਪਾਂ ਨੂੰ ਫੰਡ ਸ਼ੋ ਕਰ ਉਹਦਾ ਮਤਲਬ ਇਹ ਥੋੜ੍ਹਾ ਕਿ ਸਿਰਫ ਪੈਸੇ ਵਾਲੇ ਜਿਹੜੇ ਆ ਸਿਰਫ ਇੱਥੇ ਆ ਸਕਦੇ ਉਹਨਾਂ ਨੇ ਪੈਸੇ ਨਾਲ ਕੋਈ ਕੈਨੇਡੀਅਨ ਗਵਰਨਮੈਂਟ ਨੂੰ ਕੋਈ ਹੁੰਦਾ ਨਹੀਂ ਹੈ ਕਿ ਪੈਸਾ ਇਹਦੇ ਕੋਲ ਆ ਤੇ ਇਹਨੂੰ ਹੀ ਅਸੀਂ ਵੀ ਪੈਸਾ ਸ਼ੋ ਕਰਨ ਦਾ ਮਤਲਬ ਸਿਰਫ ਇੰਨਾ ਹੁੰਦਾ ਕਿ ਸਾਡੇ ਕੋਲ ਸਾਡਾ ਖਰਚਾ ਹੈਗਾ ਆ ਜੋ ਜੋ ਸਾਡੇ ਲਿਵਿੰਗ ਐਕਸਪੈਂਸ ਆਉਣਗੇ ਉਹ ਸਾਡੇ ਕੋਲ ਹੈਗੇ ਆ ਤੇ ਅਸੀਂ ਕੈਨੇਡਾ ਦੀ ਗਵਰਨਮੈਂਟ ਦੇ ਉੱਪਰ ਕੋਈ ਬੋਝ ਨਹੀਂ ਬਣ ਰਹੇ ਜਾ ਕੇ ਸੋ ਉਹਦਾ ਮਤਲਬ ਸਿਰਫ ਇੰਨਾ ਹੀ ਹੁੰਦਾ ਕਿ ਤੁਸੀਂ ਆਪਣੇ ਜਿਹੜੇ ਪੈਸੇ ਆ ਉਹ ਸ਼ੋ ਕਰ ਦਿਓ ਕਿ ਉਹਨਾਂ ਦੀ ਗਵਰਨਮੈਂਟ ਨੂੰ ਇਹ ਲੱਗੇ ਜਾਂ ਵੀਜ਼ਾ ਆਫਿਸਰ ਨੂੰ ਇਹ ਲੱਗੇ ਕਿ ਇਹਦੇ ਕੋਲ ਹੈਗੇ ਜਿਹਨੂੰ ਕੰਮ ਨਹੀਂ ਵੀ ਮਿਲਦਾ ਇਹਦੇ ਕੋਲ ਆਪਣਾ ਜਿਹੜਾ ਵਾ ਫੰਡਸ ਅਵੇਲੇਬਲ ਹੈਗੇ ਆ ਹੁਣ ਸਰ ਪ੍ਰੋਬਲਮ ਇੱਥੇ ਆਉਂਦੀ ਆ ਕਿ ਜਿਹੜੇ ਜੋਬ ਵਾਲੇ ਹੁੰਦੇ ਆ ਜੋਬ ਜਿਹਨਾਂ ਦੀ ਜੋਬ ਹੁੰਦੀ ਆ ਉਹਦੇ 'ਚ ਤਾਂ ਆਪਾਂ ਇਹ ਕਹਿ ਦਿੰਦੇ ਹਾਂ ਕਿ ਠੀਕ ਹੈ ਜੀ ਮਤਲਬ 4-5 ਲੱਖ ਸ਼ੋ ਜੇ UBC ਦੀ ਵੈਬਸਾਈਟ 'ਤੇ ਜਾਓ ਤਾਂ UBC ਕਹਿੰਦੀ ਆ ਕਿ ਜਿਹੜੇ ਉਹਨੇ ਆਪਣੇ ਗਾਈਡਲਾਈਨ ਜਾਰੀ ਕੀਤੀ ਆਪਣੇ ਜਿਹੜੇ ਉੱਥੇ ਸਟੂਡੈਂਟਸ ਆ ਜਿਹੜੇ ਪੜ੍ਹਦੇ ਆ ਕਿ ਜੇ ਉਹਨਾਂ ਨੇ ਆਪਣੇ ਸਪਾਊਸ ਨੂੰ ਬੁਲਾਉਣਾ ਤਾਂ ਉਹਨਾਂ ਨੇ ਗਾਈਡਲਾਈਨ ਜਾਰੀ ਕੀਤੀ ਕਿ ਤੁਹਾਡੇ ਕੋਲ $10,000 to $10,000 ਕੈਨੇਡੀਅਨ ਡਾਲਰ ਹੋਣੇ ਚਾਹੀਦੇ ਆ ਜਦੋਂ ਤੁਸੀਂ ਆਪਣੇ ਸਪਾਊਸ $8,000 to $10,000 ਫੋਰ ਟੂ ਪੀਪਲ ਹਸਬੈਂਡ ਵਾਈਫ ਲਈ ਨਹੀਂ ਸਰ ਉਹਨਾਂ ਨੇ ਕਿਹਾ ਜੇ ਮਤਲਬ ਤੁਹਾਡਾ ਸਪਾਊਸ ਉੱਥੋਂ ਅਪਲਾਈ ਕਰ ਰਿਹਾ ਮਤਲਬ 5 ਲੱਖ ਦੇ ਕਰੀਬ ਜੇਕਰ ਸਪਾਊਸ ਦੇ ਨਾਲ ਬੱਚਾ ਹੈ ਫਿਰ ਸਰ ਫਿਰ ਬੱਚੇ ਦੇ ਲਾ ਲਓ ਤੁਸੀਂ ਨਾਲ ਐਕਸਟਰਾ ਉਹਤੇ ਕਰਨੇ ਪੈਣੇ ਐਡ ਕਰਨੇ ਕਿੰਨੇ ਕਰਨੇ ਬੱਚੇ ਦੇ ਸਰ ਤੁਸੀਂ ਬੱਚੇ ਦਾ ਖਰਚਾ ਵੀ ਤੁਸੀਂ ਉਹਨਾਂ ਹੀ ਮੰਨ ਕੇ ਚੱਲ ਸਕਦੇ ਕਿਉਂਕਿ ਬੱਚੇ ਬਾਰੇ ਉਹਨਾਂ ਨੇ ਕੁਝ ਉਹਦੇ ਵਿੱਚ ਲਿਖਿਆ ਨਹੀਂ ਆ ਪਰ ਤੁਸੀਂ ਮੰਨ ਕੇ ਚੱਲੋ ਜਿੰਨੇ ਜ਼ਿਆਦਾ ਪਰਸਨ ਹੋਣਗੇ ਖਰਚਾ ਉਹਨਾਂ ਵੱਧ ਹੋਣਾ ਤੇ ਉਹ ਤੇ ਫਿਰ ਉਹਨਾਂ ਨੂੰ ਆਪਣੇ ਅਕੋਰਡਿੰਗ ਹੀ ਮੰਨਣੇ ਪੈਣੇ ਆ ਮਤਲਬ ਮੰਨ ਲਓ ਜੇ ਉਹਨਾਂ ਨੇ ਇੱਕ ਦਾ 10,000 ਕਿਹਾ ਤੇ ਫਿਰ ਬੱਚੇ ਦਾ ਪਾ ਕੇ 15-16,000 ਤੇ ਕਰਨਾ ਹੀ ਪਏਗਾ ਤੇ ਇਸ ਤੋਂ ਇਲਾਵਾ ਸਰ ਮੈਂ ਇਸ ਚੀਜ਼ ਨਾਲ ਐਗਰੀ ਨਹੀਂ ਕਰਦਾ ਕਿ ਉਹ ਜਿਹੜੇ ਐਗਰੀਕਲਚਰ ਵਾਲੇ ਕਲਾਇੰਟ ਆ ਜੀ ਉਹਨਾਂ ਦਾ ਆਪਾਂ 10 ਲੱਖ ਪਵਾ ਦਈਏ ਤੇ ਸ਼ਾਇਦ ਉਹਨਾਂ ਦਾ ਵੀਜ਼ਾ ਆ ਜਾਏਗਾ ਮੈਨੂੰ ਕਿਉਂਕਿ ਉਹਨਾਂ ਨੇ ਤੁਹਾਡੀ ਐਸਟੈਬਲਿਸ਼ਮੈਂਟ ਵੇਖਣੀ ਹੁੰਦੀ ਆ ਕਿ ਤੁਹਾਡੇ ਟ੍ਰਾਂਜੈਕਸ਼ਨ ਕਿਵੇਂ ਹੋ ਰਹੀਆਂ ਤੁਹਾਡੇ ਅਕਾਊਂਟ ਦੇ ਵਿੱਚ ਤੁਸੀਂ ਕਿਸੇ ਬੰਦੇ ਕੋਲੋਂ 10 ਲੱਖ ਰੁਪਇਆ ਫੜ ਕੇ ਆਪਣੇ ਅਕਾਊਂਟ ਦੇ ਵਿੱਚ ਪਾ ਤਾ ਇਟ ਡਜ਼ਨਟ ਮੀਨ ਕਿ ਤੁਸੀਂ ਉਹ ਆਪ ਕਮਾਇਆ ਆ ਬਿਲਕੁਲ ਠੀਕ ਤੁਸੀਂ ਬੋਰੋ ਵੀ ਕਰ ਸਕਦੇ ਜੇ ਤੁਸੀਂ ਲੋਨ ਵੀ ਲੈ ਸਕਦੇ ਜੇ ਤੁਸੀਂ ਆਪਣੇ ਰਿਸ਼ਤੇਦਾਰ ਕੋਲ ਹੈਲਪ ਵੀ ਮੰਗ ਸਕਦੇ ਜੇ ਕੁਛ ਵੀ ਕਰ ਸਕਦੇ ਜੇ ਈਵਨ ਪੈਸੇ ਤੁਸੀਂ ਭਾਵੇਂ ਘੱਟ ਵਿਖਾ ਲਓ ਪਰ ਉਹ ਪੈਸੇ ਸਹੀ ਲੱਗਣੇ ਚਾਹੀਦੇ ਕਿ ਤੁਸੀਂ ਆਪ ਕਮਾਏ ਆ ਟ੍ਰਾਂਜੈਕਸ਼ਨ ਹੋਈਆਂ ਤੁਹਾਡੇ ਅਕਾਊਂਟ ਦੇ ਵਿੱਚ ਭਾਵੇਂ ਤੁਸੀਂ 6 ਲੱਖ ਵਿਖਾ ਲਓ 7 ਲੱਖ ਵਿਖਾ ਲਓ ਬਟ ਉਹਨੂੰ ਤੁਸੀਂ ਜਸਟੀਫਾਈ ਕਰਦੇ ਹੋਣੇ ਚਾਹੀਦੇ ਕਿ ਉਹ ਆਏ ਕਿੱਥੋਂ ਜਿਵੇਂ ਮੰਨ ਲਓ ਇੱਕ ਐਗਰੀਕਲਚਰ ਵਾਲਾ ਐਪਲੀਕੈਂਟ ਆ ਉਹ ਆਪਣੇ ਆੜ੍ਹਤੀ ਦੇ ਕੋਲੋਂ ਜੇ ਫਾਰਮ ਲੈਂਦਾ ਉਹਨੇ ਕਿਹਾ ਜੀ ਅੰਬੈਸੀ ਵੀਜ਼ਾ ਅਫਸਰ ਨੂੰ ਕਿਹਾ ਮੈਂ 5 ਲੱਖ ਦੇ ਜੇ ਫਾਰਮ ਆ ਮੇਰੇ ਕੋਲ ਮੈਂ 5 ਲੱਖ ਰੁਪਇਆ ਕਮਾਇਆ ਇੱਕ ਸੀਜ਼ਨ ਦਾ ਉਹਨੂੰ ਕਿਵੇਂ ਜਸਟੀਫਾਈ ਕਰੇਗਾ ਜੀ ਉਹਨੇ ਆੜ੍ਹਤੀ ਦੇ ਕੋਲੋਂ ਆਪਣੇ ਕੋਲੋਂ ਏਜੰਟ ਦੇ ਕੋਲੋਂ ਉਹਨੇ ਉਹ ਕੈਸ਼ ਲੈ ਲਏ ਤੇ ਸੋ ਉਹਦੇ ਲਈ ਜ਼ਰੂਰੀ ਇਹ ਬਣਦਾ ਕਿ ਜਿੰਨੇ ਉਹ ਜੇ ਫਾਰਮ ਲੈ ਰਿਹਾ ਆ ਉਹਦੀ ਅਮਾਊਂਟ ਜਿਹੜੀ ਆ ਉਹਦੇ ਬੈਂਕ ਦੇ ਵਿੱਚ ਆਉਣੀ ਚਾਹੀਦੀ ਆ ਜਿਹੜੀ ਬੈਂਕ ਸਟੇਟਮੈਂਟ ਦੇ ਵਿੱਚ ਉਹ ਮੈਂਸ਼ਨ ਹੋਵੇ ਕਿ ਆਹ ਇਸ ਟਾਈਮ ਤੇ ਇਹ ਆੜ੍ਹਤੀ ਦੇ ਕੋਲੋਂ ਆਏ ਫਿਰ ਉਸ ਚੀਜ਼ ਨੂੰ ਅਸੀਂ ਹਾਈਲਾਈਟ ਕਰਦੇ ਹਾਂ ਜਦੋਂ ਆਪਾਂ ਫਾਈਲ ਲਾਉਂਦੇ ਹਾਂ ਕਿ ਆਹ ਵੇਖੋ ਜੇ ਜਿਹੜੇ ਆਪਾਂ ਡਾਕੂਮੈਂਟ ਲਾਏ ਆ ਉਹਨਾਂ ਨੂੰ ਨਾਲ ਨਾਲ ਆਪਾਂ ਜਸਟੀਫਾਈ ਵੀ ਕਰ ਰਹੇ ਹਾਂ ਕਿ ਉਹਦੇ 'ਚ ਕਿਤੇ ਵੀ ਉਹਨੂੰ ਇਹ ਡਾਊਟ ਨਾ ਹੋਵੇ ਕਿ ਆਹ ਮੈਨੂੰ ਲੱਗਦਾ ਕਿ ਜੇ ਫਾਰਮ ਫੇਕ ਆ ਨਹੀਂ ਉਹਨੂੰ ਉਹਨੂੰ ਜਸਟੀਫਾਈ ਕਰਨ ਲਈ ਉਹਦੇ ਨਾਲ ਅਸੀਂ ਇਹ ਸ਼ੋਅ ਕਰਦੇ ਹਾਂ ਕਿ ਆਹ ਵੇਖੋ ਇਹਦੀ ਬੈਂਕ ਸਟੇਟਮੈਂਟ ਦੇ ਵਿੱਚ ਇੰਨੇ ਪੈਸੇ ਆਏ ਵੀ ਆ ਸੋ ਜੋਬ ਵਾਲੇ ਦਾ ਤਾਂ ਜੋਬ ਇਹਦੇ 'ਚ ਡਿਫਰੈਂਸ ਕੀ ਹੈ ਐਗਰੀਕਲਚਰ ਅਤੇ ਜੋਬ ਵਾਲੇ 'ਚ ਕਿ ਜਿਹੜਾ ਜੋਬ ਵਾਲਾ ਉਹ ਤਾਂ ਸ਼ੋਅ ਕਰ ਦੂਗਾ ਵੀ ਮੇਰੀ ਜੋਬ ਮੇਰੀ ਪੇ ਆ ਰਹੀ ਆ ਵੇਖੋ ਜੀ ਮੇਰੇ ਕੋਲ ਸੈਲਰੀ ਸਲਿੱਪ ਆ ਅਤੇ ਜਿਹੜਾ ਵਿਚਾਰਾ ਐਗਰੀਕਲਚਰ ਵਾਲਾ ਉਹ ਇਨਕਮ ਟੈਕਸ 'ਤੇ ਫਾਈਲ ਨਹੀਂ ਕਰ ਸਕਦਾ ਕਿਉਂਕਿ ਐਗਰੀਕਲਚਰ 'ਤੇ ਇਨਕਮ ਟੈਕਸ ਤੁਸੀਂ ਫਾਈਲ ਨਹੀਂ ਕਰ ਸਕਦੇ ਅਤੇ ਇਹ ਟੈਕਸ ਫਰੀ ਆ ਫਿਰ ਉਹਦੇ ਕੋਲ ਇਹੀ ਬਚਦਾ ਕਿ ਜੇ ਫਾਰਮ ਲਵੇ ਅਤੇ ਜਿੰਨੇ ਵੀ ਉਹ ਪੈਸੇ ਆਪਣੇ ਆੜ੍ਹਤੀ ਕੋਲ ਲੈ ਰਿਹਾ ਆ ਉਹ ਬੈਂਕ ਦੇ ਅਕਾਊਂਟ ਦੇ ਵਿੱਚ ਚਾਹੇ ਬਾਏ ਚੈੱਕ ਆਉਣ ਜਾਂ RTGS ਆਵੇ ਇਸ ਤਰ੍ਹਾਂ ਹੁਣ ਕੈਸ਼ ਨਾ ਲਵੇ ਸਪੋਜ਼ ਕੋਈ ਐਪਲੀਕੈਂਟ ਹੈ ਜੋ ਨਾ ਫਾਰਮਿੰਗ ਹੈ ਨਾ ਉਹਦੀ ਜੋਬ ਹੈ ਲੇਕਿਨ ਆਪਣੀ ਕੋਈ ਛੋਟੀ ਦੁਕਾਨ ਹੈ ਸੈਲਫ ਇੰਪਲੋਇਡ ਜੇ ਦੁਕਾਨਦਾਰ ਛੋਟੀ ਆਪਣੀ ਕੋਈ ਕੰਮ ਕਰ ਰਿਹਾ ਤਨਖਾਹ ਜਿਹੜੀ ਸ਼ੋਅ ਕਰ ਰਿਹਾ ਆਫੀਸ਼ਲੀ ਲੈਟਸ ਸੇ ਬਿਟਵੀਨ 20,000-25,000 ਰੁਪੀਸ ਪਰ ਮੰਥ ਅਤੇ ITR ਵੀ ਹੈ ਮੇਰੇ ਖਿਆਲ ਲੈਟਸ ਸੇ ਕਿ 3-4 ਲੱਖ ਦਾ ਅਤੇ ਬੈਂਕ ਬੈਲੈਂਸ ਵੀ ਹੈ ਕਰੀਬ ਲੈਟਸ ਸੇ ਕਿ 4-5 ਲੱਖ ਦਾ ਫਿਰ ਕੀ ਤੁਹਾਡਾ ਕੀ ਖਿਆਲ ਹੈ ਕਿ ਫਾਈਨੈਂਸ਼ੀਅਲ ਪੋਜੀਸ਼ਨ ਕਿੱਦਾਂ ਸ਼ੋਅ ਹੋ ਰਹੀ ਹੈ ਸਪਾਊਸ ਵੀਜ਼ਾ 220 ਸੈਕਸ਼ਨ ਦੇ ਮੁਤਾਬਿਕ ਸਰ ਉਹਦੇ 'ਚ ਫਿਰ ਆਪਾਂ ਉਹਦੀ ਸ਼ੋਅ ਹੋ ਰਹੀ ਹੈ ਕਿਉਂਕਿ ਉਹਦੀ ਇਨਕਮ ਆ ਰਹੀ ਆ ਉਹ ਇਨਕਮ ਟੈਕਸ ਰਿਟਰਨ ਜਿਹੜਾ ਵਾ ਉਹ ਫਾਈਲ ਕਰ ਰਿਹਾ ਹੈ ਫਿਰ ਉਹਦੇ 'ਚ ਆਪਾਂ ਨੂੰ
ਹੁਣ ਉਹ ਜਦੋਂ ਵੀ ਹੁਣ ਮੰਨ ਲਓ ਕੋਈ ਕੈਨੇਡਾ ਦੇ ਸ਼ੁਰੂ ਤੋਂ ਮਸ਼ਹੂਰ ਰਿਹਾ ਕਿ ਉਹ ਕਹਿੰਦਾ ਕਿ ਮੈਂ ਜਿਵੇਂ ਇਹਨਾਂ ਨੇ ਐਕਸਪ੍ਰੈਸ ਐਂਟਰੀ ਸ਼ੁਰੂ ਕੀਤੀ ਸੀ ਜਾਂ ਇਹਨਾਂ ਦੇ ਜਿਹੜਾ ਬੈਂਡ ਸਕੋਰ ਸ਼ੁਰੂ ਤੋਂ ਹਾਈ ਰਿਹਾ, ਉਹਦਾ ਕਾਰਨ ਇਹ ਸੀ ਕਿ ਇਹ ਚਾਹੁੰਦੇ ਸੀ ਬ੍ਰੇਨ ਡਰੇਨਿੰਗ ਕਰਨੀ, ਆਉਣ ਚੰਗੇ ਬੰਦੇ ਸਾਡੀ ਕੰਟਰੀ 'ਚ, ਆਉਣ ਕਰੀਮ ਆਵੇ ਸਾਡੀ ਕੰਟਰੀ ਦੇ ਵਿੱਚ, ਠੀਕ ਹੈ। ਕਿੰਨਾ ਇਹਨਾਂ ਨੇ ਆਪਣਾ ਜਿਹੜਾ ਹੁਣ ਆ ਥੋੜ੍ਹਾ ਜਿਹਾ 3-4 ਸਾਲ ਤੋਂ ਟਰੂਡੋ ਨੇ ਆ ਕੇ, ਕਿਉਂਕਿ ਇਹਨਾਂ ਨੂੰ ਪੈਸੇ ਦੀ ਲੋੜ ਸੀ, ਇਹਨਾਂ ਨੇ ਸਟੂਡੈਂਟ ਵੱਧ ਤੋਂ ਵੱਧ ਮੰਗਾਏ, ਪਰ ਉਹਦੇ 'ਚ ਵੀ ਵੇਖੋ ਇਹਨਾਂ ਨੇ SDS SPP ਨੂੰ ਖਤਮ ਕਰਕੇ SDS ਲੈਣ ਦਾ, ਕਿ ਜੇ ਸਟੂਡੈਂਟ ਆਓ ਖੁੱਲ੍ਹ ਕੇ ਆਓ ਸਾਡੀ ਕੰਟਰੀ 'ਚ, ਪਰ ਕੁਆਲਿਟੀ ਆਫ ਸਟੂਡੈਂਟਸ ਆਉਣ, ਕੋਈ ਮਤਲਬ ਕਿ 5 ਬੈਂਡ ਵਾਲੇ ਜਾਂ ਦੂਸਰੇ ਸਟੂਡੈਂਟ ਨਾ ਆਉਣ। ਸੋ ਉਹਦੇ ਵਿੱਚ ਇਸੇ ਤਰ੍ਹਾਂ ਹੀ ਹੁਣ ਜੇ ਉਹਨਾਂ ਨੇ ਉਹਦੇ ਸਪਾਊਸ ਨੂੰ ਮੰਗਾਉਣਾ ਤੇ ਉਹ ਵੀ ਚਾਹੁੰਦੇ ਆ ਕਿ ਉਹ ਜਿਹੜਾ ਬੰਦਾ ਉਹ ਵੈਲ ਐਸਟੈਬਲਿਸ਼ ਹੋਵੇ ਆਪਣੀ ਕੰਟਰੀ ਦੇ ਵਿੱਚ, ਉਹਨੇ ਸਟਰਗਲ ਕੀਤੀ ਹੋਵੇ, ਉਹਦੀ ਕੋਈ ਇਨਕਮ ਹੋਵੇ, ਉਹ ਜੋਬ ਕਰਦਾ ਹੋਵੇ, ਤੇ ਅਸੀਂ ਉਸ ਬੰਦੇ ਨੂੰ ਫਿਰ ਉਹਦੇ ਲਈ ਉਹ ਥੋੜਾ ਜਿਹਾ ਇਹਨਾਂ ਦੀਆਂ ਕਹਿ ਸਕਦੇ ਕਿ ਆਪਾਂ ਨਜ਼ਰਾਂ ਦੇ ਵਿੱਚ ਆਪਾਂ ਪੰਜਾਬੀ ਦੇ ਵਰਡ ਯੂਜ਼ ਕਰ ਸਕਦੇ ਵੀ ਇਹ ਨਹੀਂ ਕਹਿ ਸਕਦੇ ਕਿ ਅਸੀਂ ਵਿਹਲਾ ਬੰਦਾ ਜਿਹੜਾ ਆਪਣੀ ਕੰਟਰੀ ਦੇ ਵਿੱਚ ਮੰਗਾ ਰਹੇ ਹਾਂ, ਉਹਨਾਂ ਨੂੰ ਪਤਾ ਕਿ ਬੰਦੇ ਨੇ ਸਟਰਗਲ ਕੀਤੀ ਆ, ਅਸਟੈਬਲਿਸ਼ ਆ ਆਪਣੀ ਲਾਈਫ ਦੇ ਵਿੱਚ। ਸੋ ਇਸ ਕਰਕੇ ਜਿਹੜਾ ਜੋਬ ਵਾਲਾ ਉਹਨੂੰ ਇਹ ਦੱਸਣਾ ਥੋੜ੍ਹਾ ਸੌਖਾ ਹੋ ਜਾਂਦਾ ਕਿ ਮੈਂ ਜੋਬ ਕਰ ਰਿਹਾ, ਭਾਵੇਂ ਉਹਦੀ ਤਨਖਾਹ 12,000 ਹੀ ਪਰ ਮੰਥ ਕਿਉਂ ਨਾ ਹੋਵੇ, ਉਹਦੇ 'ਚ ਉਹਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਪ੍ਰੋਬਲਮ ਆਉਂਦੀ ਆ ਐਗਰੀਕਲਚਰ ਵਾਲੇ ਨੂੰ, ਉਹ ਵੀ ਤਾਂ ਆਉਂਦੀ ਆ ਜੇ ਉਹ ਜੇ ਫਾਰਮ ਸਿਰਫ ਲਾਉਂਦਾ ਆ ਤੇ ਉਹਦੇ ਕੋਲ ਉਹਨੂੰ ਜਸਟੀਫਾਈ ਕਰਨ ਲਈ ਉਹਨੂੰ ਪ੍ਰੂਫ ਨਹੀਂ ਹੈਗਾ ਕਿ ਜਿਹੜੇ ਮੈਂ ਜੇ ਫਾਰਮ ਲਾਏ ਆ ਉਹ ਓਰਿਜਿਨਲ ਆ। ਜੇ ਉਹ ਆਪਣੇ ਅਕਾਊਂਟ ਦੇ ਵਿੱਚ ਉਹਦੀ ਸਾਰੀ ਜਿਹੜੀ ਅਮਾਊਂਟ ਜਿਹਦਾ ਟ੍ਰਾਂਸਫਰ ਹੋਇਆ ਆੜਤੀ ਵੱਲੋਂ, ਜੇ ਉਹ ਵਿਖਾ ਸਕਦਾ ਆ ਤੇ ਉਹਦੇ ਲਈ ਇਹ ਬੈਨੀਫੀਸ਼ੀਅਲ ਹੋਏਗਾ। ਇੱਕ ਹੋਰ ਇਸ ਸਿਚੁਏਸ਼ਨ ਨੂੰ ਥੋੜਾ ਜਿਹਾ ਚੇਂਜ ਮੈਂ ਕਰ ਦਿਆਂ, ਜਸਟ ਟੂ ਗਿਵ ਯੂ ਅ ਵੈਰਾਈਟੀ ਆਫ ਇਨਫੋਰਮੇਸ਼ਨ, ਕਿ ਕਈ ਲੋਕ ਜਿਹੜੇ ਨੌਕਰੀ ਕਰ ਰਹੇ, ਛੋਟੀ ਨੌਕਰੀ ਕਰ ਰਹੇ, ਉਹਨਾਂ ਨੂੰ ਕੋਈ ਪੇ ਸਲਿੱਪ ਨਹੀਂ ਹੈ। ਉਹ ਕਹਿੰਦੇ ਜੀ ਸਾਨੂੰ ਕੈਸ਼ ਮਿਲਦੀ ਹੈ ਜੀ, 10-12 ਹਜ਼ਾਰ ਮਿਲ ਗਏ, ਕੈਸ਼ ਹੈ ਜੀ, ਸਾਡੇ ਕੋਲ ਕੋਈ ਪ੍ਰੂਫ ਨਹੀਂ ਹੈ। ਤੇ ਟੂ ਮੇਕ ਥਿੰਗਸ ਈਵਨ ਵਰਡਸ, ਕਿ ਵੀ ਉਹ ਬੈਂਕ ਡਿਪੋਜ਼ਿਟ ਵਿੱਚ ਵੀ ਸ਼ੋਅ ਨਹੀਂ ਹੋ ਰਿਹਾ। ਸੋ ਲੈਟਸ ਸੇ ਕਿ 12-15 ਹਜ਼ਾਰ ਮਿਲ ਰਹੀ ਹੈ, ਜੋ ਵੀ ਕੁਛ ਹੈ, ਕੋਈ ਇੰਸ਼ੋਰੈਂਸ ਏਜੰਟ ਹੈ ਵਗੈਰਾ ਜੋ ਵੀ ਕੁਛ ਹੈ, ਸੋ ਉਹਨਾਂ ਨੂੰ ਜੋਬ ਲੈਟਰ ਹੈ, ਲੇਕਿਨ ਲੇਕਿਨ ਤਨਖਾਹ ਕੈਸ਼ ਮਿਲ ਰਹੀ ਹੈ, ਔਰ ਬੈਂਕ ਬੈਲੈਂਸ ਵੀ 2-3 ਲੱਖ ਤੋਂ ਜ਼ਿਆਦਾ ਨਹੀਂ, ਫਿਰ ਕੀ ਕਰੋਗੇ? ਸਰ ਉਹਦੇ ਵਿੱਚ ਪ੍ਰੋਬਲਮ ਆਉਂਦੀ ਹੈ ਜਦੋਂ ਇਹੋ ਜਿਹੇ ਕੇਸਿਸ ਹੁੰਦੇ ਆ, ਉਹਦੇ ਵਿੱਚ ਪ੍ਰੋਬਲਮ ਆਉਂਦੀ ਆ। ਤੁਹਾਨੂੰ ਮੈਂ ਪ੍ਰੋਬਲਮ ਹੀ ਤੁਹਾਨੂੰ ਦੇ ਰਿਹਾ ਸਾਰੇ ਉੱਤੇ ਜਵਾਬ। ਸਰ ਫਿਰ ਉਹਦਾ ਜਵਾਬ ਇਸ ਤਰ੍ਹਾਂ ਆ ਕਿ ਉਹਨੇ ਹੁਣ ਉਹਦੇ ਕੋਲ ਪੇ ਸਲਿਪਸ ਨਹੀਂ ਹੈਗੀਆਂ, ਠੀਕ ਹੈ। ਉਹਨੇ ਜਿਹੜੀ ਜਿਹੜੀ ਜੋਬ ਲੈਟਰ ਦਿਖਾ ਦਿੱਤਾ, ਜਿਹੜੀ ਕੰਪਨੀ ਦੇ ਵਿੱਚ ਉਹ ਕੰਮ ਕਰ ਰਿਹਾ, ਜਿਹੜੀ ਫਰਮ ਦੇ ਕੋਲ ਉਹ ਕੰਮ ਕਰ ਰਿਹਾ, ਫਿਰ ਉਹਦਾ ਇਹ ਉੱਥੇ ਆਪ ਤੁਸੀਂ ਇਹ ਕਰ ਸਕਦੇ ਕਿ ਜਿਹੜੀ ਉਹ ਕੰਪਨੀ ਦੇ ਵਿੱਚ ਕੰਮ ਕਰ ਰਿਹਾ, ਤੁਸੀਂ ਜੇ ਉਹ ਵਧੀਆ ਅਸਟੈਬਲਿਸ਼ ਆ, ਤੁਸੀਂ ਉਹਦੇ ਬਾਰੇ ਉਹਦੇ ਡਾਕੂਮੈਂਟ ਲਾਓ, ਉਹਨੂੰ ਦੱਸੋ ਵੀਜ਼ਾ ਅਫਸਰ ਨੂੰ ਕਿ ਮੈਂ ਜਿਹੜੀ ਭਾਵੇਂ ਮੈਨੂੰ ਪੇ ਜਿਹੜੀ ਆ ਉਹ ਕੈਸ਼ ਮਿਲ ਰਹੀ ਹੈ, ਪਰ ਮੈਂ ਜਿਹੜੀ ਕੰਪਨੀ ਦੇ ਵਿੱਚ ਕੰਮ ਕਰ ਰਿਹਾ ਉਹ ਵੈਲ ਅਸਟੈਬਲਿਸ਼ ਆ, ਉਹ ਚੰਗਾ ਕੰਮ ਕਰ ਰਹੀ ਆ, ਮਤਲਬ ਉਹਦਾ ਬਿਜ਼ਨਸ ਵਧੀਆ, ਕੋਈ ਇਸ ਤਰ੍ਹਾਂ ਕੰਮ ਚਲਾਉ ਨਹੀਂ ਹੈ ਕਿ ਜਿੱਥੋਂ ਤੁਸੀਂ ਫੇਕ ਕੋਈ ਲੈ ਕੇ ਦੂਸਰਾ ਆਪਣਾ ਜੋਬ ਲੈਟਰ ਤੇ ਤੁਸੀਂ ਉਹਦੇ ਕੋਲੋਂ ਲਾ ਦਿੱਤਾ ਆ, ਕਿਉਂਕਿ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਕਿ ਜੇ ਕੋਈ ਕੰਪਨੀ ਵਧੀਆ ਕੰਮ ਕਰ ਰਹੀ ਆ ਤੇ ਉਹ ਜਿਹੜੀ ਆ ਉਹ ਕਦੀ ਵੀ ਇਹੋ ਜਿਹੇ ਫੇਕ ਡਾਕੂਮੈਂਟ ਕਦੇ ਵੀ ਕਿਸੇ ਵੀ ਬੰਦੇ ਨੂੰ ਥੋੜੇ ਜਿਹੇ ਪੈਸਿਆਂ ਪਿੱਛੇ ਨਹੀਂ ਦਊਗੀ। ਬਾਕੀ ਉਹਦੇ ਕੋਲ ਰਸਤਾ ਨਹੀਂ ਬਚਦਾ। ਹਾਂ, ਇਹ ਚੀਜ਼ਾਂ ਜਿਹੜੀਆਂ ਪ੍ਰੋਬਲਮ ਕ੍ਰੀਏਟ ਕਰਦੀਆਂ ਆ, ਫਿਰ ਉਹ ਕੇਸ ਲੰਬੇ ਚੱਲਦੇ ਆ, ਫਿਰ ਬੜੇ ਬੜੇ ਕੇਅਰਫੁਲੀ ਉਸ ਕੇਸ ਨੂੰ ਹੈਂਡਲ ਕਰਨਾ ਪੈਂਦਾ ਹੈ ਕਿ ਅਸੀਂ ਕੁਛ ਗਲਤ ਨਾ ਕਰ ਬੈਠੀਏ ਕਿ ਕੱਲ੍ਹ ਨੂੰ ਉਹ ਸਾਡੇ 'ਤੇ ਮਿਸਰੀਪ੍ਰੈਜੈਂਟੇਸ਼ਨ ਦਾ ਜਿਹੜਾ ਚਾਰਜ ਆ ਉਹ ਲਾ ਦੇਣ। ਇਹੋ ਜਿਹੇ ਜਿਹੜੇ ਇਹੋ ਜਿਹੇ ਕਹਿ ਲਓ ਗੁੰਝਲਦਾਰ ਕੇਸ ਹੁੰਦੇ ਜਾਂ ਇਹਦੇ ਵਰਗੇ ਹੋ ਗਏ, ਜਾਂ ਕਿਸੇ ਏਜੰਟ ਨੇ ਪਹਿਲਾਂ ਤੁਹਾਡਾ ਕੇਸ ਖਰਾਬ ਕਰ ਦਿੱਤਾ, ਫਿਰ ਉਸ ਚੀਜ਼ ਨੂੰ ਕੰਟੀਨਿਊ ਕਰਨਾ ਉਸ ਝੂਠ ਦੇ ਨਾਲ, ਉਹ ਫਿਰ ਉੱਥੇ ਥੋੜ੍ਹਾ ਜਿਹਾ ਪ੍ਰੋਬਲਮ ਹੋ ਜਾਂਦੀ। ਫਿਰ ਉਹਦੇ 'ਚ ਡਰ ਵੀ ਹੁੰਦਾ ਆ ਕਿ ਹੁਣ ਪਤਾ ਨਹੀਂ ਵੀਜ਼ਾ ਦੇ ਭਾਵੇਂ ਰਿਫਿਊਜ਼ ਹੋ ਜਾਏ, ਕੋਈ ਗੱਲ ਨਹੀਂ, ਪਰ 5 ਸਾਲ ਦਾ ਜਿਹੜਾ ਬੈਨ ਆ ਉਸ ਤਰੀਕੇ ਤੋਂ, ਉਸ ਬੈਨ ਤੋਂ ਕਿਸੇ ਤਰੀਕੇ ਦੇ ਨਾਲ ਬਚਿਆ ਜਾ ਸਕੇ। ਦੈਟਸ ਰਾਈਟ। ਸੁਖਮਨ, ਤੁਸੀਂ ਆਪ ਇੱਥੇ ਸਰੀ ਰਹਿ ਰਹੇ ਹੋ, ਤੁਸੀਂ ਦੇਖਦੇ ਹੋ ਕਿ ਕਾਫੀ ਸਾਰੇ ਸਟੂਡੈਂਟ ਵੈਨਕੂਵਰ ਸਰੀ ਏਰੀਆ 'ਚ ਆਏ ਹੋਏ ਆ ਪੰਜਾਬ ਦੇ, ਇੱਥੇ ਲੋਕ ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟ ਕੋਲ ਜਾ ਕੇ ਫਾਈਲ ਲਗਵਾ ਰਹੇ ਹੈ, ਇੱਥੇ ਇਹਨਾਂ ਦਾ ਕੀ ਐਕਸਪੀਰੀਅੰਸ ਰਿਹਾ? ਇਹਨਾਂ ਦੇ ਕੇਸ ਇੱਥੇ ਲੱਗ ਰਹੇ ਹੈ ਲੋਕਾਂ ਦੇ, ਜਾਂ ਲੋਕੀ ਪਰੇਸ਼ਾਨ ਹੈ? ਕੀ ਇਹਨਾਂ ਦੀ ਕੀ ਜਨਰਲ ਆਬਜ਼ਰਵੇਸ਼ਨ ਤੁਹਾਡੀ ਕੀ ਹੈ ਸਟੂਡੈਂਟ ਦੇ ਬਾਰੇ ਜਿਹੜੇ ਆਲਰੇਡੀ ਵੈਨਕੂਵਰ ਆਏ ਹੋਏ? ਸਰ ਪਹਿਲੀ ਗੱਲ ਤੇ ਮਤਲਬ ਆਪਾਂ ਨੂੰ ਮੈਂ ਚੰਗਾ ਨਹੀਂ ਸਮਝਦਾ ਆਪਾਂ ਕਿਸੇ ਨੂੰ ਕ੍ਰਿਟਿਸਾਈਜ਼ ਕਰੀਏ, ਹਰ ਬੰਦਾ ਆਪਣਾ ਕੰਮ ਕਰ ਰਿਹਾ, ਆਪਾਂ ਸਿਰਫ ਆਪਣੀ ਨਾਮ ਲੈ ਬਗੈਰ ਨਾਮ ਨਾ ਲੋਕ। ਹਾਂਜੀ, ਮੈਂ ਉਸ ਗੱਲ ਤੇ ਆਉਣਾ, ਬਟ ਆਪਾਂ ਸਿਰਫ ਇਹ ਦੱਸ ਸਕਦੇ ਵੀ ਸਾਡੇ ਕੋਲ ਕੀ ਆ, ਅਸੀਂ ਕੀ ਬੈਸਟ ਕਰ ਸਕਦੇ ਆ, ਸਾਡੇ ਕੋਲ ਕੀ ਕੁਆਲਿਟੀ ਸੀ, ਆਪਾਂ ਆਪਣੇ ਬਾਰੇ ਦੱਸ ਸਕਦੇ। ਪਰ ਹਾਂ ਸਰ, ਇੱਥੇ ਇਸ ਤਰ੍ਹਾਂ ਹੋ ਰਿਹਾ ਵੀ ਨੌਲੇਜ ਨਹੀਂ ਆ ਕਿਸੇ ਨੂੰ ਕਿ ਕਿਵੇਂ ਉਹਨਾਂ ਨੂੰ ਇਹ ਆ 1295 ਇੱਕ ਫਾਰਮ ਸਾਈਨ ਕਰ ਲਿਆ, ਇੱਕ ਦੂਸਰਾ ਫਾਰਮ ਸਾਈਨ ਕਰ ਲਿਆ 1744 5744 ਤੇ ਇਸ ਤਰ੍ਹਾਂ ਕਰਕੇ 3-4 ਫਾਰਮ ਲਾ ਦਿੱਤੇ, ਕੋਈ 10-15 ਫੋਟੋਗ੍ਰਾਫਸ ਲਾ ਦਿੱਤੀਆਂ, ਕੋਈ ਹਿਸਟਰੀ ਨਹੀਂ ਲਿਖਣੀ, ਕੋਈ ਹੋਰ ਅਡੀਸ਼ਨਲ ਕੋਈ ਡਾਕੂਮੈਂਟ ਨਹੀਂ ਲਾਉਣਾ ਤੇ ਸ਼ਾਇਦ ਵੀਜ਼ਾ ਆ ਜਾਏਗਾ। ਕਿਉਂਕਿ ਇੱਥੇ ਸਿਸਟਮ ਇਹ ਆ ਕਿ ਇਹਦੇ ਵਿੱਚ ਕੋਈ ਰਿਟੇਨਰ ਐਗਰੀਮੈਂਟ ਨਹੀਂ ਕਰਦੇ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਬਹੁਤੇ ਹਨਾ, ਉਹਦੇ 'ਚ ਉਹਨਾਂ ਨੇ ਹੁੰਦਾ ਕਿ ਅਸੀਂ ਇੱਕ ਵਾਰ ਤੁਹਾਡਾ ਅਪਲਾਈ ਕਰਨਾ ਆ, ਪੈਸੇ ਅਸੀਂ ਤੁਹਾਡੇ ਕੋਲੋਂ ਲੈ ਲੈਣੇ ਆ, ਜੇ ਰਿਫਿਊਜ਼ਲ ਆ ਗਈ ਉਹਦੇ 'ਚ ਸਾਡਾ ਕੋਈ ਨਹੀਂ ਹੈ। ਦੇਖੋ,
ਲਾਤਾ ਜੀ ਬਈ ਠੀਕ ਹੈ ਲੱਗਿਆ ਜੀ, ਕੋਈ ਫੋਟੋ ਨਹੀਂ ਲਾਈ, ਕੋਈ ਚੈਟਿੰਗ ਹਿਸਟਰੀ, ਮਤਲਬ ਬੇਸਿਕ ਮੈਰਿਜ ਸਰਟੀਫਿਕੇਟ ਲਾ ਕੇ, ਕਈ ਕਈ ਨਾ ਮੈਨੂੰ ਕਿਹਾ ਕਿ ਵੀ ਫੋਟੋ ਲਾਉਣ ਦੀ ਲੋੜ ਹੀ ਨਹੀਂ ਹੈ, ਇੱਕ ਫੋਟੋ ਬਹੁਤ ਹੈ, ਬਸ ਮੈਰਿਜ ਸਰਟੀਫਿਕੇਟ ਬਹੁਤ ਹੈ। ਸੋ ਦੂਸਰੀ ਤਰਫ ਜਿਹੜੇ ਕੈਨੇਡਾ ਵਿੱਚ ਜਿਹੜੇ ਲੋਇਰਸ ਨੇ, ਕੰਸਲਟੈਂਟਸ ਨੇ, ਉਹ ਵੀ ਕੰਮ ਕਰ ਰਹੇ ਹੈ ਇਸ ਵਕਤ, ਐਟਲੀਸਟ ਦੇ ਆਰ ਅਬਾਊਟ 4000 ਪਲੱਸ ICCRC ਕੰਸਲਟੈਂਟਸ ਅਤੇ ਪਲੱਸ ਲੋਇਰ ਦੀ ਤਾਂ ਗਿਣਤੀ ਮੈਨੂੰ ਪਤਾ ਹੀ ਨਹੀਂ ਕਿੰਨੇ ਹੈ ਲੋਕ ਅਪਲਾਈ ਕਰ ਰਹੇ ਹੈ। ਮੈਨੂੰ ਮਤਲਬ ਇਹ ਬੜਾ ਸੁਣ ਕੇ ਤਾਜ਼ਬ ਹੁੰਦਾ ਹੈ ਕਿ ਕੰਸਲਟੈਂਟ ਨੇ ਕਿਸੇ ਕੈਨੇਡਾ ਬੇਸਡ ਕੰਸਲਟੈਂਟ ਨੇ ਉਹਨਾਂ ਦੀ ਫਾਈਲ ਲਾਈ, ਫਾਈਲ ਲਾਉਣ ਦੇ ਬਾਅਦ ਅਗਰ ਜੇ ਇੰਟਰਵਿਊ ਆਇਆ ਤਾਂ ਇੰਟਰਵਿਊ ਦੀ ਟ੍ਰੇਨਿੰਗ ਨਹੀਂ ਕਰਾਈ, ਨੰਬਰ ਵਨ। ਦੂਸਰਾ ਉਹਨਾਂ ਦੇ ਜਦ ਅਗਰ ਰਿਫਿਊਜ਼ਲ ਹੋ ਗਿਆ ਤਾਂ ਰਿਫਿਊਜ਼ਲ ਦੇ ਬਾਅਦ ਕਹਿਤਾ ਜੀ ਅਸੀਂ ਕੁਛ ਨਹੀਂ ਕਰ ਸਕਦੇ, ਦੈਟਸ ਇਟ, ਵੀ ਆਰ ਡਨ। ਅਗਰ ਜੇ ਦੁਬਾਰਾ ਅਗਰ ਕੇਸ ਅਗਰ ਫਾਈਲ ਅਗਰ ਪੁੱਟਅਪ ਕਰਨਾ, ਉਹਦੇ ਲਈ ਵੀ ਹੋਰ ਪੈਸੇ ਉਹਨਾਂ ਨੇ ਐਕਸਟਰਾ ਚਾਰਜ ਕਰਨੇ ਆ। ਕਈ ਲੋਇਰਸ ਨੇ, ਲੋਇਰ ਦੀ ਗੱਲ ਕਰਨਾ, ਜਿਹੜੇ ਵਕੀਲ ਹੈ, ਜਿਹੜੇ ਲੋਅ ਸੁਸਾਇਟੀ ਦੇ ਮੈਂਬਰ ਹੈ, ਉਹਨਾਂ ਨੇ ਕਿਹਾ ਕਿ ਵੀ ਅਸੀਂ ਜੀ ਹੁਣ ਇਹਨੂੰ ਚੈਲੇਂਜ ਕਰਾਂਗੇ, ਲੋਅ ਜਿਹੜੇ ਆਪਣੇ ਜਿਹੜਾ ਲੋਅ ਦਾ ਬੇਸਿਸ ਹੈ ਉਹਨੂੰ ਫੈਡਰਲ ਕੋਰਟ ਜਾ ਕੇ ਚੈਲੇਂਜ, ਫੈਡਰਲ ਕੋਰਟ 'ਤੇ ਜਾਣਾ, ਡੈਟ ਮੀਨਸ ਈਜ਼ਲੀ 5 to 6,000 dollars। ਅਤੇ ਇੱਥੇ ਵੀ ਲੋਕਾਂ ਨੂੰ ਇੰਨੀ ਪ੍ਰੋਬਲਮ ਹੈ ਸਪਾਊਸ ਵੀਜ਼ਾ ਦੇ ਬਾਰੇ, ਜਿਹੜੀ ਮੈਂ ਸੋਚਦਾ ਸੀ ਕਿ ਜਿਹੜੇ ਪੰਜਾਬ ਤੋਂ ਲਾ ਰਹੇ ਉੱਥੇ ਹੀ ਪ੍ਰੋਬਲਮ ਹੈ, ਉਸ ਤੋਂ ਜ਼ਿਆਦਾ ਪ੍ਰੋਬਲਮ ਤਾਂ ਵਿਦਇਨ ਕੈਨੇਡਾ ਵੀ ਹੈ, ਅਤੇ ਕੋਈ ਜ਼ਿਆਦਾ ਲੋਕਾਂ ਨੂੰ ਪਤਾ ਨਹੀਂ। ਅੱਛਾ, ਦੂਸਰਾ, ਜਿੰਨੇ ਵੀ ਯੂਨੀਵਰਸਿਟੀਜ਼, ਜਿਹੜੇ ਵੱਡੀ ਯੂਨੀਵਰਸਿਟੀ, ਜਿਸ ਤੋਂ UBC ਦਾ ਨਾਮ ਲਿਆ, ਸਾਈਮਨ ਫਰੇਜ਼ਰ ਹੈ, ਯੂਨੀਵਰਸਿਟੀ ਆਫ ਟੋਰਾਂਟੋ ਵਾਲਾ, ਬੜੇ ਬੜੇ ਜਿਹੜੇ ਅਦਾਰੇ ਆ ਸਾਰੇ ਯੂਨੀਵਰਸਿਟੀਜ਼ ਦੇ ਕਾਲਜ ਵਾਲੇ, ਉਹਨਾਂ ਕੋਲ ਇੱਕ ਫੋਰਨ ਸਟੂਡੈਂਟ ਐਡਵਾਈਜ਼ਰ ਵੀ ਹੁੰਦਾ ਹੈ, ਇਮੀਗ੍ਰੇਸ਼ਨ ਐਡਵਾਈਜ਼ਰ ਵੀ ਹੁੰਦਾ ਹੈ ਉੱਥੇ ਫੁੱਲ ਟਾਈਮ ਜਿਹੜਾ ਕੰਮ ਕਰ ਰਿਹਾ। ਉਹਨਾਂ ਦੀ ਅਕੋਰਡਿੰਗ ਟੂ ਉਹਨਾਂ ਦੀ ਜਿਹੜੀ ਨੌਕਰੀ ਦਾ ਡਿਸਕ੍ਰਿਪਸ਼ਨ ਹੈ, ਉਹਨਾਂ ਦੇ ਵਿੱਚ ਇਹ ਵੀ ਹੈ ਕਿ ਤੁਸੀਂ ਸਟੂਡੈਂਟਾਂ ਨੂੰ ਹੈਲਪ ਕਰਨੀ ਹੈ, ਜੋ ਵੀ ਇਮੀਗ੍ਰੇਸ਼ਨ ਸੰਬੰਧੀ ਜੋ ਵੀ ਐਕਸਟੈਂਸ਼ਨ ਹੈ, ਸਪਾਊਸ ਸਪੋਂਸਰਸ਼ਿਪ ਹੈ, ਉਹਦੇ ਵਿੱਚ ਹੈਲਪ ਕਰਨੀ ਹੈ। ਲੇਕਿਨ ਬੜੀ ਹੈਰਾਨੀ ਦੀ ਗੱਲ ਹੈ ਕਿ ਉਹਨਾਂ ਨੂੰ ਵੀ ਇੰਨੀ ਨੌਲੇਜ ਐਕਸਪੀਰੀਅੰਸ ਨਹੀਂ ਹੈ ਕਿ ਸਪਾਊਸ ਵੀਜ਼ਾ ਲਈ ਕਿੱਦਾਂ ਹੈਲਪ ਕਰਨੀ ਹੈ। ਮੈਂ ਕਿਸੇ ਕਾਲਜ ਦਾ ਨਾਮ ਨਹੀਂ ਲਿਆਂਗਾ, ਲੇਕਿਨ ਕਈ ਕਾਲਜਾਂ ਨੂੰ ਇਹ ਨਹੀਂ ਪਤਾ ਕਿ ਵਟ ਇਜ਼ ਦਾ ਡੈਫੀਨੇਸ਼ਨ ਆਫ ਫੁੱਲ ਟਾਈਮ ਸਟੈਟਸ। ਫੋਰ ਐਗਜ਼ਾਮਪਲ, ਹੁਣ ਨਾਮ ਮੈਨੂੰ ਲੈਣਾ ਪਏਗਾ, ਮੈਂ ਸੋਚ ਰਿਹਾ ਨਾਮ ਕਿਸ ਦਾ ਨਹੀਂ ਲਿਆ। ਕੁਛ ਕਾਲਜ ਨੇ ਉਸ ਜਿਹੜੇ ਕਲਾਇੰਟ ਜਿਹੜੇ ਮੇਰੇ ਉਸ ਕਾਲਜ 'ਚ ਪੜ੍ਹ ਰਹੇ ਸੀ, ਉਹਨਾਂ ਨੇ ਮੈਨੂੰ ਦੱਸਿਆ ਕਿ ਵੀ ਰਜਿਸਟਰ ਆਫਿਸ ਨੂੰ ਇਹ ਨਹੀਂ ਪਤਾ ਕਿ ਸਾਡੇ ਕਾਲਜ ਦਾ ਜਿਹੜਾ ਫੁੱਲ ਟਾਈਮ ਸਟੈਟਸ ਵਿੱਚ ਕਿੰਨੇ ਸਟੂਡੈਂਟ ਕੋਰਸਿਸ ਦਾ ਲੋਡ ਅਸੀਂ ਫੁੱਲ ਟਾਈਮ ਕਹਿੰਦੇ ਹਾਂ, ਕਿਸ ਨੂੰ ਪਾਰਟ ਟਾਈਮ ਕਹਿੰਦੇ ਹਾਂ, ਇਹ ਨਹੀਂ ਪਤਾ ਉਹਨਾਂ ਨੂੰ। ਫਿਰ ਦੂਸਰਾ, ਜਿਹੜੇ ਫੋਰਨ ਸਟੂਡੈਂਟ ਐਡਵਾਈਜ਼ਰ ਹੈ, ਉਹਨਾਂ ਨੂੰ ਇਹ ਨਹੀਂ ਪਤਾ ਕਿ ਵੀ ਆਪਾਂ ਜਿਹੜੇ ਇੱਕ ਸਰਟੀਫਾਈ ਕਰਨਾ ਹੈ ਅਤੇ ਅਟੈਂਡੈਂਸ ਸ਼ੀਟ ਕਿਸ ਤਰ੍ਹਾਂ ਲਾਉਣੀ ਹੈ ਇਹਦੇ ਵਿੱਚ, ਜਾਂ ਕਿਹੜੇ ਹੋਰ ਡਾਕੂਮੈਂਟਸ ਲੱਗਣੇ, ਉਹਨਾਂ ਨੂੰ ਕੋਈ ਆਈਡੀਆ ਨਹੀਂ ਹੈ। ਸੋ ਇੱਥੇ ਵੀ ਲੋਕ ਰਿਫਿਊਜ਼ ਹੋ ਰਹੇ ਹੈ ਅਤੇ ਲੋਕ ਪਰੇਸ਼ਾਨ ਹੋ ਰਹੇ ਹੈ। ਸੋ ਆਈ ਜਸਟ ਵਾਂਟਡ ਟੂ ਲੈਟ ਪੀਪਲ ਨੋ ਕਿ ਸਪਾਊਸ ਵੀਜ਼ਾ ਇੱਕ ਇੰਨਾ ਈਜ਼ੀ ਐਪਲੀਕੇਸ਼ਨ ਨਹੀਂ ਹੈ ਕਿ ਵੀ ਇੱਕ ਪੇਜ 'ਤੇ ਤੁਸੀਂ ਭਰਿਆ ਜੀ ਆਟੋਮੈਟਿਕਲੀ ਵਿਦਾਊਟ ਇੰਟਰਵਿਊ ਵਿਦਾਊਟ ਸਕਰੂਟਨੀ ਤੁਹਾਨੂੰ ਵੀਜ਼ਾ ਮਿਲ ਜਾਏਗਾ। ਇਟਸ ਨਾਟ ਦੈਟ ਈਜ਼ੀ। ਉਹਦੇ ਬਾਰੇ ਤੁਸੀਂ ਵੈਬਸਾਈਟ 'ਤੇ ਜਾ ਕੇ, ਜਿਹੜਾ ਇਮੀਗ੍ਰੇਸ਼ਨ ਦੀ ਵੈਬਸਾਈਟ ਹੈ, ਅੱਛਾ ਇਮੀਗ੍ਰੇਸ਼ਨ ਵੈਬਸਾਈਟ ਵੀ ਖਾਸੀ ਕੋਈ ਡਿਸਕ੍ਰਿਪਸ਼ਨ ਨਹੀਂ ਦਿੱਤਾ ਹੋਇਆ ਉਹਨਾਂ ਨੇ ਕਿ ਵੀ ਇਸ ਤਰ੍ਹਾਂ ਕਰੋ, ਇਸ ਤਰ੍ਹਾਂ ਡਾਕੂਮੈਂਟ ਲਾਓ, ਫਲਾਣਾ ਫਲਾਣਾ ਲਾਓ। ਸਰ, ਇੱਥੇ ਮੈਂ ਤੁਹਾਨੂੰ ਦੱਸਦਾ, ਮਤਲਬ ਤੁਸੀਂ ਜਿਵੇਂ ਇਹਨਾਂ ਦੀ ਵੈਬਸਾਈਟ ਦੀ ਗੱਲ ਕੀਤੀ, ਜਦੋਂ ਤੁਸੀਂ ਉਸ 'ਤੇ ਜਾਂਦੇ ਜੇ ਤੁਸੀਂ ਕਨਫਿਊਜ਼ ਹੋ ਜਾਓਗੇ ਕਿ ਕੀ ਕਰਨਾ ਕੀ ਨਹੀਂ ਕਰਨਾ, ਕਿਉਂਕਿ ਉਹਨਾਂ ਨੇ ਡਿਸਕ੍ਰਿਪਸ਼ਨ ਹੀ ਐਵੇਂ ਦਿੱਤਾ। ਹੁਣ ਦੂਸਰੀ ਗੱਲ, ਤੁਸੀਂ ਗੱਲ ਕੀਤੀ ਸੀ ਕਿ ਉਹਨਾਂ ਦੇ ਜਿਹੜੇ ਐਡਵਾਈਜ਼ਰ ਆ ਉਹਨਾਂ ਨੂੰ ਵੀ ਨਹੀਂ ਪਤਾ ਲੋਇਰਸ ਨੂੰ, ਤੁਸੀਂ ਇਹ ਗੱਲ ਛੱਡੋ, ਮੈਂ ਤੁਹਾਨੂੰ ਇੱਕ ਗੱਲ ਦੱਸਦਾ ਬੜੀ ਮਜ਼ੇਦਾਰ ਹੈ। ਸ਼ਾਇਦ ਉਹ ਕਲਾਇੰਟ ਆ ਰਿਹਾ ਦਸੰਬਰ ਦੇ ਵਿੱਚ, ਆਪਾਂ ਉਹਦੀ ਇੰਟਰਵਿਊ ਕਰਾਂਗੇ ਇੱਥੇ ਕੈਨੇਡਾ ਆ ਰਿਹਾ, ਉਹਦਾ ਵੀਜ਼ਾ ਲੱਗ ਗਿਆ। ਉਹਦੀ ਵਾਈਫ ਨੂੰ MP ਆਫਿਸ ਉਹਨੇ ਕਾਲ ਕੀਤਾ, ਮੈਂ ਖੁਦ ਕਰਵਾਇਆ ਸੀ ਕਿ ਮੈਂ ਕਿਹਾ ਤੁਸੀਂ ਕਾਲ ਕਰੋ MP ਆਫਿਸ ਕਿ ਤੁਸੀਂ ਪੁੱਛੋ ਉਹਨਾਂ ਨੂੰ ਕਿ ਸਾਡਾ ਕਿਉਂ ਸਾਡੀ ਰਿਫਿਊਜ਼ਲ ਆਈ ਆ, ਕਿਉਂਕਿ ਕੈਸ਼ ਨੋਟ ਆਏ ਨਹੀਂ ਸੀ ਅਜੇ। ਤੇ ਉਹਨੇ ਮਤਲਬ ਉਹ ਜਿਹੜੀ ਉਹ ਕਾਲ ਕੀਤਾ ਜਿਹੜੀ ਉੱਥੇ ਸੀ ਐਡਵਾਈਜ਼ਰ ਉਹਨਾਂ ਦੀ, ਜਾਂ ਜਿਹੜੀ ਮੈਨੇਜਰ ਜਾਂ ਜਿਹੜੀ ਰਿਸੈਪਸ਼ਨਿਸਟ, ਮੈਨੂੰ ਨਹੀਂ ਪਤਾ ਕੀ ਉਹਦਾ ਰੈਂਕ ਸੀ, ਕੀ ਡੈਜੀਗਨੇਸ਼ਨ ਸੀ ਉਹਦਾ, ਉਹਨੇ ਉਹਨੂੰ 3 to 4 times ਸ਼ਾਇਦ ਕਿਹਾ, 2 to 3 times ਜਾਂ 3 to 4 times ਕਿ ਤੂੰ ਅਪਲਾਈ ਨਾ ਕਰ, ਤੇਰੇ ਹਸਬੈਂਡ ਦਾ ਵੀਜ਼ਾ ਕਦੀ ਨਹੀਂ ਲੱਗਣਾ। ਔਰ ਤੁਹਾਨੂੰ ਯਾਦ ਹੀ ਆ ਗਿਆ ਨਾ ਕੇਸ ਕਿਹੜਾ ਸੀ, ਮੈਨੂੰ ਪਤਾ ਲੱਗਿਆ ਜਿਹਨਾਂ ਦਾ ਵੀਜ਼ਾ ਲੱਗ ਗਿਆ ਉਹਨਾਂ ਨੇ ਦਸੰਬਰ ਦੇ ਵਿੱਚ ਇੱਥੇ ਆਉਣਾ ਉਹਨਾਂ ਦੇ ਹਸਬੈਂਡ ਨੇ। ਤੇ ਉਹਨੇ ਮੈਨੂੰ ਉਹਨਾਂ ਨੇ ਮਤਲਬ ਵਾਈਫ ਨੇ ਉਹਦੀ ਐਪਲੀਕੈਂਟ ਦੀ ਜਿਹੜੀ ਕਲਾਇੰਟ ਆਪਣੇ ਦੀ ਵਾਈਫ ਨੇ, ਉਹਨੇ ਮੈਨੂੰ ਕਾਲ ਕੀਤਾ, ਵਿਚਾਰੀ ਬੜੀ ਡਰੀ ਸੀ, ਡਰਨਾ ਬਣਦਾ ਸੀ ਜਦੋਂ ਕੋਈ ਉਸ ਅਹੁਦੇ ਤੇ ਬਹਿ ਕੇ ਤੁਹਾਨੂੰ ਕਹਿ ਦਿੰਦਾ ਕਿ ਜੀ ਤੁਹਾਡਾ ਵੀਜ਼ਾ ਲੱਗਣਾ ਹੀ ਨਹੀਂ, ਮੇਰੀ ਗੱਲ ਹੋ ਗਈ, ਮੈਂ ਪਤਾ ਕਰ ਲਿਆ, ਤੁਹਾਡੇ ਟਾਈਸ ਨਹੀਂ ਹੈਗੇ ਜੇ ਉਹ, ਤੁਸੀਂ ਉਹਨੇ ਉਹਨੂੰ ਐਡਵਾਈਸ ਕੀਤਾ ਤੂੰ ਅੰਬੈਸੀ ਨੂੰ ਲਿਖ ਕੇ ਦੇ ਕਿ ਅਸੀਂ PR ਨਹੀਂ ਲੈਣੀ ਕੈਨੇਡਾ ਦੇ ਵਿੱਚ, ਬਸ ਮੇਰੇ ਹਸਬੈਂਡ ਨੂੰ ਵੀਜ਼ਾ ਦੇ ਦਿਓ। ਤੇ ਮੈਂ ਕਿਹਾ ਕਿ ਕੱਲ ਨੂੰ ਤੁਸੀਂ PR ਅਪਲਾਈ ਕਰੋਗੇ ਤੇ ਫਿਰ ਤੁਸੀਂ ਕਿਸ ਬੇਸ ਤੇ ਤੁਸੀਂ ਵੀਜ਼ਾ, ਕਿਉਂਕਿ ਤੁਹਾਡੀ ਹਿਸਟਰੀ ਦੇ ਵਿੱਚ ਉਹ ਸੇਵ ਹੋ ਜਾਣਾ ਸਾਰਾ ਕੁਝ, ਤੁਹਾਡੇ UCI ਨੰਬਰ ਦੇ ਵਿੱਚ, ਅਕਾਊਂਟ ਦੇ ਵਿੱਚ, ਕਿ ਤੁਸੀਂ ਇਹ ਕਹਿ ਕੇ ਆਏ ਜੇ ਸ਼ਰਤ ਸਾਡੀ ਮੰਨ ਕੇ ਆਏ, ਜੇ ਤੁਸੀਂ ਆਪ ਖੁਦ ਬਿਆਨ ਕੀਤਾ ਹੈ ਕਿ ਅਸੀਂ PR ਲਈ ਅਪਲਾਈ ਨਹੀਂ ਕਰਨਾ। ਸੋ ਉਹ ਮਤਲਬ ਉਹ ਬਹੁਤ ਡਰ ਗਈ ਸੀ ਤੇ ਮੈਂ ਉਹਨੂੰ ਕਿਹਾ ਸੀ ਕਿ ਕੋਈ ਗੱਲ ਨਹੀਂ,
ਇੱਥੇ ਬੜੇ ਬੜਿਆਂ ਦੀ ਰਿਫਿਊਜ਼ਲ ਲੱਗਦੀਆਂ ਫਿਰ ਵੀ ਵੀਜ਼ਾ ਆ ਜਾਂਦੇ ਆ, ਇਹਦੇ 'ਚ ਕੋਈ ਚੱਕਰ ਨਹੀਂ। ਮੈਂ ਕਿਹਾ ਜਿਸ ਦਿਨ ਤੁਹਾਡਾ ਵੀਜ਼ਾ ਆਊਗਾ ਫਿਰ ਉਹਨੂੰ ਕਾਲ ਕਰਿਓ ਤੁਸੀਂ। ਐਂਡ ਉਹਦਾ 15 ਦਿਨ ਦੇ ਵਿੱਚ ਵਿੱਚ ਬਾਅਦ 'ਚ ਵੀਜ਼ਾ ਆ ਗਿਆ। ਐਂਡ ਹੁਣ ਉਹਨੂੰ ਮੈਂ ਅਜੇ ਕੱਲ੍ਹ ਹੀ ਮੇਰੀ ਗੱਲ ਹੋਈ ਸੀ ਉਹਨਾਂ ਨਾਲ, ਅਤੇ ਉਹਨਾਂ ਨੂੰ ਮੈਂ ਕਿਹਾ ਕਿ ਹੁਣ ਵੀਜ਼ਾ ਆਫਿਸ ਉਹਨੂੰ MP ਆਫਿਸ ਵਾਲੀ ਨੂੰ ਕਾਲ ਕਰਨਾ। ਕਹਿੰਦੇ ਮੇਰਾ ਜੀ ਕਰਦਾ ਕਿ ਮੈਂ ਉੱਥੇ ਜਾ ਕੇ ਆਪਣੇ ਹਸਬੈਂਡ ਨੂੰ ਲੈ ਕੇ ਜਾਵਾਂ। ਦੂਸਰੀ ਗੱਲ ਇਹ ਆ ਕਿ ਕੇਸ ਨੂੰ ਜਿਹੜਾ ਸਭ ਤੋਂ ਵੱਡੀ ਗੱਲ ਆ, ਜਦੋਂ ਆਪਾਂ ਕੇਸ ਅਪਲਾਈ ਕਰਦੇ ਹਾਂ ਤੇ ਜੇ ਆਪਣੀ ਰਿਫਿਊਜ਼ਲ ਆ ਚੁੱਕੀ ਆ ਤੇ ਇਹਦਾ ਮਤਲਬ ਇਹ ਨਹੀਂ ਕਿ ਉਹੀ ਡਾਕੂਮੈਂਟ ਚੁੱਕ ਕੇ ਆਪਾਂ ਦੁਬਾਰਾ ਲਾ ਦਈਏ। ਉਹਦੇ ਵਿੱਚ ਆਪਾਂ ਨੂੰ ਸਭ ਤੋਂ ਪਹਿਲਾ ਸਟੈਪ ਹੁੰਦਾ ਕਿ ਆਪਾਂ ਨੂੰ ਇਨਵੈਸਟੀਗੇਸ਼ਨ ਕਰਨੀ ਪੈਣੀ ਹੈ। ਤੁਹਾਨੂੰ ਖੁਦ ਵੀਜ਼ਾ ਆਫਿਸਰ ਬਣਨਾ ਪੈਣਾ, ਫਾਈਲ ਨੂੰ ਐਜ਼ ਏ ਵੀਜ਼ਾ ਆਫਿਸਰ ਦੇਖਣਾ ਪੈਣਾ ਕਿ ਇਹਦੇ 'ਚ ਕੀ ਕਮੀ ਹੈ। ਕੈਪਸ ਨੋਟ ਮੰਗਵਾਓ, ਉਹਦੇ ਵਿੱਚ ਵੇਖੋ ਕੀ ਪ੍ਰੋਬਲਮ ਹੈ, ਫਿਰ ਉਹਦੇ ਅਕੋਰਡਿੰਗ ਜਿਹੜਾ ਵਾ ਤੁਸੀਂ ਆਪਣਾ ਕੇਸ ਫਾਈਲ ਕਰੋ। ਸੁਭਨ, ਆਪਣੇ ਆਪਣੇ ਇੱਕ ਦੋ ਕੇਸ ਦੇ ਬਾਰੇ ਕੋਈ ਦੱਸੋ ਤੁਸੀਂ, ਜਿਹੜੇ ਕੇਸ ਤੁਸੀਂ ਰੀਸੈਂਟਲੀ ਹੈਂਡਲ ਕੀਤੇ ਆ ਜਿਹਦੇ ਵਿੱਚ 2-3 ਵਾਰ ਰਿਫਿਊਜ਼ਲ ਹੋ ਗਏ, ਇੱਕ ਤੇ ਹੈ ਮੇਰੇ ਕੋਲ ਜਿਹੜੇ 4 ਵਾਰ ਰਿਫਿਊਜ਼ਲ ਹੋ ਗਏ, ਉਹਦੇ ਬਾਰੇ ਦੱਸੋ ਕੁਝ ਖਾਸ, ਜਿਹੜਾ ਕੋਈ ਖਾਸ ਨੁਕਤਾ ਜਿਹੜਾ ਤੁਸੀਂ ਦੇਖਿਆ, ਕੋਈ ਜਿਹੜਾ ਚੀਜ਼ ਸੀਕ੍ਰੇਟ ਤੁਸੀਂ ਲੋਕਾਂ ਨੂੰ ਦੱਸ ਚਾਹੁੰਦੇ ਜਿਹੜਾ ਤੁਸੀਂ। ਤੁਹਾਡੀ ਵਾਈਫ ਦਾ ਸਟੇਟਸ ਚੇਂਜ ਹੋਇਆ ਕੈਨੇਡਾ ਦੇ ਵਿੱਚ ਤੇ ਤੁਸੀਂ ਆਪਣੀ ਕੰਟਰੀ ਆ ਗਏ ਜੇ, ਇਟ ਮੀਨਸ ਕਿ ਤੁਸੀਂ ਹੁਣ ਬਸ ਤਿਆਰੀ ਕਰ ਰਹੇ ਜੇ ਕੈਨੇਡਾ ਜਾਣ ਦੀ, ਤਾਂ ਉਦੋਂ ਹੀ ਤੁਹਾਡਾ ਜਿਹੜਾ ਸ਼ੋ ਇੰਟੈਂਸ਼ਨ ਸ਼ੋ ਹੋ ਗਈ ਸੀ। ਸੋ ਮੈਂ ਤੁਹਾਨੂੰ ਵੀਜ਼ਾ ਨਹੀਂ ਦੇ ਸਕਦਾ ਕਿ ਤੁਸੀਂ ਆਏ ਹੀ ਇਸੇ ਕਰਕੇ ਅਰਬ ਕੰਟਰੀ ਨੂੰ ਛੱਡ ਕੇ ਇੰਡੀਆ, ਕਿ ਹੁਣ ਤੁਹਾਡੀ ਵਾਈਫ ਦੇ ਕੋਲ ਤੁਸੀਂ ਉਹਦੇ ਉਸ ਲੜਕੀ ਨਾਲ ਮੈਰਿਜ ਕਰਾ ਕੇ ਤੇ ਉਹਦੇ ਕੋਲ ਚਲੇ ਜਾਣਾ। ਉਸ ਕੇਸ 'ਚ ਆਪਾਂ ਇਨਵੈਸਟੀਗੇਸ਼ਨ ਕੀਤੀ, ਉਹਨੂੰ ਪੁੱਛਿਆ ਤੂੰ ਕਿਉਂ ਆਇਆ ਸੀ, ਉਹਨੂੰ ਪਤਾ ਨਹੀਂ ਉਹਦੀ ਇੰਟੈਂਸ਼ਨ ਕੀ ਸੀ। ਉਹਨੇ ਆਪਾਂ ਨੂੰ ਕਿਹਾ ਕਿ ਮੇਰੇ ਫਾਦਰ ਠੀਕ ਨਹੀਂ ਸੀ। ਆਪਾਂ ਕਿਹਾ ਜੋ ਫਾਦਰ ਠੀਕ ਨਹੀਂ ਸੀ ਤੇ ਤੁਸੀਂ ਕੁਛ ਕੋਈ ਤੁਹਾਡੇ ਕੋਲ ਪਰੂਫ ਹੋਣ, ਕੋਈ ਰਿਪੋਰਟਸ ਹੋਣ। ਉਹਨੇ ਕਿਹਾ ਜੀ ਹਾਂਜੀ ਮੇਰੇ ਕੋਲ ਰਿਪੋਰਟਸ ਹੈਗੀਆਂ। ਉਹ ਰਿਪੋਰਟਸ ਲਾਈਆਂ, ਇੱਕ ਦੋ ਕੰਸਰਨ ਸੀ ਜਿਹੜੇ ਵੀਜ਼ਾ ਆਫਿਸਰ ਦੇ, ਹੋਰ ਜਿਹੜੇ ਡਾਊਟ ਸੀ ਉਹਦੇ, ਉਹਦੇ ਬਾਰੇ ਆਪਾਂ ਸਾਰਾ ਲੈਬੋਰੇਟ ਕੀਤਾ, ਪਰੂਫ ਲਾਏ ਨਾਲ। ਇੱਕ ਪ੍ਰੋਬਲਮ ਉਹ ਵੀ ਸੀ ਜਿਹੜਾ ਉਹਨਾਂ ਨੇ ਦਿਖਾਇਆ, ਚੈਟਿੰਗ ਹਿਸਟਰੀ ਜਿਸ ਵਿੱਚ ਫੋਨ ਦਾ ਨਾਮ। ਹਾਂਜੀ ਹਾਂਜੀ ਉਹੀ ਕੇਸ ਦੀ ਗੱਲ ਕਰ ਰਹੇ ਹਾਂ। ਉਹ ਨਾਲ ਪਰੂਫ ਲਾਏ ਨਾਲ, ਇਹ ਨਹੀਂ ਕਿ ਤੁਸੀਂ ਪਰੂਫ ਲਾ ਕੇ ਭੇਜ ਦਿੱਤੇ, ਪਰ ਉਹਦੇ ਬਾਰੇ ਤੁਸੀਂ ਉਹਨੂੰ ਵੀਜ਼ਾ ਆਫਿਸਰ ਨੂੰ ਰਿਟਰਨ ਦੇ ਵਿੱਚ ਦੱਸੋ, ਸਾਰਾ ਲੈਬੋਰੇਟ ਕਰੋ ਕਿ ਆਹ ਪਰੂਫ ਮੈਂ ਇਸ ਕਰਕੇ, ਨਾਲ ਆਹ ਜਿਹੜੀ ਫੋਟੋ ਲਾਈ ਇਸ ਕਰਕੇ ਲਾਈ ਆ, ਜਿਹੜੀ ਦੂਸਰੀ ਲਾਈ ਆ ਉਹ ਇਸ ਕਰਕੇ ਲਾਈ ਆ। ਜਦੋਂ ਗਿਆ ਉਹਨਾਂ ਨੂੰ ਵੀਜ਼ਾ ਮਿਲ ਗਿਆ। ਸੋ ਇਸੇ ਤਰ੍ਹਾਂ ਹੀ ਇਸ ਤੋਂ ਪਹਿਲਾਂ ਵਾਲਾ ਕੇਸ ਸੀ ਇੱਕ, ਜਿਹੜਾ ਉਹ ਇੱਥੇ ਕੈਨੇਡਾ ਆ ਚੁੱਕੇ ਨੇ, ਕਾਫੀ ਟਾਈਮ ਹੋ ਗਿਆ। ਉਹਨਾਂ ਦੇ ਵਿੱਚ ਸੀ ਕਿ ਮਤਲਬ ਉਹਨਾਂ ਨੇ ਮੈਰਿਜ ਦੇ ਉੱਪਰ ਕਿਹਾ ਸੀ ਕਿ ਸਾਨੂੰ ਮੈਰਿਜ ਤੁਹਾਡੀ ਜਿਹੜੀ ਆ ਉਹ ਫੇਕ ਲੱਗਦੀ। ਉਹ ਸਿਰਫ ਇਸੇ ਕਰਕੇ ਹੋਈ ਆ ਕਿ ਲੜਕੀ ਦੇ ਬੈਡ ਆ ਚੁੱਕੇ ਸੀ। ਉਹਦੇ ਵਿੱਚ ਫਿਰ ਆਪਾਂ ਸਾਰੀ ਹਿਸਟਰੀ, ਉਹ ਜਿਹੜਾ ਵਿਚੋਲਾ ਸੀ ਉਹਦੇ ਵੱਲੋਂ ਲਿਖਵਾਈ, ਮੀਡੀਏਟਰ ਸੀਗੀ, ਇਸ ਤਰ੍ਹਾਂ ਸਾਡੀ ਗੱਲ ਚੱਲਦੀ ਸੀ। ਅਸੀਂ ਪਹਿਲਾਂ ਹੀ ਕਾਮਨ ਫਰੈਂਡਸ ਸੀ, ਬੜੇ ਟਾਈਮ ਦੇ ਫਰੈਂਡਸ ਸੀ। ਸੋ ਇਸ ਤਰ੍ਹਾਂ ਨਹੀਂ ਕਿ ਇਹ ਸਾਰਾ ਕੁਛ ਅਚਾਨਕ ਹੋਇਆ। ਜੇ ਉਹਦਾ ਕੰਟੈਕਟ ਨੰਬਰ ਦਿੱਤਾ, ਉਹਦੀ ਈਮੇਲ ਆਈਡੀ ਦਿੱਤੀ ਕਿ ਜੇ ਤੁਹਾਨੂੰ ਤੁਸੀਂ ਵੈਰੀਫਿਕੇਸ਼ਨ ਕਰਨਾ ਚਾਹੁੰਦੇ ਤੁਸੀਂ ਮੇਰੇ ਕੋਲੋਂ ਵੀ ਕਰ ਸਕਦੇ। ਸੋ ਕੁਛ ਨਾ ਕੁਛ ਵੀਜ਼ਾ ਆਫਿਸਰ ਨੂੰ ਵੱਖਰਾ ਦਿਖਾਓ। ਇਹ ਨਹੀਂ ਕਿ ਤੁਸੀਂ ਇਨਰੋਲਮੈਂਟ ਲੈਟਰ ਲਾਤੀ, ਬੈਂਕ ਸਟੇਟਮੈਂਟ ਲਾਤੀ, ਜਾਂ ਤੁਸੀਂ ਆਪਣੀ ITR ਲਾਤੀ ਤੇ ਤੁਹਾਡਾ ਵੀਜ਼ਾ ਲੱਗ ਜਾਏਗਾ। ਸੋ ਸਭ ਤੋਂ ਪਹਿਲਾਂ ਤੁਸੀਂ ਇਨਵੈਸਟੀਗੇਟ ਕਰੋ ਕਿ ਤੁਹਾਡੀ, ਕਹਿ ਲਓ ਕਿ ਵੀਜ਼ਾ ਆਫਿਸਰ ਨੂੰ ਡਾਊਟ ਕਿੱਥੇ, ਕਿਉਂਕਿ ਆਪਣੇ ਕੋਲ ਤੇ ਕੇਸ ਹੀ ਸਾਰੇ ਦੂਸਰੇ ਆ ਰਿਫਿਊਜ਼ਲ ਵਾਲੇ ਆ, ਤੇ ਕੈਸ ਨੋਟ 'ਚ ਤੁਸੀਂ ਵੇਖ ਸਕਦੇ ਜੇ ਕਿ ਵੀਜ਼ਾ ਆਫਿਸਰ ਕਿੱਥੇ ਫਸਿਆ ਪਿਆ ਤੁਹਾਡੇ ਕੇਸ ਦੇ ਉੱਪਰ, ਉਹਨੂੰ ਸੈਟੀਸਫਾਈ ਕਰੋ। ਹੋਰ ਜਿਹੜੇ ਡਾਕੂਮੈਂਟ ਆ, ਸ਼ਾਇਦ ਉਹਨਾਂ ਨੂੰ ਉਹ ਇੰਨੇ ਕਿਉਰੀਓਸਿਟੀ ਦੇ ਨਾਲ ਜਾਂ ਇੰਨੇ ਇੰਟਰਸਟ ਦੇ ਨਾਲ ਨਹੀਂ ਵੇਖਦਾ। ਜਦੋਂ ਉਹਨੂੰ ਪਤਾ ਲੱਗਦਾ ਕਿ ਪਿਛਲੀ ਰਿਫਿਊਜ਼ਲ ਦੇ ਵਿੱਚ ਆਹ ਡਾਊਟ ਸੀ, ਉਹਨਾਂ ਦੇ ਬਾਰੇ ਇਹਨਾਂ ਨੇ ਨੈਕਸਟ ਫਾਈਲ ਦੇ ਵਿੱਚ ਕੀ ਐਡ ਕੀਤਾ ਹੈ, ਉਸ ਚੀਜ਼ ਨੂੰ ਉਹ ਜ਼ਿਆਦਾ ਵੇਖਦੇ। ਦੋਸਤੋ ਗੱਲਬਾਤ ਬਿਲਕੁਲ ਸਹੀ ਇਹਨਾਂ ਨੇ ਦੱਸੀ ਕਿ ਵੀ ਇਨਵੈਸਟੀਗੇਸ਼ਨ ਦੀ ਲੋੜ ਹੈ, ਕੇਸ ਐਕਸਰੇ ਕਰਨ ਦੀ ਲੋੜ ਹੈ। ਨੋਰਮਲੀ ਆਪਾਂ $220 ਚਾਰਜ ਕਰਦੇ ਹਾਂ ਲੋਕਾਂ ਨੂੰ। ਮੈਂ ਕਹਿੰਦਾ ਕਿ ਵੀ ਤੁਸੀਂ ਆਪਣੇ ਡਾਕੂਮੈਂਟਸ ਮੈਨੂੰ ਦਿਖਾ ਦਿਓ, ਜਾਂ ਦਿਖਾਓ ਨਹੀਂ ਤਾਂ ਮੈਨੂੰ ਥੋੜ੍ਹਾ ਜਿਹਾ 1 ਘੰਟੇ ਦਾ ਟਾਈਮ ਦਿਓ, ਆਪਾਂ ਇੱਕ ਥੋੜ੍ਹਾ ਜਿਹਾ ਵੈਰੀਫਾਈ ਕਰਕੇ ਤੁਹਾਡੇ ਸਵਾਲ ਜਵਾਬ ਪੁੱਛ ਕੇ ਇੱਕ ਪਤਾ ਕਰਦੇ ਹਾਂ ਕਿ ਵੀ ਨਬਜ਼ ਕਿੱਥੇ ਖੜੀ ਹੈ ਤੁਹਾਡੇ, ਮਤਲਬ ਕੀ ਪ੍ਰੋਬਲਮ ਹੈ, ਕਿਸ ਚੀਜ਼ ਨੂੰ ਮੇਰਾ ਵੀਜ਼ਾ ਰੁਕਿਆ ਹੋਇਆ। ਅਤੇ ਲੋਕਾਂ ਦਾ ਇਹ ਹੈ ਕਿ ਵੀ ਸਾਨੂੰ $220 ਦੇਣ ਦੀ ਕੀ ਲੋੜ ਹੈ, ਤੁਸੀਂ ਆਪਣੇ ਫੀਸ ਦੱਸੋ ਅਤੇ ਆਪਾਂ ਕੇਸ ਲਾਓ। ਤਾਂ ਮੈਂ ਕਹਿੰਦਾ ਨਹੀਂ, ਪਹਿਲਾਂ ਐਨਾਲਿਸਿਸ ਕਰਾਂਗੇ, ਜੇ ਮੈਨੂੰ ਲੱਗਦਾ ਹੈ ਕਿ ਤੁਹਾਡਾ ਕੇਸ ਹੋ ਜਾਏਗਾ ਫਿਰ ਲਿਆਂਗੇ, ਨਹੀਂ ਤਾਂ ਲੈਣ ਦੀ ਕੋਈ ਲੋੜ ਨਹੀਂ ਹੈ। ਸੋ ਦੈਟ ਇਜ਼ ਵਨ ਥਿੰਗ। ਇਟ ਇਜ਼ ਵੈਰੀ ਇੰਪੋਰਟੈਂਟ ਕਿ ਜਿਸ ਤਰ੍ਹਾਂ ਡਾਕਟਰ ਇੱਕ ਰਿਸਰਚ ਕਰਦਾ ਹੈ, ਤੁਹਾਡੇ ਸਿੰਪਟਮਸ ਦੇਖ ਕੇ ਡਾਇਗਨੋਸ ਕਰਦਾ ਹੈ ਤੁਹਾਡੀ ਬਿਮਾਰੀ ਕਿੱਥੇ ਖੜੀ ਹੈ, ਫਿਰ ਜਾ ਕੇ ਪਤਾ ਲੱਗਦੀ ਕਿ ਵੀ ਟ੍ਰੀਟਮੈਂਟ ਕੀ ਹੋਣੀ ਹੈ। ਅੱਛਾ, ਇੱਕ ਆਖਰੀ ਚੀਜ਼ ਸੁਪਰ, ਕਿਉਂਕਿ ਸਾਡੇ ਕੋਲ ਟਾਈਮ ਜ਼ਿਆਦਾ ਹੈ ਨਹੀਂ, ਇੱਕ ਆਖਰੀ ਚੀਜ਼। ਕਈ ਵਾਰ
ਕਈ ਵਾਰ ਜਿਹੜੇ ਸਪੈਸ਼ਲੀ ਮੈਂ ਦੇਖਦਾ ਕਿ ਪੰਜਾਬ ਦੇ ਜਿਹੜੀ ਐਪਲੀਕੇਸ਼ਨਸ ਹੈ ਉਹਨਾਂ ਦੀ ਜਿਹੜੀ ਮੈਰਿਜ ਹੋਈ ਹੈ, ਮੈਰਿਜ ਅਤੇ ਵੀਜ਼ਾ, ਸਪੋਜ਼ ਕਿ ਵਾਈਫ ਦਾ ਵੀਜ਼ਾ ਲੱਗਿਆ, ਵਾਈਫ ਦੇ ਵੀਜ਼ਾ ਲੱਗਦੇ ਸਾਰ ਹੀ ਇੱਕ ਹਫ਼ਤੇ ਬਾਅਦ, ਦੋ ਹਫ਼ਤੇ ਬਾਅਦ ਮੈਰਿਜ ਹੋ ਗਈ, ਡੈਟ ਮੀਨਸ ਕਿ ਮੈਰਿਜ ਦੀ ਡੇਟ ਅਤੇ ਵੀਜ਼ਾ ਲੱਗਣ ਦੀ ਡੇਟ ਦੇ ਵਿੱਚ ਜ਼ਿਆਦਾ ਕੋਈ ਫਾਸਲਾ ਨਹੀਂ ਹੈ। ਇੱਕ ਬਹੁਤ ਵੱਡਾ ਇੱਕ ਰੈੱਡ ਫਲੈਗ ਹੈ, ਬਹੁਤ ਵੱਡਾ ਇੱਕ ਸਾਈਨ ਹੈ ਕਿ ਵੀ ਇਹਦੇ ਵਿੱਚ ਜੈਨੂਇਨਨੈਸ ਅਤੇ ਕੁਐਸਚਨ ਮਾਰਕਸ ਵਾਲੇ ਨਿਸ਼ਾਨ ਹੈ। ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਸਰ ਇਹ ਮੇਰੇ ਖਿਆਲ ਹੁਣ 80% ਇਹੀ ਹੋ ਰਿਹਾ ਹੈ, ਕਿਉਂਕਿ ਚਲੋ ਮੈਰਿਜ ਮੈਰਿਜ ਜਿਹੜੀ ਮੈਨੂੰ ਮੈਨੂੰ ਇਹ ਇੰਨਾ ਕਿਉਂਕਿ ਐਜ ਏ ਪੰਜਾਬੀ ਹੋਣ ਦੇ ਨਾਤੇ ਮੈਨੂੰ ਪਤਾ ਹੈ ਉਹ ਮੈਰਿਜ ਜਿਹੜੀ ਆ ਉਹ ਕੰਟੀਨਿਊ ਕਰੂਗੀ, ਉਹਨਾਂ ਦਾ ਰਿਲੇਸ਼ਨ ਵੀ ਬੋਨਾਫਾਈਡ ਹੋਏਗਾ, ਕਿਉਂਕਿ ਪੰਜਾਬ ਦੇ ਵਿੱਚ ਮੈਰਿਜ ਸੇਮ ਹੀ ਹੁੰਦੀਆਂ, ਮਤਲਬ ਉਦੋਂ ਤੇ ਚਲੋ ਹੁਣ ਆਪਾਂ ਇਹ ਕਹਿ ਸਕਦੇ ਜੀ ਹੁਣ ਤੇ ਕਿ ਕੈਨੇਡਾ ਵਾਸਤੇ ਹੀ, ਪਰ ਪਹਿਲਾਂ ਇਸ ਤੋਂ ਪਹਿਲਾਂ ਵੀ ਤੇ ਹੁੰਦੀਆਂ ਸੀ, ਐਵੇਂ ਹੀ ਇੱਕ ਵਿਚੋਲਾ ਆਉਂਦਾ ਸੀ ਤੇ ਉਹ ਦੱਸਦਾ ਸੀ ਕਿ ਇਸ ਤਰ੍ਹਾਂ ਰਿਸ਼ਤਾ ਹੈਗਾ ਤੇ ਕਰ ਦਿਓ, ਕੋਈ ਉਦੋਂ ਵੀ ਸਾਡੇ ਇਸ ਤਰ੍ਹਾਂ ਦਾ ਟ੍ਰੈਂਡ ਨਹੀਂ ਸੀ ਕਿ ਪਹਿਲਾਂ ਰਿਲੇਸ਼ਨ ਚੱਲਦਾ ਸੀ ਤੇ ਫਿਰ ਇਸ ਤਰ੍ਹਾਂ। ਹਾਂ ਹੁਣ ਮੈਰਿਜ ਹੋਈ, ਉਸ ਤੋਂ ਬਾਅਦ ਚ ਉਹ ਚਲੇ ਗਏ, ਉਸ ਚੀਜ਼ ਨੂੰ ਤੁਸੀਂ ਚੇਂਜ ਨਹੀਂ, ਜੋ ਤੁਸੀਂ ਕਰ ਚੁੱਕੇ ਉਹਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ, ਉਹਦੇ ਨਾਲ ਹੀ ਚੱਲਣਾ ਪੈਣਾ, ਪਰ ਉਹਦੇ ਨਾਲ ਤੁਹਾਨੂੰ ਇੱਕ ਹੋਮਵਰਕ ਵੀ ਕਰਨਾ ਪੈਣਾ ਕਿ ਤੁਸੀਂ ਆਪਣੀ ਫਾਈਲ ਲਾਉਣ ਜਾ ਰਹੇ ਹੋ, ਤੁਸੀਂ ਕਿਸ ਤਰੀਕੇ ਨਾਲ ਆਪਣੀ ਫਾਈਲ ਲਾਉਣੀ ਆ, ਜਾਂ ਜੇ ਤੁਹਾਡੀ ਵਾਈਫ ਦਾ ਅਫੀਸ਼ੀਅਲ ਬ੍ਰੇਕ ਆਉਂਦਾ ਆ, ਡਰੋਪ ਆਉਂਦਾ ਆ ਅਫੀਸ਼ੀਅਲ ਡਰੋਪ, ਤੇ ਤੁਸੀਂ ਉਹਨੂੰ ਆਪਣੇ ਕੋਲ ਬੁਲਾ ਸਕਦੇ ਹੋ, ਇੰਨਾ ਹੀ ਨਹੀਂ ਕਿ ਤੁਸੀਂ ਬੁਲਾ ਸਕਦੇ ਹੋ, ਉਸ ਚੀਜ਼ ਦੇ ਤੁਸੀਂ ਪ੍ਰੂਫ ਕਿਵੇਂ ਇਕੱਠੇ ਕਰਨੇ, ਕਿਵੇਂ ਉਹ ਤੁਹਾਡੇ ਕਿਵੇਂ ਉਹ ਇੱਥੋਂ ਉਹਦੀ ਟਿਕਟ ਦੇ ਪੈਸੇ ਕੌਣ ਪੇ ਕਰੇ, ਉਹ ਕਿਵੇਂ ਇੰਡੀਆ ਪਹੁੰਚੇ, ਉਹਨੂੰ ਕੋਈ ਰਿਸੀਵ ਕਿਵੇਂ ਉਹਨੂੰ ਰਿਸੀਵ ਕਰਨਾ ਆਵੇ, ਕਿੱਥੇ ਤੁਸੀਂ ਘੁੰਮਣ ਜਾਓ, ਕਿਵੇਂ ਦੀਆਂ ਫੋਟੋਗ੍ਰਾਫਸ ਹੋਣੀਆਂ ਚਾਹੀਦੀਆਂ, ਇਹ ਸਾਰਾ ਕੁਛ ਬੜਾ ਮੈਟਰ ਕਰਦਾ ਆ। ਐਂਡ ਈਵਨ ਆਪਾਂ ਮੈਂ ਇੱਥੇ ਦੱਸ ਦੇਣਾ ਚਾਹੁੰਦਾ, ਜਦੋਂ ਵੀ ਅਸੀਂ ਕਿਸੇ ਦੀਆਂ ਫੋਟੋਗ੍ਰਾਫਸ ਅਟੈਚ ਕਰਦੇ ਹਾਂ, ਪਹਿਲਾਂ ਅਸੀਂ ਸਾਰੀਆਂ ਫੋਟੋਗ੍ਰਾਫਸ ਆਪਣੇ ਕੋਲ ਮੰਗਵਾ ਲੈਂਦੇ ਹਾਂ, ਫਿਰ ਉਹਨਾਂ 'ਚੋਂ ਸਿਲੈਕਟ ਕਰਦੇ ਹਾਂ ਕਿ ਕਿਸ ਤਰ੍ਹਾਂ ਦੀਆਂ ਫੋਟੋਗ੍ਰਾਫਸ ਜਿਹੜੀਆਂ ਆ ਉਹ ਆਪਾਂ ਅਟੈਚ ਕਰਨੀਆਂ ਵੀਜ਼ਾ ਆਫਿਸ ਜਿਹੜੀ ਫਾਈਲ ਜਾਣੀ ਉਹਦੇ ਵਿੱਚ, ਫਿਰ ਅਸੀਂ ਖੁਦ ਸਿਲੈਕਟ ਕਰਕੇ ਉਹਨਾਂ ਨੂੰ ਫੋਟੋਸ ਉਹ ਵਾਪਸ ਭੇਜਦੇ ਹਾਂ, ਤੇ ਫਿਰ ਉਹਨਾਂ ਨੂੰ PDF ਦੇ ਵਿੱਚ ਕਨਵਰਟ ਕਰਵਾਉਂਦੇ। ਅਸੀਂ ਇਸ ਬਰੀਕੀ ਦੇ ਨਾਲ ਅਸੀਂ ਜਿਹੜੀ ਕੇਸ ਦੀ ਆ ਉਹ ਤਿਆਰੀ ਕਰਦੇ ਹਾਂ, ਜਸਟ ਇਹ ਨਹੀਂ ਕਿ ਆਪਣੇ ਕੋਲੋਂ ਜੀ ਤੁਹਾਡੇ ਕੋਲ 100 ਫੋਟੋ ਆ ਤੁਸੀਂ ਅਟੈਚ ਕਰ ਦਿਓ, ਇਸ ਤਰ੍ਹਾਂ ਨਹੀਂ ਹੁੰਦਾ। ਕਿਉਂਕਿ ਇੱਕ ਕੇਸ ਦੇ ਵਿੱਚ ਇਸ ਤਰ੍ਹਾਂ ਹੋਇਆ ਸੀ ਕਿ ਵੀਜ਼ਾ ਅਫਸਰ ਨੇ ਇਹ ਕਿਹਾ ਸੀ ਕਿ ਜੀ ਤੁਸੀਂ ਜਿੰਨੀਆਂ ਫੋਟੋ ਲਵਾਈਆਂ ਉਹ ਤੇ ਜਿਹੜੇ ਤੁਹਾਡੇ ਕਲੋਸ ਆ ਜਿਹੜੀ ਵੀਰਿੰਗਸ ਆ ਉਹ ਤੇ ਸੇਮ ਆ, 10-10 ਫੋਟੋਆਂ ਤੁਸੀਂ ਇੱਕੋ ਸੂਟ ਦੇ ਵਿੱਚ ਲਾਤੀਆਂ, ਤੇ ਇਸ ਤਰ੍ਹਾਂ। ਤੇ ਇੱਕ ਹੋਰ ਗੱਲ ਸਰ, ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਕਿਸੇ ਮੈਰਿਜ ਪਾਰਟੀ ਤੇ ਜਾ ਰਹੇ ਹੋ ਜਾਂ ਕਿਸੇ ਘੁੰਮਣ ਜਾ ਰਹੇ, ਤੁਸੀਂ ਵੈਲ ਡਰੈਸਡ ਹੋ ਕੇ ਹੀ ਤੁਸੀਂ ਫੋਟੋ ਕਲਿੱਕ ਕਰਵਾਉਣੀ ਨਾ। ਜਦੋਂ ਤੁਸੀਂ ਇੱਕ ਫੈਮਿਲੀ ਦੇ ਵਿੱਚ ਰਹਿ ਰਹੇ ਹੋ, ਆਮ ਤੁਸੀਂ ਟਾਈਮ ਸਪੈਂਡ ਕਰ ਰਹੇ ਹੋ, ਸਿੰਪਲ ਕੱਪੜੇ ਹੋਣ, ਤੁਸੀਂ ਹੱਸਦੇ ਖੇਡਦੇ, ਤੁਸੀਂ ਕੋਈ ਫੋਟੋ ਕਲਿੱਕ ਕਰਵਾਈ, ਉਹ ਜ਼ਿਆਦਾ ਮੈਟਰ ਕਰਦੀ ਹੈ ਕਿ ਤੁਸੀਂ ਤਿਆਰ ਸ਼ਿਆਰ ਹੋ ਕੇ ਕਿਸੇ ਵਿਆਹ ਦੇ ਵਿੱਚ ਗਏ ਤੇ ਉੱਥੇ ਤੁਸੀਂ ਫੋਟੋ ਜਿਹੜੀ ਉਹ ਕਲਿੱਕ ਕਰਵਾਈ। ਸੋ ਆਮ ਲੋਕ ਇਹੋ ਜਿਹੀਆਂ ਫੋਟੋਸ ਨੂੰ ਜਿਹੜੀਆਂ ਵਾ ਸਿੰਪਲ ਫੋਟੋਸ ਆ ਉਹਨਾਂ ਨੂੰ ਸਾਈਡ 'ਤੇ ਰੱਖ ਦਿੰਦੇ ਆ, ਅਤੇ ਉਹ ਜਿਹੜੀਆਂ ਦੂਸਰੀਆਂ ਫੋਟੋਸ ਆ ਜਾਂ ਕਿਸੇ ਪਾਰਟੀ ਦੀਆਂ ਜਾਂ ਕਿਸੇ ਮੈਰਿਜ ਦੀਆਂ ਜਾਂ ਕਿਸੇ ਬਰਥਡੇ ਪਾਰਟੀ ਦੀਆਂ, ਇਸ ਤਰ੍ਹਾਂ ਦੀਆਂ ਫੋਟੋਸ ਉਹਨੂੰ ਅਟੈਚ ਕਰ ਦਿੰਦੇ। ਵੀਜ਼ਾ ਅਫਸਰ ਨੇ ਤਾਂ ਇਹ ਦੇਖਣਾ ਹੁੰਦਾ ਕਿ ਤੁਸੀਂ ਜਿਸ ਜਿੰਨਾ ਟਾਈਮ ਤੁਸੀਂ ਇਕੱਠੇ ਰਹੇ, ਵਾਕਿਆ ਤੁਸੀਂ ਇਕੱਠੇ ਰਹੇ ਜੀ, ਇੱਕੋ ਪਰਿਵਾਰ ਦੇ ਇੱਕੋ ਘਰ ਦੇ ਵਿੱਚ ਤੁਸੀਂ ਰਹੇ ਜੀ, ਕਿ ਜਾਂ ਸਿਰਫ ਤੁਸੀਂ ਇੱਕ ਪੇਪਰ ਮੈਰਿਜ ਸ਼ੋਅ ਕਰਤੀ ਆ ਜਾਂ ਇੱਕ ਫੰਕਸ਼ਨ ਕਰ ਲਿਆ ਅਤੇ ਲੜਕੀ ਆਪਣੇ ਘਰ ਚਲ ਗਈ, ਲੜਕਾ ਆਪਣੇ ਘਰ ਚਲ ਗਿਆ। Well, I appreciate your time, Sukhman. Thank you. Dosto, actually, ਤੁਸੀਂ ਸੁਣ ਲਿਆ ਮੇਰੇ ਖਿਆਲ ਇਹਨਾਂ ਦੇ ਜਿਹੜੇ ਵਿਚਾਰ ਗੱਲਬਾਤ, ਇਹਨਾਂ ਦਾ ਐਕਸਪੀਰੀਅੰਸ ਝਲਕਦਾ, ਪਤਾ ਲੱਗਦਾ ਹੈ ਕਿ ਵੀ ਕਿਸ ਤਰ੍ਹਾਂ ਦੀ ਐਪਲੀਕੇਸ਼ਨ ਇਹਨਾਂ ਨੇ ਡੀਲ ਕੀਤੀ ਹੈ ਇਨ ਦਾ ਪਾਸਟ 6 months ਔਰ ਸੋ। ਇਹ ਆਪ ਆਏ ਹੈ ਸਪਾਊਸ ਵੀਜ਼ਾ ਲਗਵਾ ਕਰ, ਮੇਰੇ ਖਿਆਲ ਤੁਸੀਂ ਮਾਰਚ ਆਏ ਨਾ, ਮਾਰਚ ਅਪ੍ਰੈਲ ਆਏ, ਕਦੋਂ ਆਏ ਇੱਥੇ ਕੈਨੇਡਾ? ਮਈ 'ਚ, ਜੂਨ 'ਚ ਸਰ, ਜੂਨ 'ਚ ਆਏ, ਮਈ 'ਚ ਮੇਰੀ ਇੰਟਰਵਿਊ ਸੀ। ਪਹਿਲੀ ਵਾਰ ਮੈਨੂੰ ਮਿਲੇ ਸੀ ਇੱਥੇ ਲੁਧਿਆਣੇ, ਆਈ ਰਿਮੈਂਬਰ ਇਨ ਦਾ ਹੋਟਲ ਹਯਾਤ ਰੀਜੈਂਸੀ। ਉਹਦੇ ਬਾਅਦ ਇਹਨਾਂ ਦਾ ਸਫ਼ਰ ਕਾਫੀ ਇੱਕ ਪ੍ਰੋਗਰੈਸਿਵ ਇਹਨਾਂ ਦਾ ਸਫ਼ਰ ਰਿਹਾ, ਕਾਫੀ ਇਹਨਾਂ ਨੂੰ ਸਿੱਖਣ ਨੂੰ ਮਿਲਿਆ, ਅਤੇ ਜੋ ਇਹਨਾਂ ਦਾ ਐਕਸਪੀਰੀਅੰਸ ਹੈ ਪਲੱਸ ਪੰਜਾਬ ਤੋਂ ਜੋ ਇਹਨਾਂ ਨੇ ਐਗਰੀਕਲਚਰ ਦੇ ਕੇਸਿਸ ਜਿਹੜੇ ਡੀਲ ਕੀਤੇ ਹੈ, ਉਹਨਾਂ ਦੇ ਸਾਰੇ ਦੇ ਵੀਜ਼ੇ ਲੱਗੇ ਹੋਏ ਹੈ, ਮੈਂ ਇੱਕ ਦਾਅਵੇ ਨਾਲ ਕਹਿ ਸਕਦਾ ਕਿ ਇਸ ਵਕਤ ਆਲ ਓਵਰ ਕੈਨੇਡਾ, ਪੰਜਾਬ ਦੀ ਗੱਲ ਹੀ ਛੱਡ ਦਿਓ, ਆਲ ਓਵਰ ਕੈਨੇਡਾ ਇਹਨਾਂ ਤੋਂ ਬੈਟਰ ਇਸ ਵਕਤ ਸਪਾਊਸ ਵੀਜ਼ਾ ਦਾ ਐਕਸਪਰਟ ਕੋਈ ਨਹੀਂ ਹੈ। ਭਾਵੇਂ ਕੋਈ ਕਿੰਨਾ ਵੱਡਾ ਲਾਇਰ ਹੈ, ਆਲ ਓਵਰ ਕੈਨੇਡਾ ਦੀ ਗੱਲ ਕਰ ਰਿਹਾ, ਨਾਮੀ ਗ੍ਰਾਮੀ ਜਿਹੜੇ ਲਾਇਰ ਨੇ ਆਪਣੇ ਆਪ ਨੂੰ ਵੱਡੀ ਦੁਕਾਨਾਂ ਖੋਲ ਕੇ ਬੈਠੇ ਆ, ਹੋ ਸਕਦਾ ਕਿ ਉਹ ਬਾਕੀ ਕੇਸ ਕਰ ਰਹੇ ਹੋਣਗੇ, ਸ਼ਾਇਦ ਐਕਸਪ੍ਰੈਸ ਐਂਟਰੀ ਜਾਂ ਕੋਈ ਹੋਰ ਕੋਈ ਏਜੰਸੀ ਜਾਂ ਰੈਫਿਊਜੀ ਕੇਸ, ਲੇਕਿਨ ਸਪਾਊਸ ਵੀਜ਼ਾ ਅਗਰ ਜੇ ਤੁਹਾਡਾ ਕੇਸ ਅਗਰ ਸਪਾਊਸ ਵੀਜ਼ਾ 'ਤੇ ਅੜਿਆ ਹੋਇਆ ਹੈ, ਅਗਰ 2-3-4 ਵਾਰ, ਮੈਂ ਤਾਂ ਪਸੰਦ ਕਰਦਾ ਕਿ ਲੋਕ ਜਦ ਤੱਕ ਪੂਰੇ ਉਹਨਾਂ ਦੇ ਸਾਰੇ ਆਪਸ਼ਨ ਕਲੋਜ਼ ਆਊਟ ਨਹੀਂ ਹੋ ਗਏ, 4 ਵਾਰ ਰਿਫਿਊਜ਼ ਹੋ ਗਏ, 5 ਵਾਰ ਰਿਫਿਊਜ਼ ਹੋ ਗਏ, ਫਿਰ ਉਹ ਮੇਰੇ ਕੋਲ ਆਓ, ਅਤੇ ਸਾਡੇ ਕੋਲ ਸਪਾਊਸ ਵੀਜ਼ਾ ਦੀ ਬੈਟਰ ਬਹੁਤ ਬੈਸਟ ਟੀਮ ਹੈ, ਇੰਡੀਆ ਵੀ ਟੀਮ ਹੈ ਅਤੇ ਕੈਨੇਡਾ ਵੀ ਟੀਮ ਹੈ, ਅਤੇ ਤੁਹਾਡੇ ਕੇਸ ਨੂੰ ਬਹੁਤ ਹੀ ਸੀਰੀਅਸ ਪ੍ਰੋਫੈਸ਼ਨਲ ਅਪਰੋਚ ਨਾਲ ਡੀਲ ਕੀਤਾ ਜਾਏਗਾ। ਅਤੇ ਮੈਨੂੰ ਇਹ ਲੱਗਦਾ ਕਿ ਬਈ ਹੋ ਸਕਦਾ ਕਿ ਮੈਂ ਜ਼ਿਆਦਾ ਨਾ ਕਹਿ ਜਾਂਗਾ, ਅਗਰ ਸਾਡੇ ਅਗਰ ਪਰਪਸ ਸਾਡੇ ਐਫਰਟ ਤੋਂ ਅਗਰ ਜੇ ਨਹੀਂ ਲੱਗਦਾ ਅਗਰ ਸਪਾਊਸ ਵੀਜ਼ਾ,
ਤੇ ਮੰਨ ਕੇ ਚੱਲੋ ਕਿ ਸਪਾਊਸ ਵੀਜ਼ਾ 'ਤੇ ਕੁਝ ਦਮ ਨਹੀਂ ਹੈ, ਉਹਦੇ ਵਿੱਚ ਅੱਗੇ ਕੋਈ ਫਿਊਚਰ ਪ੍ਰੋਸਪੈਕਟ ਦਿਸਦਾ ਨਹੀਂ, ਫਿਰ ਤੇ ਅੱਗੇ ਤੁਸੀਂ PR ਲੈ ਕੇ PNP ਲੈ ਕੇ ਹੀ ਕਰੋ। ਲੇਕਿਨ ਸਪਾਊਸ ਵੀਜ਼ਾ ਲਈ ਸਾਡੇ ਕੋਲ ਬਹੁਤ ਹੀ ਇੱਕ ਬੈਸਟ ਪੈਕੇਜ ਹੈ। ਫੀਸ ਸਾਡੀ ਜ਼ਰੂਰ ਜ਼ਿਆਦਾ ਹੈ, ਜਿਹੜੇ ਨੋਰਮਲ ਕਲਾਇੰਟਸ ਨੂੰ ਇੱਥੇ ਜਿਹੜੇ ਚਾਰਜ ਕੀਤਾ ਜਾ ਰਿਹਾ ਸਪਾਊਸ ਵੀਜ਼ਾ, ਜਿਹੜਾ ਸਰੀ ਆ ਟੋਰੋਂਟੋ ਮਾਰਕੀਟ, ਮੇਰੇ ਖਿਆਲ ਕੋਈ 1500 ਦੀ ਫਾਈਲ ਲਾ ਰਿਹਾ, ਕੋਈ 2000 ਦੀ ਫਾਈਲ ਲਾ ਰਿਹਾ, ਸਾਡੀ ਫੀਸ ਜ਼ਿਆਦਾ ਜ਼ਰੂਰ ਹੈ। ਲੇਕਿਨ ਸਾਡੇ 'ਚ ਉਹਨਾਂ 'ਚ ਫਰਕ ਇਸ ਤਰ੍ਹਾਂ ਹੈ ਕਿ ਅਸੀਂ ਅਗਰ ਜੇ ਵੀਜ਼ਾ ਤੁਹਾਡਾ ਰਿਫਿਊਜ਼ ਵੀ ਹੋ ਗਿਆ ਤਾਂ ਅਸੀਂ ਦੁਬਾਰਾ ਕਰਾਂਗੇ, ਜੇ ਦੁਬਾਰਾ ਹੋ ਗਿਆ ਫਿਰ ਦੁਬਾਰਾ ਕਰਾਂਗੇ, 4 ਵਾਰ ਕਰਾਂਗੇ, 5 ਵਾਰ, ਅਸੀਂ ਕਰਦੇ ਰਹਾਂਗੇ ਜਦ ਤੱਕ ਤੁਹਾਨੂੰ ਵੀਜ਼ਾ ਨਹੀਂ ਮਿਲਦਾ, ਹਸਬੈਂਡ ਨੂੰ ਵੀਜ਼ਾ ਨਹੀਂ ਮਿਲਦਾ। ਯੂ ਵਿਲ ਕੀਪ ਔਨ ਡੂਇੰਗ ਇਨ ਦ ਸੇਮ ਮਨੀ, ਦੈਟ ਮੀਨਸ ਕਿ ਉਸ ਪੈਕੇਜ ਵਿੱਚ ਅਸੀਂ ਮਲਟੀਪਲ ਟਾਈਮਸ ਕੋਸ਼ਿਸ਼ ਕਰਾਂਗੇ ਜਦ ਤੱਕ ਤੁਹਾਨੂੰ ਵੀਜ਼ਾ ਨਹੀਂ ਮਿਲੇਗਾ। ਸੋ ਸਿਰਫ ਤੁਸੀਂ ਆਪਣੀ ਜਿਹੜੀ $255 ਜਿਹੜੀ ਐਪਲੀਕੇਸ਼ਨ ਫੀਸ ਹੈ ਉਹ ਪੇ ਕਰਨੀ ਹੈ, ਬਾਕੀ ਹੋਰ ਵੀ ਸਾਡੇ ਜਿਹੜੇ ਐਫਰਟ ਦੀ ਹੋਰ ਕੋਈ ਫੀਸ ਪੇ ਨਹੀਂ ਕਰਨੀ। ਸੋ ਸਪਾਊਸ ਵੀਜ਼ਾ ਦੇ ਬਾਰੇ ਅਗਰ ਕੋਈ ਵੀ ਸਪੈਸ਼ਲੀ ਜਿਹੜੀ ਅਗਰ 2-3 ਵਾਰ ਰਿਫਿਊਜ਼ ਹੋ ਗਿਆ ਤਾਂ ਜ਼ਰੂਰ ਆ ਕੇ ਇੱਕ ਵਾਰ ਕੰਸਲਟ ਕਰੋ, $220 ਜ਼ਰੂਰ ਲੱਗਣੇ ਹੈ, ਲੇਕਿਨ ਯੂ ਵਿਲ ਗੈਟ ਦ ਬੈਸਟ ਪ੍ਰੋਫੈਸ਼ਨਲ ਐਡਵਾਈਸ, ਮੋਸਟ ਐਕਸਪਰਟ ਐਡਵਾਈਸ ਔਨ ਸਪਾਊਸ। ਸੁਖਮਨ, ਆਪਾਂ ਇੱਕ ਸਰੀ ਵੀ ਆਪਾਂ ਪ੍ਰੋਗਰਾਮ ਸੋਚ ਰਹੇ ਹਾਂ ਕਿ ਸਰੀ ਆ ਕੇ ਸਟੂਡੈਂਟਾਂ ਨਾਲ ਇੱਕ ਸੈਸ਼ਨ ਕਰਨਾ, ਉਹਦੇ ਬਾਰੇ ਦੱਸੋ ਕੀ ਖਿਆਲ ਹੈ ਉੱਧਰ ਉੱਧਰ ਦੇ ਜਿਹੜੇ ਸਟੂਡੈਂਟ ਹੈ ਕੁਆਂਤਲਾਨ ਜਾਂ ਹੋਰ ਜਿਹੜੇ ਵੈਨਕੂਵਰ ਕਮਿਊਨਿਟੀ ਕਾਲਜ, ਸਰੀ ਕਮਿਊਨਿਟੀ ਕਾਲਜ, ਇੰਡੀਅਨ ਸਟੂਡੈਂਟ ਲਈ ਆਪਾਂ ਇੱਕ ਸੋਚ ਰਹੇ ਹਾਂ ਸੈਸ਼ਨ ਕਰਨਾ ਹੈ ਇਨ ਦ ਮੰਥ ਆਫ ਆਈ ਥਿੰਕ ਡਿਸੰਬਰ, ਉਹਦੇ ਬਾਰੇ ਕੀ ਹੈ ਤੁਹਾਡਾ? ਸਰ ਉਹਦੇ 'ਚ ਅਜੇ ਕੋਈ ਅਨਾਊਂਸਮੈਂਟ ਨਹੀਂ ਆ, ਕੋਈ ਅਜੇ ਡੇਟ ਫਿਕਸ ਨਹੀਂ ਆ, ਬਟ ਆਪਾਂ ਜਿਵੇਂ ਤੁਸੀਂ ਦੱਸਿਆ ਸੀ ਆਪਾਂ ਸੋਚਿਆ ਹੋਇਆ ਕਿ ਆਪਾਂ ਨੈਕਸਟ ਮੰਥ ਜਦੋਂ ਤੁਸੀਂ ਇੱਥੇ ਵਿਜ਼ਿਟ ਕਰੋਗੇ ਤੇ ਉਹਦੇ 'ਚ ਫਿਰ ਆਪਾਂ ਜਿਹੜੇ ਆ ਜਿੰਨੇ ਵੀ ਇੱਥੇ ਜਿੰਨੀਆਂ ਵੀ ਮਤਲਬ ਸਪੈਸ਼ਲੀ ਗਰਲਸ ਨੇ ਜਿਨ੍ਹਾਂ ਦੀ ਮੈਰਿਜ ਹੋਈ ਆ ਤੇ ਜਾਂ ਉਹਨਾਂ ਦੀ ਮੈਰਿਜ ਹੋਣ ਵਾਲੀ ਆ ਤੇ ਉਹਨਾਂ ਨੂੰ ਕਿਵੇਂ ਉਹ ਸਾਰਾ ਕੁਛ ਪਰਫੋਰਮ ਕਰਨਾ ਚਾਹੀਦਾ, ਕਿਵੇਂ ਉਹਨਾਂ ਨੂੰ ਮੈਰਿਜ ਕਰਨੀ ਚਾਹੀਦੀ ਆ, ਜਾਂ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ, ਜਾਂ ਉਹਨਾਂ ਦੇ ਕੇਸ ਨੂੰ ਵੇਖਣਾ ਕਿ ਉਹਨਾਂ ਦਾ ਕੇਸ ਵੀਕ ਆ, ਸਟਰੋਂਗ ਆ, ਜਾਂ ਜੇ ਵੀਕ ਆ ਤਾਂ ਕਿੱਥੇ ਵੀਕ ਆ, ਜਾਂ ਜਿਨ੍ਹਾਂ ਦੀਆਂ ਰਿਫਿਊਜ਼ਲਸ ਆ ਚੁੱਕੀਆਂ ਆ, ਮਤਲਬ ਉਹਨਾਂ ਨੂੰ ਐਡਵਾਈਸ ਦੇਣ ਲਈ ਆਪਾਂ ਸ਼ਾਇਦ ਨੈਕਸਟ ਮੰਥ ਜਦੋਂ ਤੁਸੀਂ ਇੱਥੇ ਵਿਜ਼ਿਟ ਕਰੋਗੇ ਤਾਂ ਇੱਕ ਛੋਟਾ ਜਿਹਾ ਪ੍ਰੋਗਰਾਮ ਇੱਕ ਆਪਾਂ ਰੱਖਾਂਗੇ ਅਤੇ ਉਹਦੇ ਵਿੱਚ ਇਹ ਵੀ ਆ ਕਿ ਜਿਹੜੀ ਫੀਸ ਹੋਏਗੀ ਉਹ 50% ਹੋਏਗੀ, ਮਤਲਬ ਜਸਟ $100 ਜਿਹੜੀ ਹੋਏਗੀ ਉਹਨਾਂ ਦੀ ਫੀਸ ਹੋਏਗੀ, ਉਹ ਕੋਈ ਜ਼ਿਆਦਾ ਫੀਸ ਨਹੀਂ ਹੋਏਗੀ ਅਤੇ ਉਹ ਸਾਨੂੰ ਮਿਲ ਸਕਦੇ ਆ। ਈਵਨ ਜਿਹੜੇ ਲੋਕ ਹੁਣ ਤੋਂ ਇੰਟਰਸਟਡ ਨੇ ਜਿਹੜੇ ਸਰੀ ਦੇ ਲਾਗੇ, ਜਿਵੇਂ ਇੱਥੇ ਕਹਿ ਲਓ ਸਕਾਮਿਸ਼ ਹੋ ਗਿਆ, ਵਿਸਲਰ ਹੋ ਗਿਆ, ਜਾਂ ਇੱਧਰੋਂ ਰਿਚਮੰਡ ਹੋ ਗਿਆ, ਡੈਲਟਾ ਹੋ ਗਿਆ, ਵੈਨਕੂਵਰ ਹੋ ਗਿਆ, ਮੈਪਲ ਰਿਜ ਹੋ ਗਿਆ, ਸਰੀ ਹੋ ਗਿਆ, ਇਹ ਸਾਰੇ ਏਰੀਆ ਦੇ ਜਿਹੜੇ ਲਾਗੋ ਜਿਹੜੇ, ਕਿਉਂਕਿ ਇੱਥੇ 100 ਕਿਲੋਮੀਟਰ ਦਾ ਵੀ ਜਿਹੜਾ ਡਿਸਟੈਂਸ ਆ ਉਹ ਕੋਈ ਜ਼ਿਆਦਾ ਨਹੀਂ ਹੁੰਦਾ, ਕਾਰ ਦਿੱਤੇ ਤੁਸੀਂ 40-50 ਮਿੰਟ ਦੇ ਵਿੱਚ ਜਿਹੜਾ ਵਾ ਤੁਸੀਂ ਉਹਨੂੰ ਕਵਰ ਕਰ ਸਕਦੇ। ਜਿਹੜੇ ਮਿਲਣਾ ਚਾਹੁੰਦੇ ਆ ਉਹ ਸਰ ਤੁਹਾਨੂੰ, ਤੁਸੀਂ ਵੀ, ਮੈਂ ਚਾਹੁੰਦਾ ਕਿ ਤੁਸੀਂ ਆਪਣਾ ਕੋਈ ਜਿਹੜਾ ਨੰਬਰ ਆ ਉਹ ਦੋ ਉੱਤੇ ਉਹ ਕਾਲ ਕਰਕੇ ਉਹਦੇ ਬਾਰੇ ਇਨਫੋਰਮੇਸ਼ਨ ਲੈ ਸਕਦੇ ਆ, ਫਿਰ ਉਹਦੇ ਅਕੋਰਡਿੰਗ ਜਿੰਨੇ ਕਲਾਇੰਟਸ ਹੋਣਗੇ ਜਿਵੇਂ ਹੋਣਗੇ ਉਹਦੇ ਅਕੋਰਡਿੰਗ ਫਿਰ ਆਪਾਂ ਵੈਨਿਊ ਜਿਹੜਾ ਉਹ ਸਿਲੈਕਟ ਕਰਾਂਗੇ। ਜਦੋਂ ਲਾਇਰ ਨੇ ਕੀਤਾ ਹੁੰਦਾ ਆ ਕਿ ਮਤਲਬ ਮੈਂ ਤੁਹਾਡੇ ਫੈਮਿਲੀ ਨੂੰ ਬੁਲਾ ਕੇ ਦਵਾਂਗਾ ਇੱਥੇ, ਕਿ ਉਹ ਮੇਰੀ ਜਦੋਂ ਅਪਲਾਈ ਕਰਦੇ ਆ 2-3 ਵਾਰ ਅਪਲਾਈ ਕਰ ਦਿੰਦੇ ਉਹਨਾਂ ਦੇ, ਕਿਉਂਕਿ ਇਹੋ ਜਿਹੇ ਕੇਸਿਸ ਦੇ ਵਿੱਚ ਵੀਜ਼ਾ ਲੈਣਾ ਥੋੜਾ ਜਿਹਾ ਔਖਾ ਹੁੰਦਾ ਸਟੂਡੈਂਟ ਦੇ ਨਾਲੋਂ। ਤੇ ਜਦੋਂ ਉਹ ਫਿਰ ਅਪਲਾਈ ਕਰਦੇ ਉਹ ਵੀਜ਼ਾ ਨਹੀਂ ਆਉਂਦਾ, ਰਿਫਿਊਜ਼ਲ ਆ ਜਾਂਦੀ ਆ, ਫਿਰ ਉਹ ਲੋਕ ਵੀ ਸਾਨੂੰ ਮਿਲ ਸਕਦੇ ਸਪੈਸ਼ਲੀ ਆ ਕੇ ਜਿਨ੍ਹਾਂ ਨੇ LMIA ਲਈ ਹੋਈ ਆ ਤੇ ਉਹ ਆਪਣੀ ਫੈਮਿਲੀ ਨੂੰ ਹੁਣ ਬੁਲਾਉਣਾ ਚਾਹੁੰਦੇ ਇੱਥੇ। ਸੋ ਉਹ ਕਿਉਂਕਿ ਇੱਥੇ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਹੈਗੇ ਆ ਜਿਹੜੇ LMIA ਤੇ ਆ ਤੇ ਬਟ ਉਹਨਾਂ ਦੀ ਫੈਮਿਲੀ ਨਹੀਂ ਆ ਪਾ ਰਹੀ, ਕਿਉਂਕਿ ਵੀਜ਼ਾ ਆਫਿਸਰ ਨੂੰ ਉਹਨਾਂ ਦੀ ਇੰਟੈਂਸ਼ਨ ਸਾਫ਼ ਕਲੀਅਰ ਆ ਕਿ ਜੀ ਤੁਸੀਂ LMIA ਲਈ ਆ ਕਿਉਂਕਿ ਤੁਸੀਂ ਇੱਥੇ ਸੈਟਲ ਹੋਣਾ ਚਾਹੁੰਦੇ, ਆਏ ਤੇ ਤੁਸੀਂ ਵਿਜ਼ਟਰ ਵੀਜ਼ਾ ਤੇ ਸੀ। ਸੋ ਉਹਦੇ ਰਿਗਾਰਡਿੰਗ ਵੀ ਜਿਹੜੇ ਜਿਨ੍ਹਾਂ ਦੇ ਕਿਸੇ ਦੇ ਕੁਐਸਚਨ ਆ ਤੇ ਉਹ ਸਾਡੇ ਕੋਲ ਆ ਸਕਦਾ ਇੱਥੇ। That's right. That's wonderful. So, ਇਹ ਸੈਸ਼ਨ ਆਪਾਂ ਹੁਣ ਕੱਲ੍ਹ ਨੂੰ ਇਲੈਕਸ਼ਨ ਹੈ ਅਕਤੂਬਰ ਦੇ ਬਾਅਦ, ਨਵੰਬਰ ਮੈਂ ਸੋਚ ਰਿਹਾ, ਨਵੰਬਰ ਔਰ ਮੇ ਬੀ ਅਰਲੀ ਫਸਟ ਪਾਰਟ ਆਫ ਡਿਸੰਬਰ, ਉਹਦਾ ਇੱਕ ਲਿੰਕ ਮੈਂ ਥੱਲੇ ਇਸ ਯੂਟਿਊਬ ਜਿਹੜੀ ਵੀਡੀਓ ਦੇ ਥੱਲੇ ਮੈਂ ਟਾਈਪ ਕਰ ਦਿਆਂਗਾ, ਇੱਕ ਲਿੰਕ ਬਣਾ ਦਿਆਂਗਾ ਰਜਿਸਟ੍ਰੇਸ਼ਨ ਦਾ। ਰਜਿਸਟ੍ਰੇਸ਼ਨ ਤੁਸੀਂ ਆਪਣਾ ਆਪਣਾ ਨਾਮ ਇਨਰੋਲ ਕਰੋ, $100 ਫੀਸ, ਉਹ ਵੀ ਦੱਸ ਦਿਆ $100 ਫੀਸ ਕਿਉਂ ਰੱਖੀ ਹੈ, ਕਿਉਂਕਿ ਇੱਕ ਤਾਂ ਹੈ ਗੱਲਬਾਤ ਕਰਨ ਦੀ, ਤੁਹਾਡੇ ਕੇਸ ਨੂੰ ਸਮਝਣ ਦੀ ਫੀਸ ਹੈ, ਨਾਲ ਆਪਾਂ ਫਿਰ ਇਹ 3-4 ਘੰਟੇ ਦਾ ਇੱਕ ਸੈਸ਼ਨ ਹੋਏਗਾ ਸਵੇਰ ਤੋਂ ਲੈ ਕੇ 10 ਤੋਂ ਲੈਟਸ ਸੇ ਬਿਟਵੀਨ 10 ਐਂਡ 1, 1 ਵਜੇ ਦੇ ਬਾਅਦ 1-to-1 ਆਪਾਂ ਕਲਾਇੰਟ ਨੂੰ ਵੀ ਮਿਲ ਸਕਦੇ ਹਾਂ, ਉਹਨਾਂ ਦੇ ਰਿਫਿਊਜ਼ਲ ਜਿਹੜਾ ਆਪਣਾ 1-to-1 ਮੀਟਿੰਗ ਕਰਾਂਗੇ, ਅਤੇ ਕੋਈ ਚਾਹ ਪਾਣੀ ਦਾ ਨਾਸ਼ਤਾ ਹੈ ਅਤੇ ਉਹਨਾਂ ਨੂੰ ਜਿੱਥੇ ਵੀ ਬੈਠਾਂਗੇ ਜਿਸ ਦਾ ਹੋਟਲ ਬੁੱਕ ਕਰਨਾ ਪਏਗਾ। ਸੋ ਦੇਰ ਸਮ ਐਕਸਪੈਂਸ ਇਨਵੋਲਵ ਇਨ ਦਿਸ, ਮੈਂ ਸੋਚਦਾ ਕਿ ਐਟਲੀਸਟ ਅਗਰ 15-20 ਅਗਰ ਕਲਾਇੰਟਸ ਅਗਰ ਇਕੱਠੇ ਹੁੰਦੇ ਆ ਤਾਂ ਇਟ ਵਿਲ ਜਸਟੀਫਾਈ ਆਲ ਦ ਐਕਸਪੈਂਸ ਐਂਡ ਪਲੱਸ ਵੀ ਆਰ ਗਿਵਿੰਗ ਯੂ ਡਿਸਕਾਊਂਟ ਔਨ ਦ ਕੰਸਲਟੇਸ਼ਨ ਫੀਸ ਐਜ਼ ਵੈਲ। ਸੋ ਉਹਦਾ ਮੈਂ ਇੱਕ ਲਿੰਕ ਥੱਲੇ ਮੈਂ ਕਰ ਦੇਵਾਂਗਾ, ਜਿਹਨਾਂ ਜਿਹਨਾਂ ਨੂੰ ਵੀ ਇੱਕ ਇੰਟਰਸਟ ਹੈ ਪਲੀਜ਼ ਆਪਣਾ
ਰਜਿਸਟ੍ਰੇਸ਼ਨ ਕਰਕੇ ਆਪਣਾ ਫੀਸ ਪੇ ਕਰਕੇ ਇੱਕ ਤੁਹਾਨੂੰ ਰਸੀਦ ਮਿਲੇਗੀ ਮੇਰੇ ਨਾਮ ਤੋਂ ਅਤੇ ਕਰਕੇ ਤੁਸੀਂ ਆਪਣਾ ਆਪਣਾ ਸ਼ੋਅ ਕਰੋ ਇੰਟਰਸਟ ਅਤੇ ਜਿਸ ਵੇਲੇ ਸਫੀਸ਼ੀਐਂਟ ਨੰਬਰ ਆਫ ਕਲਾਇੰਟਸ ਵਿਲ ਕਮ ਦੈਨ ਆਈ ਵਿਲ ਅਨਾਊਂਸ ਕਿ ਵੀ ਅਸੀਂ ਕਿੱਥੇ ਮਿਲ ਰਹੇ ਹਾਂ ਆਪਾਂ ਸਰੀ ਦੇਖਾਂਗੇ ਕੋਈ ਰੈਸਟੋਰੈਂਟ ਜਾਂ ਕੋਈ ਹਾਲ ਵਾਲਾ ਦੈਟ ਹਾਲ ਫੋਰ ਮੇ ਬੀ ਹਾਫ ਅ ਡੇ ਇਸ ਤਰ੍ਹਾਂ ਕਰਾਂਗੇ ਸੋ ਥੈਂਕ ਯੂ ਵੈਰੀ ਮੱਚ ਹੋਰ ਕੋਈ ਲਾਸਟ ਵਿੱਚ ਕੋਈ ਤੁਹਾਡਾ ਕੋਈ ਕਮੈਂਟ ਜਾਂ ਕੋਈ ਹੋਰ ਕੋਈ ਵਿਚਾਰ ਜਿਹੜੇ ਤੁਸੀਂ ਫਿਊਚਰ ਕਲਾਇੰਟਸ ਲਈ ਦੱਸਣਾ ਚਾਹੋਗੇ ਤਾਂ ਉਹਨਾਂ ਨੂੰ ਆਪਣਾ ਸੁਨੇਹਾ ਦੇ ਸਕਦੇ ਸਰ ਇੱਥੇ ਇਹੀ ਆ ਕਿ ਤੁਸੀਂ ਆਪਣੀ ਆਪਣੀ ਰਿਸਰਚ ਕਰੋ ਆਪਣੀ ਸਮਝ ਵਰਤੋ ਕਿਸੇ ਦੇ ਪਿੱਛੇ ਨਾ ਲੱਗੋ ਜਿਵੇਂ ਵੀ ਕੋਈ ਏਜੰਟ ਉੱਥੋਂ ਦੇ ਸਲਾਹ ਦਿੰਦੇ ਕਿ ਤੁਸੀਂ ਇਸ ਤਰ੍ਹਾਂ ਕਰ ਲਓ ਮੈਰਿਜ ਸ਼ੋਅ ਨਾ ਕਰੋ ਜਾਂ ਐਵੇਂ ਕਰ ਲਓ ਉਸ ਤਰ੍ਹਾਂ ਕੁਛ ਨਾ ਕਰੋ ਜੇ ਉਹਨਾਂ ਨੇ ਪਲੈਨਿੰਗ ਹੀ ਕਰਨੀ ਹੈ ਉਹ ਸਾਨੂੰ ਵੀ ਕਰ ਸਕਦੇ ਆ ਕਾਲ ਕਰ ਸਕਦੇ ਕੰਸਲਟ ਅਸੀਂ ਕਰਾਂ ਅਸੀਂ ਐਡਵਾਈਸ ਦੇਵਾਂਗੇ ਉਹਨਾਂ ਨੂੰ ਕਿ ਕਿਵੇਂ ਕਿਵੇਂ ਉਹ ਸਾਰਾ ਪਲੈਨ ਕਰਨ ਕਿਉਂਕਿ ਆਉਣ ਵਾਲੇ ਟਾਈਮ 'ਚ ਸ਼ਾਇਦ ਜੇ ਗਵਰਨਮੈਂਟ ਚੇਂਜ ਹੁੰਦੀ ਵੀ ਆ ਜੇ ਨਹੀਂ ਵੀ ਹੁੰਦੀ ਤਾਂ ਵੀ ਇਹ ਇਹਨਾਂ ਪ੍ਰੋਬਲਮਸ ਆਉਣਗੀਆਂ ਕਿਉਂਕਿ ਜਿਹੜੀ ਇੱਥੋਂ ਦੀ ਗਵਰਨਮੈਂਟ ਆ ਚਾਹੁੰਦੀ ਆ ਕਿ ਸਿਰਫ ਇੰਡੀਆ ਜਾਂ ਚਾਈਨਾ ਤੋਂ ਹੀ ਸਾਡੇ ਕੋਲ ਇਮੀਗ੍ਰੈਂਟਸ ਨਾ ਆਉਣ ਜਿਵੇਂ ਹੁਣ ਇਹਨਾਂ ਨੇ SDS ਜਿਹੜਾ ਵਾ ਕੁਛ ਹੋਰ ਕੰਟਰੀ ਵਾਸਤੇ ਵੀ ਖੋਲ ਦਿੱਤਾ ਆ ਪਾਕਿਸਤਾਨ ਹਾਂਜੀ ਤੇ ਸੋ ਉਹਨਾਂ ਨੂੰ ਹੁਣ ਬੜਾ ਕੇਅਰਫੁਲੀ ਜਿਹੜਾ ਵਾ ਸਾਰਾ ਆਪਣਾ ਜਿਹੜਾ ਨੈਕਸਟ ਸਟੈਪ ਆ ਉਹ ਲੈਣਾ ਪਏਗਾ ਸੋ ਇਸ ਲਈ ਜੇ ਕਿਸੇ ਕੋਲ ਵੀ ਕੋਈ ਕੁਐਸਚਨ ਆ ਜਾਂ ਪ੍ਰੋਬਲਮ ਆ ਈਵਨ ਅਸੀਂ ਨਹੀਂ ਕਹਿੰਦੇ ਕਿ ਤੁਸੀਂ ਕੇਸ ਸਾਡੇ ਕੋਲੋਂ ਲਵਾਓ ਬਸ ਤੁਸੀਂ ਐਡਵਾਈਸ ਲੈ ਸਕਦੇ ਜੇ ਸਾਡੇ ਕੋਲੋਂ ਕਿ ਕਿਵੇਂ ਕਰਨਾ ਆ ਤੇ ਉਹ ਉਹ ਐਡਵਾਈਸ ਉਹ ਅੱਗੇ ਆਪਣੇ ਏਜੰਟ ਜਾਂ ਕੰਸਲਟੈਂਟ ਨੂੰ ਦੇ ਸਕਦੀ ਆ ਕਿ ਤੂੰ ਐਵੇਂ ਕਰ ਚਲੋ ਥੈਂਕ ਯੂ ਵੈਰੀ ਮੱਚ ਫੋਰ ਯੋਰ ਟਾਈਮ ਸੁਖਮਨ ਇੰਜੋਏ ਦ ਰੈਸਟ ਆਫ ਦ ਡੇ ਅਤੇ ਦੋਸਤੋ ਫਿਰ ਜ਼ਰੂਰ ਅਗਰ ਜੇ ਤੁਹਾਡੇ ਕੋਈ ਆਪਣਾ ਕੋਈ ਕਮੈਂਟਸ ਹੈ ਤਾਂ ਥੱਲੇ ਤੁਸੀਂ ਕਮੈਂਟਸ ਲਿਖੋ ਅਗਰ ਜੇ ਕੋਈ ਮੀਟਿੰਗ ਵਾਟਿੰਗ ਕਰਨੀ ਹੈ ਕੋਈ ਕਰਨੀ ਹੈ ਤਾਂ ਸਾਡਾ ਜਿਹੜਾ ਇੱਕ ਪ੍ਰੋਫਾਈਲ ਮੇਰੀ ਪ੍ਰੋਫਾਈਲ 'ਤੇ ਨਾਮ ਮੇਰਾ ਈਮੇਲ ਐਡਰੈਸ ਅਤੇ ਵਟਸਐਪ ਐਡਰੈਸ ਲਿਖਿਆ ਹੋਇਆ ਆਈ ਪ੍ਰੀਫਰ ਕਿ ਤੁਸੀਂ ਮੈਨੂੰ ਈਮੇਲ ਕਰੋ ਵਟਸਐਪ 'ਤੇ ਨੋਰਮਲੀ ਇੰਨੀ ਜ਼ਿਆਦਾ ਗੱਲਬਾਤ ਇੰਨਾ ਮੈਸੇਜ ਨਹੀਂ ਪੜਿਆ ਜਾਂਦਾ ਹੈ ਅਤੇ ਗੱਲਬਾਤ ਇਮੀਡੀਏਟਲੀ ਨਹੀਂ ਹੋ ਸਕਦੀ ਤੁਸੀਂ ਅਗਰ ਈਮੇਲ ਕਰੋਗੇ ਤਾਂ ਫਿਰ ਆਪਾਂ ਫਿਰ ਟਾਈਮ ਸੈੱਟ ਕਰਾਂਗੇ ਦੈਨ ਵੀ ਕੈਨ ਗਿਵ ਯੂ ਇਨਫ ਫੁੱਲ ਟਾਈਮ ਐਟਲੀਸਟ ਮੇਰਾ ਹਮੇਸ਼ਾ ਹੁੰਦਾ ਕਿ ਮੈਂ ਮਿਨੀਮਮ ਲੋਕਾਂ ਨੂੰ ਇੱਕ ਘੰਟੇ ਦਾ ਟਾਈਮ ਦੇਣਾ ਅਤੇ ਤੁਹਾਨੂੰ ਆਪਣਾ ਜੋ ਸਵਾਲ ਹੈ ਸਵਾਲ ਤੁਸੀਂ ਤਿਆਰ ਰੱਖੋ ਆਪਣੇ ਸਪਾਊਸ ਦੀ ਰਿਫਿਊਜ਼ਲ ਬਾਰੇ ਉਹਨਾਂ ਨੂੰ ਤੁਸੀਂ ਫਿਰ ਦੇਖ ਕੇ ਮੇਰੇ ਜਵਾਬ ਦੇ ਕੇ ਫਿਰ ਡਿਸੀਜਨ ਲੈ ਸਕਦੇ ਹੋ ਜੇ ਜੇ ਕੇਸ ਤੁਸੀਂ ਆਪਣੇ ਆਪ ਕਰਨਾ ਆਪਣੇ ਆਪ ਕਰ ਲਓ ਜੇ ਕਿਸੇ ਲੋਅਰ 'ਤੇ ਲਗਵਾਉਣਾ ਉਹ ਤੋਂ ਵੀ ਕਰ ਸਕਦੇ ਹੋ ਜੇ ਸਾਡੇ 'ਤੇ ਲਗਵਾਉਣਾ ਸਾਡੇ 'ਤੇ ਕਰ ਸਕਦੇ ਹੋ ਫੈਸਲਾ ਤੁਹਾਡਾ ਹੈ ਮੇਰਾ ਪਰਪਸ ਹੈ ਕਿ ਤੁਹਾਨੂੰ ਫੁੱਲ ਇਨਫੋਰਮੇਸ਼ਨ ਦਿੱਤੀ ਜਾਏ ਅਤੇ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਵੀ ਕੀ ਹੋਇਆ ਕਿਸ ਤਰ੍ਹਾਂ ਹੋਇਆ ਕਿਹੜੇ ਕਿਹੜੇ ਸਟੈਪ ਕਰਕੇ ਵੀਜ਼ਾ ਦੁਬਾਰਾ ਅਪਲਾਈ ਸੋ ਥੈਂਕ ਯੂ ਵੈਰੀ ਮੱਚ ਫੋਰ ਯੋਰ ਟਾਈਮ ਐਂਡ ਆਈ ਵਿਲ ਸੀ ਯੂ ਲੇਟਰ ਥੈਂਕ ਯੂ ਸਰ ਬਾਏ